ਹਰਿ ਸ਼ਰਨ ਮਨ ਮਨੂਰ ਮਨ ਪੇਟ ਕੰਚਨ ਸੋ ਹੋਵੈ ਜਬਹਿ ਲਗੈ ਨਾ ਜਮ ਕੀ ਭੇਟ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਅਧਿਆਏ 36 36ਵਾਂ ਅਧਿਆਏ ਕਵੀ ਸੰਤੋਖ ਸਿੰਘ ਜੀ ਦੋਹਰੇ ਵਿੱਚ ਮੰਗਲ ਕਰਦੇ ਹਨ। ਸ੍ਰੀ ਸਤਿਗੁਰ ਪਾਰਸ ਚਰਨ ਮਨ ਮਨੂਰ ਮਮ ਭੇਟ। ਸ੍ਰੀ ਗੁਰੂ ਜੋ ਸ੍ਰੀ ਮਾਇਆ ਦੇ ਪਤੀ ਪਰਮੇਸ਼ਰ ਰੂਪ ਜੋ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਹਨ, ਕਹਿੰਦੇ ਉਹਨਾਂ ਦੇ ਜਿਹੜੇ ਚਰਨ ਨੇ ਉਹ ਇੱਕ ਪਾਰਸ ਹੈ। ਜਿਵੇਂ ਪਾਰਸ ਦੀ ਬੱਟੀ ਹੁੰਦੀ ਹੈ ਜਿਹੜੀਆਂ ਵੀ 8 ਧਾਤਾਂ ਨੂੰ ਲੱਗਦੀ ਉਹਨੂੰ ਸੋਨਾ ਬਣਾ ਦਿੰਦੀ ਹੈ। ਸੋ ਇਹ ਜਿਹੜਾ ਪਾਰਸ ਹੈ ਕਹਿੰਦੇ ਗੁਰੂ ਮਹਾਰਾਜ ਦੇ ਚਰਨ ਉਹ ਪਾਰਸ ਦੀ ਤਰ੍ਹਾਂ ਹੈ। ਅਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਮੇਰਾ ਮਨ ਜਿਹੜਾ ਹੈ ਉਹ ਇੱਕ ਜਿਹੜਾ ਹੈ ਮਨੂਰ ਦੀ ਤਰ੍ਹਾਂ ਹੈ, ਡਰੂਪ ਆਫ ਆਇਰਨ ਕਹਿ ਦਈਏ। ਸੋ ਉਹ ਜਿਹੜਾ ਜਦੋਂ ਆਇਰਨ ਨੂੰ ਗਰਮ ਕਰਦੇ ਨੇ ਜਦੋਂ ਉਹਨੂੰ ਲਿਕੁਇਡ ਫਾਰਮ ਵਿੱਚ ਲੈ ਕੇ ਆਉਂਦੇ ਨੇ ਉਹਦੇ ਵਿੱਚੋਂ ਜੋ ਉਹਦੇ ਵਿੱਚ ਇੰਪਿਊਰਿਟੀਜ਼ ਆਉਂਦੀਆਂ ਨੇ ਉਹਨਾਂ ਨੂੰ ਮਨੂਰ ਕਹਿੰਦੇ ਨੇ। ਸੋ ਕਹਿੰਦੇ ਉਹ ਮਨੂਰ ਦਾ ਜੈਸਾ ਮੇਰਾ ਮਨ ਹੈ, ਮੇਰਾ ਮਨ ਇੱਕ ਮਨੂਰ ਹੈ, ਮਮ ਭੇਟ, ਮੈਂ ਆਪਣਾ ਮਨੂਰ ਵਰਗਾ ਮਨ ਗੁਰੂ ਦੇ ਚਰਨਾਂ ਤੇ ਭੇਟ ਕਰ ਦਿੱਤਾ ਹੈ। ਕੰਚਨ ਸੋ ਹੋਵੈ ਜਬਹਿ ਲਗੈ ਨਾ ਜਮ ਕੀ ਭੇਟ। ਮਨੂਰ ਵਰਗਾ ਮੇਰਾ ਮਨ ਜਿਹੜਾ ਸੀਗਾ ਹੁਣ ਕੰਚਨ ਬਣ ਗਿਆ, ਸੋਨੇ ਵਰਗਾ ਬਣ ਗਿਆ। ਮਤਲਬ ਮੇਰਾ ਮਨ ਜਿਹੜਾ ਸੀਗਾ ਜਿਹੜਾ ਕਿ ਵਿਕਾਰਾਂ ਦੇ ਵਿੱਚ ਜਾਂ ਜਿਹੜੇ ਹਨ ਵਾਇਸਸ ਦੇ ਵਿੱਚ ਚਿੱਤ ਜੋੜਨ ਵਾਲਾ ਜਾਂ ਵਾਇਸਸ ਵੱਲ ਡਿਜ਼ਾਇਰਸ ਵੱਲ ਭੱਜਣ ਵਾਲਾ ਮੇਰਾ ਮਨ ਹੁਣ ਕੰਚਨ ਦੀ ਤਰ੍ਹਾਂ ਹੋ ਗਿਆ, ਪਰਮੇਸ਼ਰ ਵਿੱਚ ਉਹਦੀ ਬਿਰਤੀ ਜੁੜ ਗਈ। ਲਗਹਿ ਨਾ ਜਮ ਕੀ ਫੇਟ, ਹੁਣ ਮੈਨੂੰ ਮਰਨ ਤੋਂ ਬਾਅਦ ਵੀ ਮੈਨੂੰ ਜਮ ਨਹੀਂ ਦਿਸਣੇ, ਜਮ ਨੂੰ ਦੇਖਣੇ ਪੈਣੇ, ਜਮ ਮੇਰੇ ਉੱਤੇ ਕੋਈ ਅਸਰ ਨਹੀਂ ਪਾ ਸਕਦੇ। ਈਵਨ ਦ ਏਂਜਲਸ ਆਫ ਡੈਥ ਵੁੱਡ ਨਾਟ ਇਫੈਕਟ ਮੀ। ਸੋ ਕਿਉਂਕਿ ਮੇਰਾ ਮਨ ਹੁਣ ਸੋਨੇ ਦੀ ਤਰ੍ਹਾਂ ਜਿਹੜਾ ਹੈ ਪਵਿੱਤਰ ਹੋ ਗਿਆ ਗੁਰੂ ਨਾਨਕ ਦੇ ਚਰਨਾਂ ਨਾਲ ਲੱਗ ਕੇ। ਦਵਈਆ ਛੰਦ ਲੱਗੀ ਸਮਾਜ ਬਿਤੇ ਦਿਨ ਦੋ। ਆਪ ਜੀ ਨੂੰ ਪਿਛਲੀ ਕਥਾ ਵਿੱਚ ਯਾਦ ਹੋਵੇਗਾ ਕਿ ਪਹਿਲੀ ਵਾਰੀ ਜੋ ਰਬਾਬ ਮਰਦਾਨਾ ਲੈ ਕੇ ਆਇਆ ਉਹ ਮਰਦਾਨੇ ਨੇ ਉਹ ਰਬਾਬ ਵਜਾਈ ਅਤੇ ਗੁਰੂ ਨਾਨਕ ਸਾਹਿਬ ਦੀ ਬਿਰਤੀ ਜੁੜ ਗਈ। ਸੋ ਜਦੋਂ ਬਿਰਤੀ ਜੁੜੀ ਕਈ ਦਿਨਾਂ ਤੱਕ ਮਹਾਰਾਜ ਉੱਠੇ ਨਹੀਂ। ਸੋ ਉੱਥੋਂ ਇਹ ਕਥਾ ਸ਼ੁਰੂ ਹੁੰਦੀ ਹੈ ਜਦੋਂ ਉਹ ਰਬਾਬ ਦੀ ਆਵਾਜ਼ ਆਈ ਅਤੇ ਕਹਿੰਦੇ ਲੱਗੀ ਸਮਾਧ ਬੀਤੇ ਦਿਨ ਦੋ। ਦੋ ਦਿਨ ਬੀਤ ਗਏ ਉੱਥੇ ਬੈਠੇ ਹਾਂ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅੱਖਾਂ ਬੰਦ ਕਰ ਲਈਆਂ, ਸਮਾਧੀ ਵਿੱਚ ਜੁੜ ਗਏ। ਲੋਚਨ ਕਮਲ ਨਾ ਬਿਕਸੇ, ਕਹਿੰਦੇ ਲੋਚਨ ਕਮਲ, ਕਮਲ ਵਰਗੇ ਲੋਚਨ ਅੱਖਾਂ ਜਿਹੜੀਆਂ ਹੁਣ ਖੁੱਲਦੀਆਂ ਨਹੀਂ, ਖੁੱਲੀਆਂ ਨਹੀਂ। ਦੋ ਦਿਨਾਂ ਵਾਸਤੇ ਮਹਾਰਾਜ ਇੱਕ ਟੱਕ ਸਮਾਧੀ ਵਿੱਚ ਬੈਠੇ ਰਹੇ। ਅਤੇ ਆਪ ਜੀ ਨੇ ਪਿਛਲੀ ਕਥਾ ਵਿੱਚ ਸੁਣਿਆ ਸੀ ਕਿ ਭਾਈ ਮਰਦਾਨਾ ਜੀ ਚੱਲ ਕੇ ਆਏ ਤਲਵੰਡੀ ਤੋਂ, ਬਾਬਾ ਮਹਿਤਾ ਕਾਲੂ ਜੀ ਮਾਤਾ ਤ੍ਰਿਪਤਾ ਜੀ ਨੇ ਉਹਨਾਂ ਨੂੰ ਭੇਜਿਆ ਕਿ ਸੁਣਿਆ ਹੈ ਗੁਰੂ ਨਾਨਕ ਸਾਹਿਬ ਨੇ ਕੰਮ ਛੱਡ ਦਿੱਤਾ ਹੈ, ਮੋਜਰਾ ਹੈ ਮੋਦੀ ਕਰਨੀ ਦਾ ਕੰਮ ਛੱਡ ਕੇ ਫੁੱਲ ਟਾਈਮ ਸਾਧੂ ਬਣ ਗਏ ਹਨ, ਫਕੀਰ ਬਣ ਗਏ ਹਨ, ਉਹਨਾਂ ਦਾ ਜਾ ਕੇ ਤੂੰ ਖਬਰ ਲੈ ਕੇ ਆ। ਜਦੋਂ ਖਬਰ ਲੈਣ ਵਾਸਤੇ ਆਏ ਭਾਈ ਮਰਦਾਨਾ ਜੀ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਮਰਦਾਨਿਆਂ, ਪਹਿਲਾਂ ਤਾਂ ਰਬਾਬ ਲੈਣ ਵਾਸਤੇ ਉਹਨਾਂ ਨੂੰ ਕਈ ਵਾਰੀ ਭੇਜਿਆ ਅਤੇ ਮਰਦਾਨੇ ਨੂੰ ਇਹ ਹਦਾਇਤ ਕੀਤੀ ਹੁਣ ਕਿਤੇ ਨਹੀਂ ਜਾਣਾ, ਤੂੰ ਸਾਡੇ ਕੋਲ ਰਹਿਣਾ ਹੈ, ਫੁੱਲ ਟਾਈਮ ਸਾਡੇ ਕੋਲ ਰਹਿਣਾ ਹੈ, ਜਿੱਥੇ ਅਸੀਂ ਜਾਵਾਂਗੇ ਤੂੰ ਅਸੀਂ ਨਾਲ ਜਾਣਾ ਹੈ। ਸੋ ਇਸ ਕਰਕੇ ਭਾਈ ਮਰਦਾਨਾ ਜੀ ਵੀ ਕੋਲੇ ਬੈਠੇ ਹਨ। ਦੋ ਦਿਨ ਹੋ ਗਏ ਭਾਈ ਮਰਦਾਨਾ ਵੀ ਨਾ ਉੱਠੇ। ਮਰਦਾਨੇ ਤਨ ਛੁਡਾ ਅਦਕ ਪੀ, ਹੁਣ ਕੀ ਹੋਇਆ ਭਾਈ ਮਰਦਾਨੇ ਨੂੰ? ਦੇਖੋ ਦੋ ਦਿਨ ਗੁਰੂ ਨਾਨਕ ਸਾਹਿਬ ਦੀ ਸਮਾਧੀ ਜੁੜ ਗਈ, ਭਾਈ ਮਰਦਾਨੇ ਦੀ ਤਾਂ ਸਮਾਧੀ ਨਹੀਂ ਜੁੜੀ ਨਾ। ਸੋ ਭਾਈ ਮਰਦਾਨੇ ਨੇ ਰਬਾਬ ਵਜਾ ਕੇ ਹਟ ਗਿਆ, ਗੁਰੂ ਨਾਨਕ ਮਹਾਰਾਜ ਦੀ ਸਮਾਧੀ ਜੁੜੀ ਰਹੀ। ਹੁਣ ਭਾਈ ਮਰਦਾਨੇ ਨੂੰ ਭੁੱਖ ਲੱਗ ਗਈ, ਹੁਣ ਭੁੱਖ ਤਾਂ ਲੱਗਣੀ ਸੀ, ਆਪਣੇ ਵਰਗੇ ਵੀ ਹੁੰਦੇ। ਦੋ ਦਿਨ ਇਹਨੂੰ 2 ਡੇਜ਼ ਸਿਟਿੰਗ ਡਾਊਨ ਦਾ ਨਾ, ਇੱਕ ਪਾਣੀ ਦਾ ਤੁਪਕਾ ਨਹੀਂ ਪੀਤਾ ਇਹਨੂੰ, ਨੋਟ ਈਵਨ ਅ ਡ੍ਰੋਪ ਆਫ ਵਾਟਰ। ਸੋ ਜਿਹੜਾ ਹੈ ਭਾਈ ਮਰਦਾਨੇ ਨੂੰ ਵਿਚਾਰੇ ਨੂੰ ਬਹੁਤ ਭੁੱਖ ਲੱਗੀ, ਹੁਣ ਪ੍ਰਾਣ ਜਾਹੇ ਜਿਉ ਨਿਕਸੇ, ਇੰਨੀ ਭੁੱਖ ਲੱਗੀ ਉਹਨੂੰ, ਇਉਂ ਲੱਗਿਆ ਮੇਰੀ ਜਾਨ ਨਿਕਲਦੀ ਜਾਂਦੀ ਹੈ, ਉਹਨਾਂ ਵੀ ਭੁੱਖ ਜਿਹੜੀ ਹੈ ਕਾਫੀ ਸਤਾਉਂਦੀ ਹੈ। ਉਹਨੂੰ ਤਾਂ ਇਉਂ ਲੱਗਿਆ ਵੀ ਮੇਰਾ ਤਾਂ ਮੌਤ ਆ ਗਈ, ਆਈ ਐਮ ਗੋਇੰਗ ਟੂ ਗੋ ਨਾਊ, ਹਾਂਜੀ, ਪ੍ਰਾਣ ਉਹਦੇ ਨਿਕਲਦੇ ਜਾਂਦੇ ਸਨ। ਉਹ ਮਾਨਵ ਤੈ ਦਰਸ਼ਨਾ ਆਵੇ, ਤੇ ਭਾਈ ਮਰਦਾਨਾ ਜੀ ਉੱਥੇ ਬੈਠੇ ਆਲੇ ਦੁਆਲੇ ਦੇਖੀ ਜਾਂਦੇ ਆ ਵੀ ਕੋਈ ਆਊਗਾ, ਉਹਨੂੰ ਸੱਦ ਕੇ ਕਹਾਂਗੇ ਖਾਣਾ ਲਿਆ ਦੇ, ਕੁਛ ਖਾਣ ਵਾਸਤੇ ਪਾਣੀ ਲਿਆ ਦੇ, ਹਾਂਜੀ। ਕੋਈ ਬੰਦਾ ਨਹੀਂ ਉੱਥੇ ਆਉਂਦਾ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਉਜਾੜ ਵਿੱਚ ਬੈਠੇ ਸਨ। ਸੋ ਉੱਥੇ ਨਾ ਕੋਈ ਬੰਦਾ ਨਾ ਆਉਂਦਾ ਨਾ ਜਾਂਦਾ, ਭਾਈ ਮਰਦਾਨਾ ਉੱਥੇ ਬੈਠਾ ਵਿਚਾਰਾ ਇੱਧਰ ਉੱਧਰ ਦੇਖਦਾ। ਜਿੱਥੇ ਜਾਚੇ ਖਾਣਾ, ਕਹਿਣ ਲੱਗਾ ਜਿੱਦੋ ਖਾਣਾ ਮੰਗ ਕੇ ਖਾ ਲਵੇ, ਉੱਤੋਂ ਨਿਕਟ ਨਿਰਮਲ ਜਲ ਸੀਤਲ। ਤੇ ਉੱਥੇ ਕੀ ਹੈ ਭਾਈ ਮਰਦਾਨਾ ਤੇ ਗੁਰੂ ਨਾਨਕ ਸਾਹਿਬ ਜੀ ਜਿੱਥੇ ਬੈਠੇ ਆ ਨਾ, ਉੱਥੇ ਕੋਲ ਇੱਕ ਸਟ੍ਰੀਮ ਚੱਲਦੀ ਹੈ ਪਾਣੀ ਦੀ,
ਨੇੜੇ ਇੱਕ ਇਸਤਰੀ ਮਹਿ ਪਾਣੀ ਦੀ ਦਿੱਖ ਹੋਇਆ ਕਰਹਿ ਸੋ ਪਾਨਾ। ਸੋ ਉਹਨਾਂ ਨੂੰ ਜਿਹੜਾ ਹੈ ਕਿਉਂਕਿ ਪਾਣੀ ਲੈਣ ਵਾਸਤੇ ਫਿਰ ਵੀ ਉੱਠ ਕੇ ਜਾਣਾ ਪੈਣਾ ਸੀ ਉੱਥੇ ਇਸਤਰੀ ਦੇ ਕੋਲ ਪਾਣੀ ਜਿਹੜਾ ਹਨ ਪੀਣ ਵਾਸਤੇ। ਸੋ ਹੀ ਹੈਜ਼ ਟੂ ਵਾਕ। ਸੋ ਉਹਨਾਂ ਨੂੰ ਆਪਣਾ ਆਸਣ ਛੱਡ ਕੇ ਜਾਣਾ ਪੈਣਾ ਸੀ ਅਤੇ ਗੁਰੂ ਨਾਨਕ ਦੀ ਹਦਾਇਤ ਕੀ ਸੀ? ਮਰਦਾਨਿਆਂ ਕਿਤੇ ਨਹੀਂ ਜਾਣਾ। ਸੋ ਭਾਈ ਮਰਦਾਨਾ ਵਿਚਾਰਾ ਬੈਠਾ, ਗੁਰੂ ਨਾਨਕ ਦਾ ਹੁਕਮ ਸੀਗਾ, ਸੋ ਉੱਠ ਵੀ ਨਹੀਂ ਸਕਦਾ ਵਿਚਾਰਾ। ਦੋਹਰਾ ਤਜ ਕਰ ਪ੍ਰਭ ਕੋ ਜਾਏ ਨੈ ਮਨ ਮਹਿ ਕਰਤ ਵਿਚਾਰ। ਪਾਣੀ ਦਾ ਖੜਕਾ ਸੁਣ ਰਿਹਾ ਹੈ ਤੇ ਆ ਲੱਗੀ ਪਈ ਆ, ਪਰ ਉੱਠ ਕੇ ਜਾ ਨਹੀਂ ਸਕਦਾ। ਯੂ ਨੋ ਹਾਊ ਇਟ ਫੀਲਸ, ਕਹਿੰਦਾ ਕਿੰਨਾ ਉਹਨੂੰ ਜਿਹੜਾ ਦੁੱਖ ਹੋਵੇਗਾ। ਹਾਂਜੀ, ਕੋਲੇ ਪਾਣੀ ਹੈ, ਖੜਕਾ ਸੁਣਦਾ ਨਾਈਸ, ਪਰ ਉੱਠ ਕੇ ਜਾ ਲੈ ਨਹੀਂ ਸਕਦਾ ਕਿਉਂਕਿ ਤਜ ਕਰ ਪ੍ਰਭੂ ਨਾ ਕਾਏ ਨਾ, ਵੀ ਜਿਹੜਾ ਹੈ ਪ੍ਰਭੂ ਨੂੰ ਗੁਰੂ ਨਾਨਕ ਨੂੰ ਛੱਡ ਕੇ ਕਿਤੇ ਨਹੀਂ ਜਾਣਾ। ਕੇਬਿਦ ਬੀਤੇ ਸੰਗ ਇਨ ਹੋਵਤ ਕਸ਼ਟ ਅਪਾਰ। ਹੁਣ ਭਾਈ ਮਰਦਾਨਾ ਸੀਰੀਅਸਲੀ ਸੋਚਣ ਲੱਗ ਗਿਆ, ਕਹਿੰਦਾ ਇਹਨਾਂ ਨਾਲ ਮੈਂ ਕਿਵੇਂ ਰਵਾਂਗਾ, ਇਹਨਾਂ ਨੇ ਤਾਂ ਸਮਾਧੀ ਲਾ ਲਿਆ ਕਰਨੀ, ਹੁਣ ਦੋ ਦਿਨ ਲਾਈ ਕੀਤਾ 2 ਮਹੀਨੇ ਲਾ ਲੈਣ, ਹਾਂਜੀ ਮੈਂ ਹੁਣ ਇਹਦਾ ਨਾਲ ਕਿਵੇਂ ਰਵਾਂਗਾ ਗੁਰੂ ਨਾਨਕ ਨਾਲ, ਹਾਓ ਕਹਿੰਦਾ ਸਟੇ ਵਿਥ ਹਿਮ। ਹਾਂਜੀ ਕਹਿੰਦੇ ਕੇਬਿਦ ਹੋਵੇ ਸੰਗ ਇਨ ਹੋਵੇ ਕਸ਼ਟ ਅਪਾਰ। ਕਹਿਣਗੇ ਇਹਨਾਂ ਨਾਲ ਰਹਿ ਕੇ ਹੁਣ ਤਾਂ ਬੜਾ ਕਸ਼ਟ ਹੋਣਾ, ਹੁਣ ਤਾਂ ਬੜੀ ਭੁੱਖ ਲੱਗਿਆ ਕਰਨੀ ਆ, ਨਾ ਇਹਨਾਂ ਨੇ ਮੈਨੂੰ ਰੋਟੀ ਪੁੱਛਣੀ ਨਾ ਪਾਣੀ ਪੁੱਛਣਾ, ਇਹਨਾਂ ਨੇ ਤਾਂ ਸਮਾਧ ਲਾ ਕੇ ਬਹਿ ਜਾਣਾ, ਹਾਂਜੀ ਮੈਂ ਕੀ ਕਰੂੰਗਾ। ਕਹਿੰਦਾ ਕਹਿਣਾ ਇਹਨਾਂ ਨਾਲ ਰਹਿਣਾ ਬਹੁਤ ਔਖਾ, ਫੈਸਲਾ ਕਰ ਲਿਆ ਭਾਈ ਮਰਦਾਨੇ ਨੇ ਅੰਦਰੋਂ ਅੰਦਰ, ਕਹਿੰਦਾ ਗੁਰੂ ਨਾਨਕ ਨਾਲ ਰਹਿਣਾ ਬਹੁਤ ਔਖਾ ਹੈ। ਸੋਰਠਾ ਅਬਕੇ ਦੇਹ ਮਜਾਰ ਆਵੇ ਮੰਗੋ ਪਿਤਾ ਮੈਂ। ਹੁਣ ਕਹਿੰਦੇ ਭਾਈ ਮਰਦਾਨਾ ਉੱਥੇ ਡੀਕ ਰਿਹਾ, ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੀ ਸਮਾਧੀ ਤੋਂ ਉੱਠਣ, ਜਦੋਂ ਉੱਠੇ ਉਹ ਕਹਿੰਦਾ ਮੈਂ ਪਹਿਲੀ ਗੱਲ ਗੁਰੂ ਨਾਨਕ ਨਾਲ ਕਰਨੀ ਹੈ, ਮੈਨੂੰ ਆਗਿਆ ਦੇ ਦਿਓ ਜੀ, ਹਾਂਜੀ ਮੈਂ ਘਰ ਨੂੰ ਜਾਣਾ, ਆਈ ਹੈਵ ਟੂ ਗੋ ਬੈਕ ਹੋਮ, ਮੈਂ ਤੁਹਾਡੇ ਨਾਲ ਨਹੀਂ ਰਹਿ ਸਕਦਾ। ਭਾਈ ਮਰਦਾਨੇ ਨੇ ਇਹ ਫੈਸਲਾ ਕਰ ਲਿਆ ਜੀ, ਜਾਵੋ ਆਪਣ ਅਗਾਰ ਕਠਨ ਰਹਿਣ ਹੈ ਸੰਗ। ਹਾਂ ਕਹਿੰਦਾ ਮੈਂ ਕਹਿ ਦੇਣਾ ਗੁਰੂ ਨਾਨਕ ਨੂੰ ਮੈਂ ਆਪ ਤਾਂ ਆਪਣੇ ਘਰ ਨੂੰ ਚੱਲਿਆ, ਹਾਂਜੀ ਮੈਂ ਘਰ ਜਾਊਂਗਾ, ਮੈਨੂੰ ਰੋਟੀ ਪਾਣੀ ਮਿਲੇਗਾ, ਘਰ ਵਾਲੀ ਖਿਲਾਏਗੀ ਰੋਟੀ ਪਾਣੀ ਬਣਾ ਕੇ, ਹਾਂਜੀ ਮੈਂ ਉੱਥੇ ਜਿਹੜਾ ਮੌਜਾਂ ਕਰਾਂਗਾ, ਇੱਥੇ ਮੈਂ ਇਹਨਾਂ ਨਾਲ ਰਹਿ ਕੇ ਤਾਂ ਭੁੱਖਾ ਮਰਾਂਗਾ, ਹਾਂਜੀ ਕਹਿੰਦੇ ਐਸਾ ਤਾਂ ਹੋ ਨਹੀਂ ਸਕਦਾ। ਸੋ ਕਹਿੰਦੇ ਇਸ ਤਰ੍ਹਾਂ ਕਰਕੇ ਕਠਨ ਰਹਿਣ ਸੰਗ ਇਹਨਾਂ, ਬੜਾ ਔਖਾ ਜੀ ਗੁਰੂ ਨਾਨਕ ਨਾਲ ਰਹਿਣਾ। ਦਵਈਆ ਛੰਦ ਬਹੁਤ ਸ਼ੁਦਾ ਮਹਿ ਭਇਓ ਬਿਹਾਦਾ। ਬਹੁਤ ਸ਼ੁਦਾ, ਬਹੁਤ ਭੁੱਖ ਵਿੱਚ ਵਿਚਾਰਾ ਵਿਆਕੁਲ ਹੋ ਗਿਆ। ਜਿਸ ਇਮੈਜਿਨ ਆ, ਬੰਦਾ ਜੇ ਇੱਕ ਲੰਚ ਵੀ ਇੱਕ ਡਿਨਰ ਛੁੱਟ ਜਾਵੇ ਨਾ, ਬੰਦੇ ਦਾ ਕੀ ਬਣਦਾ? ਸਾਰੀ ਹਵਾ ਉੱਤੇ ਨੂੰ ਚੜ੍ਹ ਜਾਂਦੀ ਆ ਸਿਰ ਨੂੰ, ਰਾਈਟ? ਚੰਗੇ ਭਲੇ ਬੰਦਿਆਂ ਨੂੰ ਗੁੱਸਾ ਚੜ੍ਹ ਜਾਂਦਾ, ਕਰੈਕਟ? ਨਾ ਹੈਵ ਯੂ ਸੀਨ ਐਨੀ ਹੰਗਰੀ ਪਰਸਨ? ਨੋ, ਯੂ ਮਾਈਟ ਹੈਵ ਸੀਨ ਅ ਐਂਗਰੀ ਪਰਸਨ, ਬਟ ਹੈਵ ਯੂ ਸੀਨ ਅ ਹੰਗਰੀ ਪਰਸਨ? ਹਾਂਜੀ ਹੰਗਰੀ ਪਰਸਨ ਮੈਂ ਕਹਿੰਦਾ ਡਬਲ ਡੇਂਜਰਸ ਆ ਐਂਗਰੀ ਪਰਸਨ ਨਾਲ, ਹਾਂਜੀ। ਸੋ ਕਹਿੰਦੇ ਇਹ ਜਿਹੜੀ ਭੁੱਖ ਹੈ ਬਹੁਤ ਮਾੜੀ ਹੈ ਜੀ, ਸਹਾਰੇ ਨਹੀਂ ਜਾਂਦੇ, ਭੋਜਨ ਹੱਥ ਨਾ ਆਇਓ, ਭੋਜਨ ਕੋਈ ਵੀ ਹੱਥ ਨਾ ਆਇਆ, ਕਿਉਂਕਿ ਉਸ ਵੇਲੇ ਨਾ ਉਹ ਜਿਹੜਾ ਸਮਾਂ ਸੀਗਾ ਨਾ, ਉਹਨਾਂ ਕੋਲ ਪੈਕ ਫੂਡ ਨਹੀਂ ਹੋਇਆ ਕਰਦਾ ਸੀ, ਜਿਵੇਂ ਅੱਜ ਕੱਲ੍ਹ ਤਾਂ ਜੇ ਗੁਰੂ ਨਾਨਕ ਆ ਵੀ ਜਾਵੇ, ਹਾਂਜੀ ਤੁਸੀਂ ਪੈਕ ਫੂਡ ਆਪਣੇ ਪੈਕਟ 'ਚ ਰੱਖ ਸਕਦੇ ਹਾਂ, ਜੇ ਗੁਰੂ ਨਾਨਕ ਦੀ ਸਮਾਧੀ ਲੱਗ ਗਈ ਕਿ ਪੈਕਟ ਜਾ ਖੋਲ੍ਹ ਕੇ ਉੱਥੇ ਖਾਣ ਲੱਗ ਜਾਓ, ਹਾਂਜੀ ਜਾਂ ਕ੍ਰਿਪਸ ਰੱਖ ਲਓ, ਜਾਂ ਉੱਥੇ ਪੈਕਟ ਡਰਿੰਕ ਰੱਖ ਲਓ ਪਾਸੇ, ਜੇ ਇਹਨੂੰ ਪੀ ਕੇ ਪਾਣੀ ਜਾ ਬਹਿ ਜਾਓ, ਫਿਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹਨੂੰ ਜੋ ਭੁੱਖ ਲੱਗੀ ਆਪਾਂ ਪਾਣੀ ਪੂਣੀ ਪੀ ਲਿਆ, ਰਾਸ਼ਨ ਹੈ ਤਿਆਰ ਰੱਖਿਆ ਹੋਇਆ, ਹਾਂਜੀ ਪਰ ਉਹ ਟਾਈਮ 'ਤੇ ਚੀਜ਼ਾਂ ਹੈ ਨਹੀਂ ਸੀ ਨਾ। ਸੋ ਕੀ ਕਰਦਾ ਭਾਈ ਮਰਦਾਨਾ? ਤਜ ਨੈ ਸਕੀ ਦੀਨ ਦਿਆਲਾ। ਕਹਿਣਗੇ ਤਜ ਨੈ ਸਕੀ ਦੀਨ ਦਿਆਲਾ, ਕਹਿਣਗੇ ਹੁਣ ਗੁਰੂ ਨਾਨਕ ਦਾ ਬਚਨ ਮੋੜ ਵੀ ਨਹੀਂ ਸਕਦਾ, ਮਹਾਰਾਣ ਕਹਿੰਦੇ ਬੈਠਣਾ ਹੈ ਤੂੰ, ਸੋ ਬੈਠਾ ਨਹੀਂ ਜਾਂਦਾ ਕਿਤੇ, ਕਹਿੰਦਾ ਉੱਠ ਕੇ ਜਾਣਾ ਵੀ ਨਹੀਂ, ਉਹ ਵੀ ਹੁਕਮ ਟੁੱਟਦਾ ਹੈ। ਬਣੀ ਕਠਨ ਦੁੱਖ ਪਾਇਓ, ਬਣੀ ਕਠਨ, ਇਹ ਕਠਨ ਸਮੱਸਿਆ ਬਣ ਗਈ ਸੀ, ਇੱਕ ਵੈਰੀ ਡਿਫੀਕਲਟ ਸਿਚੁਏਸ਼ਨ ਹੋ ਗਿਆ, ਬੜਾ ਦੁੱਖ ਪਾਇਆ ਜੀ ਉਹਨਾਂ ਨੇ। ਬਸ ਅਸਮੰਜਸ ਵੀ ਦੋਨੋਂ ਬਾਤਾਂ, ਤਾਂ ਕਹਿੰਦੇ ਇਹ ਜਿਹੜੀ ਘਬਰਾਹਟ ਵੀ ਬੜੀ ਹੋਈ ਤੇ ਇਹ ਜਿਹੀਆਂ ਚੀਜ਼ਾਂ ਵੀ ਬੜੀਆਂ ਅਸਮੰਜਸ ਹੋ ਗਈਆਂ। ਅਸਮੰਜਸ ਮੀਨ ਜਿਹੜੀ ਕਠਿਨਾਈ ਹੋ ਗਈ, ਇਸ ਕੀ ਬਿਕਮ ਅ ਡਿਫੀਕਲਟ ਸਿਚੁਏਸ਼ਨ ਹੋ ਗਿਆ ਭਾਈ ਮਰਦਾਨੇ ਵਾਸਤੇ। ਲਿਖਤ ਰਹਿਣਪੁਰ ਜਾਣਾ, ਹਾਂ ਕਹਿੰਦਾ ਰਹਿਣਾ ਕੋਲੇ ਗੁਰੂ ਨਾਨਕ ਦੇ ਉਹ ਵੀ ਔਖਾ ਹੈ, ਗੁਰੂ ਨਾਨਕ ਨੂੰ ਛੱਡ ਕੇ ਵੀ ਜਾਣਾ ਔਖਾ ਹੈ, ਦੋਵੇਂ ਪਾਸੇ ਔਖੇ ਹੋ ਗਏ ਜੀ। ਕਰਤ ਵਿਚਾਰ ਰਾਤ ਸਭ ਬੀਤੀ, ਹੁਣ ਇਹ ਵਿਚਾਰ ਕਰਦਿਆਂ ਕਰਦਿਆਂ ਨਾ, ਜਸਟ ਇਮੈਜਿਨ ਭਾਈ ਮਰਦਾਨਾ ਫਿਰ ਵੀ ਬੜਾ ਥਕੜਾ ਹੈ ਜੀ, ਸਾਰੀ ਰਾਤ ਵਿਚਾਰਾ ਫਿਰ ਬੈਠਾ ਰਿਹਾ ਆਫਟਰ 2 ਡੇਜ਼ ਆਫ ਹੰਗਰ, ਹਾਂਜੀ। ਸੋ ਉਹ ਸਾਰੀ ਰਾਤ ਵਿਚਾਰਾ ਫਿਰ ਬੈਠਾ ਰਿਹਾ ਗੁਰੂ ਨਾਨਕ ਸਾਹਿਬ ਜੀ ਦੇ ਕੋਲ। ਆਇਓ ਉਦੇ ਪੁਨ ਭਾਨਾ, ਫਿਰ ਸੂਰਜ ਚੜ੍ਹਿਆ ਜੀ, ਆਪਣੇ ਵਰਗਾ ਤਾਂ ਹੁੰਦਾ ਮੈਂ ਕਿਹਾ ਗਾਰੰਟੀ ਭੱਜ ਜਾਣਾ ਸੀ, ਹਾਂਜੀ ਉੱਥੇ ਕਿੱਥੇ ਰਹਿਣਾ ਸੀ ਆਪਾਂ, ਹਾਂਜੀ ਕਿਹਦੇ ਕੋਲ ਭੁੱਖ ਸਹਾਰੀ ਜਾਣੀ ਆ, ਹਾਂਜੀ। ਸੋ ਆਪਾਂ ਨੂੰ ਤਾਂ ਜਿਹੜਾ ਹੈ ਇੱਕ ਜਿਹੜਾ ਹੈ ਥੋੜ੍ਹਾ ਜਿਹਾ ਭੁੱਖ ਲੱਗੇ ਆਪਾਂ ਤਾਂ ਉਦੋਂ ਹੀ ਫਤਿਹ ਬੁਲਾ ਕੇ ਉੱਧਰ ਹੋ ਜਾਂਦੇ ਹਾਂ, ਹੈ ਨਾ, ਜਿਹੜਾ ਹੈ ਗੁਰਦੁਆਰੇ ਜਾਂਦੇ ਪਹਿਲਾਂ ਲੰਗਰ ਛਕਦੇ ਹਾਂ, ਬਾਅਦ 'ਚ ਦੇਖਦੇ ਹਾਂ ਵੀ ਜਾਣਾ ਕਿ ਨਹੀਂ, ਉੱਤੇ ਮੱਥਾ ਟੇਕਣਾ ਕਿ ਨਹੀਂ, ਨੋ ਦੈਟਸ ਆਪਸ਼ਨਲ, ਹਾਂਜੀ ਲੰਗਰ ਛਕਣਾ ਕੰਪਲਸਰੀ ਹੈ, ਹਾਂਜੀ। ਸੋ ਆਪਣੇ ਵਾਸਤੇ ਤਾਂ ਇਹ ਚੀਜ਼ ਹੈ। ਫਿਰ ਅੰਬਕ ਅੰਬਜ ਬਿਕਸੈ ਤੇ ਛਿੰਨ, ਕਹਿਣਗੇ ਅੰਬਕ ਅੰਬਕ ਬਿਕਸੈ, ਕਹਿਣਗੇ ਹੁਣ ਦੇਖੋ ਇੱਥੇ 2 ਸ਼ਬਦ ਨੇ ਅੰਬਕ, ਅੰਬਕ ਜਿਹੜਾ ਹੈ ਇਹ ਅੱਖਾਂ ਵਾਸਤੇ ਵੀ ਹੈ ਅਤੇ ਲੋਟਸ ਫਲਾਵਰ ਵਾਸਤੇ ਵੀ ਹੈ, ਸੇਮ ਵਰਡ। ਸੋ ਇੱਥੇ ਭਾਈ ਸਾਹਿਬ ਨੇ ਵਰਤਿਆ ਅੰਬਕ ਅੰਬਕ,
ਕਮਲ ਵਰਗੀਆਂ ਅੱਖਾਂ ਗੁਰੂ ਨਾਨਕ ਸਾਹਿਬ ਜੀ ਦੀਆਂ ਖੁੱਲੀਆਂ ਹੋਣ। ਦ ਥਰਡ ਡੇ ਜਦੋਂ ਤੀਜਾ ਦਿਨ ਚੜਿਆ ਉਦੋਂ ਗੁਰੂ ਨਾਨਕ ਦੀਆਂ ਅੱਖਾਂ ਖੁੱਲੀਆਂ, ਪਏ ਸੁਚੇਤ ਸਰੀਰਾ, ਹੁਣ ਸੁਚੇਤ ਮਹਾਰਾਜ ਕੌਂਸ਼ੀਅਸ ਵਿੱਚ ਆ ਗਏ। ਮਹਾਰਾਜ ਨੇ ਅੱਖਾਂ ਖੋਲ ਕੇ ਮਹਾਰਾਜ ਕੌਂਸ਼ੀਅਸ ਵਿੱਚ ਹੋ ਗਏ ਜੀ। ਮਰਦਾਨੇ ਕੇ ਉਰ ਪੀ ਲੱਖ ਕਰ, ਹੁਣ ਮਹਾਰਾਜ ਗੁਰੂ ਨਾਨਕ ਹੈ ਉਹਨੇ ਪੁੱਜਰਾ, ਉਹਨਾਂ ਨੇ ਭਾਈ ਮਰਦਾਨੇ ਦੀ ਅੰਦਰ ਦਿਲ ਦੀ ਗੱਲ ਜਾਣ ਲਈ ਵੀ ਭਾਈ ਮਰਦਾਨਾ ਹੁਣ ਕੀ ਬੈਠ ਕੇ ਸੋਚ ਰਿਹਾ ਸੀਗਾ। ਬੋਲੇ ਬਾਕ ਗੰਭੀਰਾ, ਮਹਾਰਾਜ ਨੇ ਉਸ ਵੇਲੇ ਗੁਰੂ ਨਾਨਕ ਨੇ ਭਾਈ ਮਰਦਾਨੇ ਨੂੰ ਕੀ ਕਿਹਾ, ਸੀਰੀਅਸਲੀ ਗੱਲ ਕਹੀ ਹੈ। ਸੀਰੀਅਸਲੀ ਮਹਾਰਾਜ ਨੇ ਕੀ ਕਿਹਾ, ਕੇ ਬਿਧ ਕੀ ਸੁਧ ਬਧੋ ਆਪਣੀ, ਕਹਿਣ ਲੱਗੇ ਦੇਖੋ, ਕਹਿਣ ਲੱਗੇ ਕਿਹ ਬਿਧ ਕੀ ਸੁਧ ਬਧੋ ਆਪਣੀ। ਸੋ ਗੁਰੂ ਮਹਾਰਾਜ ਪੁੱਛਦੇ ਆ ਮਰਦਾਨਿਆ ਆ ਕੀ ਹਾਲਤ ਬਣਾਈ ਬੈਠਾ ਤੂੰ ਆਪਣੀ, ਤੇਰੀ ਕੀ ਹਾਲਤ ਹੋਈ ਪਈ, ਕਿਉਂਕਿ ਬੇਚਾਰੇ ਦਾ ਬੁਰਾ ਹਾਲ ਹੋ ਗਿਆ ਨਾ ਭੁੱਖ ਦੇ ਨਾਲ। ਦੇਖਿਓ ਤੁਸੀਂ ਕਿਤੇ ਬੰਦੇ ਭੁੱਖੇ ਦਾ ਮੂੰਹ ਕਿਵੇਂ ਹੋ ਜਾਂਦਾ ਵਿਚਾਰੇ ਦਾ, ਹੈ ਨਾ। ਸੋ ਕਹਿੰਦਾ ਕੀ ਹਾਲਤ ਬਣਾਈ ਬੈਠਾ ਤੂੰ ਆਪਣੀ, ਬਦਨ ਰਹੋ ਮੁਰਝਾਇਓ, ਕਹਿੰਦੇ ਬੜਾ ਮੁਰਝਾਇਆ ਜਿਹਾ ਬੈਠਾ ਤੂੰ, ਖੁਸ਼ ਨਹੀਂ ਲੱਗਦਾ। ਭਾਈ ਮਰਦਾਨਾ ਜੀ ਨੂੰ ਕਿਹਾ, ਜਸ ਮੈਂ ਤਿੰਨ ਦਿਨ ਭੁੱਖਾ ਰੱਖ ਕੇ ਗੁਰੂ ਨਾਨਕ ਸਾਹਿਬ ਜੀ ਪੁੱਛਦੇ ਆ ਵੀ ਤੂੰ ਕੁਮਲਾਇਆ ਕਿਉਂ, ਤੂੰ ਮੁਰਝਾਇਆ ਕਿਉਂ, ਹਾਊ ਡੂ ਯੂ ਫੀਲ, ਸਮਨ ਆਸ ਕਿਉਂ ਲੱਗਦਾ, ਹੈ ਤਿੰਨ ਦਿਨ ਭੁੱਖਾ ਰੱਖ ਕੇ ਹਜੇ ਮੇਰੀ ਹਾਲਾਤ ਪੁੱਛਦੇ ਆ, ਹਾਂਜੀ। ਸੋ ਇਹ ਗੱਲ ਹੋ ਗਈ ਜੀ। ਸੁਣ ਕਰ ਸ੍ਰੀ ਨਾਨਕ ਕੇ ਬਚਨਾ, ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਕੇ ਭਾਈ ਮਰਦਾਨੇ ਨੇ ਕਹਿਣ ਲੱਗੋ ਬਿਕਲਾਇਓ, ਬੇੜਾ ਦੁਖੀ ਜਾ ਹੋ ਕੇ ਬੋਲਿਆ ਮਰਦਾਨਾ, ਵਿਆਕੁਲ ਜਾ ਹੋ ਕੇ ਜਿਵੇਂ ਗੁੱਸਾ ਜਾ ਚੜਿਆ ਹੁੰਦਾ ਨਾ ਉਵੇਂ ਬੋਲਿਆ ਜੀ। ਛੁਦਾ ਪਿਪਾਸਾ ਤੁਮਰੇ ਨਿਵਰੇ ਤੇ, ਦਿਨ ਤੇ ਕਸਨਾ ਕੋ, ਕਹਿਣ ਲੱਗੇ ਹੇ ਗੁਰੂ ਨਾਨਕ, ਉਹਨਾਂ ਨੇ ਗੁਰੂ ਨਾਨਕ ਨੇ ਕਿਹਾ, ਕਹਿੰਦਾ ਤੁਹਾਡੀ ਜਿਹੜੀ ਨਾ ਭੁੱਖ ਤੇ ਪਿਆਸ ਆ ਹੈ ਉਹ ਤਾਂ ਤੁਸੀਂ ਗੁਆਲੀ, ਹਾਂ ਤੁਹਾਨੂੰ ਤਾਂ ਭੁੱਖ ਨਹੀਂ ਲੱਗਦੀ, ਤੁਹਾਨੂੰ ਪਿਆਸ ਨਹੀਂ ਲੱਗਦੀ, ਹੈਂ ਉਹਨਾਂ ਦਾ ਜਿੰਨਾ ਦੁੱਖ ਸੀ ਸਾਰਾ ਤੁਸੀਂ ਕੱਢ ਦਿੱਤਾ, ਤੁਹਾਨੂੰ ਨਹੀਂ ਲੱਗਦਾ ਦੁੱਖ, ਹੈਂ ਤੂੰ ਭੁੱਖ ਦਾ ਤੇ ਪਿਆਸ ਦਾ। ਕੈਸੇ ਤੁਮਕੋ ਆਨ ਪਿਆਪ ਹੈ ਰਾਵਰ ਸਿੱਜੇ ਸੋ, ਕੈਸੇ ਤੁਮਕੋ ਆਨ ਪਿਆਪ ਹੈ, ਇਹ ਭੁੱਖ ਤੇ ਤ੍ਰੇਹ ਤੁਹਾਨੂੰ ਕਿਵੇਂ ਲੱਗਣੀ ਆ ਕਿਉਂਕਿ ਤੁਸੀਂ ਉਹ ਬਣਾਈ ਆ ਨਾ। ਮਰਦਾਨਾ ਕਹਿੰਦਾ ਹੇ ਗੁਰੂ ਨਾਨਕ ਤੂੰ ਰੱਬ ਹੈ ਤੂੰ ਪਰਮੇਸ਼ਰ ਹੈ, ਇਹ ਭੁੱਖ ਤੇ ਪਿਆਸ ਵੀ ਤੁਸੀਂ ਬਣਾਈ ਆ, ਤੁਸੀਂ ਬਣਾਈ ਇਸ ਕਰਕੇ ਤੁਹਾਨੂੰ ਨਹੀਂ ਲੱਗਦੀ, ਹਾਂਜੀ। ਪਰ ਕਹਿੰਦੇ ਕੀ ਹੋਇਆ, ਕਹਿੰਦੇ ਰਾਵਤ ਸਿਰਜੇ ਸੋ, ਤੁਸੀਂ ਬਣਾਉਣ ਵਾਲੇ ਹੋ ਇਸ ਕਰਕੇ ਤੁਸੀਂ ਰਿਲੈਕਸ ਹੋ। ਹਮਰਾ ਨਰ ਤਨ ਤਿੰਨ ਬਿਨ ਗੁਜਰ ਨਾ ਅਸਨ ਬਸਨ ਨਿਤ ਚਾਹੋ, ਹਾਂ ਕਹਿੰਦੇ ਪਰ ਮੇਰਾ ਤਾਂ ਤਨ, ਮੈਂ ਇੱਕ ਮਨੁੱਖ ਹਾਂ, ਆਈ ਐਮ ਅ ਨੋਰਮਲ ਪਰਸਨ, ਹਾਂਜੀ ਮੈਨੂੰ ਤਾਂ ਭੁੱਖ ਲੱਗਦੀ ਆ ਨਾ, ਹੈਂ ਕਹਿੰਦੇ ਫਿਰ ਆਸਨ ਬਸਨ ਮੈਨੂੰ ਤਾਂ ਰੋਟੀ ਵੀ ਚਾਹੀਦੀ ਆ, ਪਾਣੀ ਵੀ ਚਾਹੀਦਾ, ਮੈਨੂੰ ਤਾਂ ਟਾਈਮ ਨਾਲ ਸਾਰਾ ਜਿਹੜਾ ਮੀਲ ਮੇਰੇ ਚਾਹੀਦੇ ਨੇ, ਹਾਂਜੀ ਫੁੱਲ ਮੀਲ ਚਾਹੀਦਾ, 3 ਮੀਲਸ ਅ ਡੇ ਮਿਨੀਮਮ, ਉਹ ਤਾਂ ਮੈਨੂੰ ਚਾਹੀਦੇ ਨੇ। ਫਿਰ ਪਯੋ ਛੁਦਾ ਸੋ ਅਦਕ ਬਿਹਾਲਾ, ਕਹਿਣ ਲੱਗੇ ਦੇਖੋ ਮੇਰਾ ਬੁਰਾ ਹਾਲ ਹੋ ਗਿਆ ਜੀ ਭੁੱਖ ਵਿੱਚ, ਕੇਤੇ ਪ੍ਰਭ ਦੀ ਕਹਾਂ, ਮਹਾਰਾਜ ਮੈਂ ਕਿੱਥੋਂ ਖਾਵਾਂ, ਹੈ ਤੁਸੀਂ ਬੈਠੇ ਵੀ ਉਜਾੜ ਵਿੱਚ, ਸ਼ਹਿਰ 'ਚ ਬਹਿ ਜਾਂਦੇ, ਹੈ ਮੋਦੀ ਖਾਨੇ 'ਚ ਬਹਿ ਜਾਂਦੇ, ਅਰੇ ਖਾਣਾ ਤਾਂ ਕੁਛ ਹੁੰਦਾ ਉੱਥੇ, ਹਾਂਜੀ ਇਹ ਤਾਂ ਮੈਨੂੰ ਉਜਾੜ ਵਿੱਚ ਬਿਠਾ ਤਾ, ਨਾ ਖਾਣਾ ਨਾ ਪੀਣਾ, ਨਾ ਕੋਈ ਆਉਂਦਾ ਨਾ ਕੋਈ ਜਾਂਦਾ, ਹਾਂਜੀ ਮੈਂ ਕਿੱਥੋਂ ਖਾਵਾਂ। ਤੁਮ ਜੇ ਸੰਗ ਰੱਖਿਓ ਨਿਤ ਚਾਹਤ, ਦੇਖੋ ਦੇਖੋ ਭਾਈ ਮਰਦਾਨਾ ਕੀ ਕਹਿੰਦਾ, ਕਹਿੰਦਾ ਮਹਾਰਾਜ ਜੇ ਤੁਸੀਂ ਮੈਨੂੰ ਆਪਣੇ ਕੋਲ ਰੱਖਣਾ ਚਾਹੁੰਦੇ ਹੋ, ਦੂਰ ਛੁਦਾ ਘਰ ਮੋਰੀ, ਹਾਂ ਮੇਰੀ ਵੀ ਭੁੱਖ ਗੁਆ ਦਿਓ ਫਿਰ, ਹੈਂ ਤੁਸੀਂ ਐਂ ਕਰੋ ਮੇਰੀ ਵੀ ਭੁੱਖ ਮੁਕਾ ਦਿਓ, ਮੇਰੇ ਵੀ ਪਿਆਸ ਮੁਕਾ ਦਿਓ ਹੁਣ। ਪਾਸਰ ਤੀਨ ਅਸਨ ਬਿਨ ਪੀਤੇ, ਦੇਖੋ ਮਹਾਰਾਜ 3 ਦਿਨ ਹੋ ਗਏ ਮੈਨੂੰ ਖਾਧਿਆਂ, ਹਾਂ ਅੱਜ ਤੋਂ 3rd ਡੇ ਨੂੰ ਮੈਂ ਜਦ 3 ਡੇਜ਼ ਬਿਫੋਰ ਮੈਂ ਖਾਧਾ ਹੈ ਖਾਣਾ, ਉਹ ਵੀ ਬੇਬੇ ਨਾਨਕੀ ਜੀ ਦੇ ਘਰ 'ਚ ਰੱਜ ਕੇ, ਮੈਨੂੰ ਬੜਾ ਸਵਾਦ ਲੱਗਿਆ ਸੀ, ਕਹਿੰਦੇ ਹੈਂ ਮੈਂ 3 ਦਿਨ ਹੋ ਗਏ ਖਾਧੇ ਨੂੰ। ਬਿਕਲ ਭੁੱਖ ਬਿਨ ਜੋਰੀ, ਹਾਂ ਦੇਖੋ ਕਹਿੰਦੇ ਮੈਂ ਵਿਆਕੁਲ ਹੋ ਗਿਆ ਜੀ ਖਾਣੇ ਤੋਂ ਬਗੈਰ, ਮੇਰਾ ਸਰੀਰ ਕਮਜ਼ੋਰ ਹੋ ਗਿਆ, ਮੈਨੂੰ ਹੁਣ ਬੋਲਿਆ ਵੀ ਨਹੀਂ ਜਾਂਦਾ, ਕੇ ਬਿਦ ਹੋਏ ਮੋਹ ਮੋਹੇ ਦਰਬਾਰ, ਮਹਾਰਾਜ ਮੈਂ ਤੁਹਾਡੇ ਨਾਲ ਕਿਵੇਂ ਰਹਿ ਸਕਦਾ, ਇਸ ਤਰ੍ਹਾਂ ਤੁਹਾਡੇ ਨਾਲ ਰਹਿਣਾ ਮੇਰਾ ਕਿਵੇਂ ਹੋ ਸਕਦਾ ਹੈ, ਕਹਿੰਦਾ ਸਤੀ ਵੀ ਤਿਉ ਲੱਗਦਾ। ਫਿਰ ਅਸਨ ਅਚਨ ਚਿਤ ਚਾਹਾ, ਹਾਂ ਮਹਾਰਾਜ ਮੇਰਾ ਵੀ ਜੀ ਕਰਦਾ ਮੈਂ ਵੀ ਖਾਣਾ ਖਾਵਾਂ, ਸਾਰੀ ਦੁਨੀਆ ਖਾਂਦੀ ਹੈ, ਮਹਾਰਾਜ ਮੇਰਾ ਨਹੀਂ ਜੀ ਕਰਦਾ, ਮੈਨੂੰ ਵੀ ਪਰੌਂਠੇ ਯਾਦ ਆਉਂਦੇ ਨੇ, ਹਾਂਜੀ ਘਿਓ 'ਤੇ ਪਾਇਆ ਹੋਇਆ ਸੋਹਣੀ ਵਾਸ਼ਨਾ ਆਉਂਦੀ ਹੈ, ਹੈਂ ਰਿਜਵਾਂ ਸਾਗ ਨੂੰ ਤੜਕਾ ਲਾਇਆ ਹੋਵੇ, ਮੱਕੀ ਦੀਆਂ ਰੋਟੀਆਂ ਪੱਕੀਆਂ ਹੋਣ, ਹੈਂ ਮਹਾਰਾਜ ਮੈਨੂੰ ਨਹੀਂ ਜੀ ਕਰਦਾ। ਫਿਰ ਇੱਕ ਨਿਰਬਲ ਤਨ ਦੂਸਰ ਪਦ ਸੋ, ਹਾਂ ਕਹਿਣ ਲੱਗਾ ਇੱਕ ਨਿਰਬਲ ਤਨ, ਇੱਕ ਤਾਂ ਮੇਰਾ ਸਰੀਰ ਕਮਜ਼ੋਰ ਹੋ ਗਿਆ, ਦੂਸਰ ਪਦ ਸੋ ਕਹਿਣ ਲੱਗੇ ਆਪ ਜੀ ਦੇ ਪੈਰਾਂ ਦੇ ਨਾਲ ਸਦਾ ਪੰਥ ਅਵਗਾਹਾ, ਹਾਂ ਕਹਿਣ ਲੱਗੇ ਸਦਾ ਪੰਥ ਅਵਗਾਹਾ, ਤੁਹਾਡੇ ਨਾਲ ਤੁਰਨਾ ਵੀ ਪਊਗਾ, ਮਹਾਰਾਜ ਜਿੱਥੇ ਤੁਸੀਂ ਜਾਣਾ ਤੁਸੀਂ ਤੁਰ ਕੇ ਜਾਣਾ ਹੈ, ਤੁਸੀਂ ਕਿਹੜੇ ਇੱਥੇ ਗੱਡੀਆਂ 'ਤੇ ਜਾਣਾ, ਹਾਂਜੀ ਤੁਸੀਂ ਮੈਨੂੰ ਤੁਰ ਕੇ ਲੈ ਕੇ ਜਾਣਾ, ਮਹਾਰਾਜ ਇੱਕ ਤਾਂ ਤੁਸੀਂ ਖਾਣਾ ਨਹੀਂ ਦਿੰਦੇ, ਉੱਤੋਂ ਤੁਸੀਂ ਤੁਰ ਕੇ ਜਾਣਾ, ਅਤੇ ਤੁਸੀਂ ਕਹਿੰਦੇ ਸਾਰੀ ਦੁਨੀਆ 'ਤੇ ਜਾਣਾ, ਮਹਾਰਾਜ ਕਿਵੇਂ ਜਾਵਾਂਗਾ ਮੈਂ ਤੁਰ ਕੇ, ਮੈਨੂੰ ਖਾਣਾ ਤਾਂ ਦੇ ਦਿਓ, ਹਾਂਜੀ ਐਟਲੀਸਟ ਨੋ ਇੰਨਾ ਤਾਂ ਮੈਂ ਬਹੁਤਾ ਨਹੀਂ ਮੰਗ ਰਿਹਾ, ਮੈਨੂੰ ਖਾਣਾ ਤਾਂ ਪੂਰਾ ਦੇਣਾ ਚਾਹੀਦਾ ਹੈ। ਦੋਹਰਾ ਸ੍ਰੀ ਨਾਨਕ ਆਨਕ ਭਨੈ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਾ ਇਹ ਸੁਣ ਕੇ ਦੇਖੋ ਭਾਈ ਮਰਦਾਨੇ ਨੂੰ ਕੀ ਕਿਹਾ, ਸੁਣ ਮਰਦਾਨਾ ਕਾ, ਕਹਿਣਗੇ ਹੇ ਮਰਦਾਨਿਆ ਸੁਣ ਕੰਨ ਦੇ ਕੇ, ਹੁਣ ਸਵਾਰ ਕੇ ਧਿਆਨ ਨਾਲ ਸੁਣ, ਹਮ ਸੰਗ ਐਸੇ ਹੀ ਸਦਾ, ਮਹਾਰਾਜ ਕਹਿੰਦੇ ਮੇਰੇ ਨਾਲ ਤਾਂ ਇਹੀ ਆ, ਇਫ ਯੂ ਨੁਸਤੇ ਇਸ ਜਸਟ ਲਾਈਕ ਦੈਟ, ਇਸੇ ਤਰ੍ਹਾਂ ਹੀ ਹੋਵੇਗਾ, ਇਹ ਤੋਂ ਵੱਧ ਕੁਛ ਨਹੀਂ ਹੋਣਾ ਇੱਥੇ,
ਮੈਂ ਇਹ ਨਾ ਸੋਚੀ ਮੈਂ ਤੇਰੇ ਉੱਤੇ ਪ੍ਰਬੰਧ ਕਰੂੰਗਾ ਖਾਣੇ ਪੀਣੇ ਦਾ ਨਥਿੰਗ ਡੂਇੰਗ ਇਟਸ ਗੋਇੰ ਬੀ ਲਾਈਕ ਦੈਟ ਫਿਰ ਰਹੋ ਆਪ ਪਰਮਾਨ ਹਾਂ ਕਹਿਣ ਲੱਗੇ ਇਹੋ ਰਹੋ ਆਪ ਪਰਮਾਨ ਤੂੰ ਜਿਹੜਾ ਹੈ ਜੇ ਤੈਨੂੰ ਪ੍ਰਵਾਨ ਹੈ ਇਫ ਯੂ ਵਾਂਟ ਟੂ ਸਟੇ ਵਿਦ ਮੀ ਯੂ ਕੈਨ ਸਟੇ ਬਟ ਇਟਸ ਗੋਇੰ ਬੀ ਲਾਈਕ ਦੈਟ ਇਹਦੇ 'ਚ ਚੇਂਜਸ ਨਹੀਂ ਕੋਈ ਆਉਣੀਆਂ ਬਾਕੀ ਤੇਰੀ ਮਰਜ਼ੀ ਹੈ ਸੋ ਰਠਾ ਕਹਿ ਮੁਛਦਾ ਨਸਾ ਹੈ ਕਹਿ ਦੀਜੈ ਮੁਝ ਖਾਨ ਕੋ ਕਹਿੰਦਾ ਹੁਣ ਭਾਈ ਮਰਦਾਨੇ ਨੇ ਕੰਡੀਸ਼ਨ ਰੱਖਤੀ ਮਰਦਾਨਾ ਕਹਿੰਦਾ ਜਾਂ ਤਾਂ ਮੈਨੂੰ ਖਾਣ ਪੀਣ ਵਾਸਤੇ ਦਿਓ ਜਾਂ ਮੇਰੀ ਭੁੱਖ ਮਿਟਾ ਦਿਓ ਨਾਓ ਯੂ ਚੂਜ਼ ਵਿਚ ਵਨ ਯੂ ਵਾਂਟ ਟੂ ਗਿਵ ਭਾਵੇਂ ਗੁਰੂ ਨਾਨਕ ਨੂੰ ਫਿਰ ਪੁੱਛ ਲਿਆ ਜੀ ਭਾਈ ਮਰਦਾਨੇ ਨੇ ਤੋ ਹੋਵੇ ਨਿਰਬਾਹੇ ਨਾ ਤੁਰ ਸੰਗ ਨਾ ਪੁੰਜੇ ਇਸ ਤਰ੍ਹਾਂ ਕਹਿੰਦਾ ਤੋ ਹੋਵੇ ਨਿਰਬਾਹ ਤਾਂ ਮੈਂ ਤੁਹਾਡੇ ਨਾਲ ਰਹਿ ਸਕਦਾ ਅਦਰਵਾਈਜ਼ ਆਈ ਕੈਨੋਟ ਜਵਾਬ ਦਿੱਤਾ ਜੀ ਕਹਿੰਦੇ ਆਈ ਕੈਨੋਟ ਸਟੇ ਵਿਥ ਯੂ ਮੈਂ ਤੁਹਾਡੇ ਨਾਲ ਨਹੀਂ ਰਹਿ ਸਕਦਾ ਜੇ ਇਹ ਦੋ ਚੀਜ਼ਾਂ ਤੋਂ ਤੁਸੀਂ ਮੈਨੂੰ ਇੱਕ ਵੀ ਨਹੀਂ ਦਿਓਗੇ ਮੇਰੀ ਭੁੱਖ ਮਿਟਾ ਦਿਓ ਜਾਂ ਮੈਨੂੰ ਖਾਣਾ ਦੇ ਦਿਓ ਦਵਈਆ ਛੰਦ ਇਹ ਬਾਤਾਂ ਸਭ ਟਿੱਕਰ ਤਾਰਾ ਇਹ ਸਾਰੀਆਂ ਜਿਹੜੀਆਂ ਹਨ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਦੇਖੋ ਮਰਦਾਨਿਆਂ ਇਹ ਸਭ ਕੁਝ ਕਰਤਾਰ ਦੇ ਹੱਥ ਵਿੱਚ ਹੈ ਉਹ ਪਰਮੇਸ਼ਰ ਦੇ ਹੱਥ ਵਿੱਚ ਹੈ ਸਾਡੇ ਹੱਥ ਵਿੱਚ ਕੁਝ ਨਹੀਂ ਕਰਨ ਕਰਾ ਮਨ ਜੋ ਹਾਂ ਪਰਮਾਤਮਾ ਹੀ ਕਰਨ ਵਾਲਾ ਹੈ ਤੇ ਕਰਾਉਣ ਵਾਲਾ ਹੀ ਇਜ਼ ਦ ਕੌਜ਼ ਐਂਡ ਦ ਇਫੈਕਟ ਹੈ ਨਾ ਹੀ ਡਸ ਬੋਥ ਸੋ ਕਹਿੰਦੇ ਉਹਦੇ ਹੱਥ ਵਿੱਚ ਸਭ ਕੁਝ ਹੈ ਅਮਰੇ ਸੰਗ ਜਾਣਿਆ ਅਸ ਬੇਤ ਕਹਿੰਦੇ ਜੇ ਸਾਡੇ ਨਾਲ ਤਾਂ ਇਹੀ ਗੱਲਾਂ ਹੋਣੀਆਂ ਹੈ ਮਰਦਾਨਿਆਂ ਅਸੀਂ ਸੁੱਖ ਨਹੀਂ ਲੈਣ ਵਾਸਤੇ ਦੁਨੀਆਂ ਵਿੱਚ ਆਏ ਅਸੀਂ ਤਾਂ ਇੱਥੇ ਪ੍ਰਚਾਰ ਕਰਨ ਵਾਸਤੇ ਆਏ ਹਾਂ ਇਸ ਕਰਕੇ ਜਸ ਬਣ ਕੱਟ ਹੈ ਸੋ ਹਾਂ ਕਹਿੰਦੇ ਜਸ ਬਣ ਕੱਟ ਹੈ ਸੋ ਜੈਸੀ ਬਣਦੀ ਹੈ ਵੈਸੀ ਸਾਨੂੰ ਕੱਟਣੀ ਪੈਣੀ ਹੈ ਦ ਸਿਚੁਏਸ਼ਨ ਸਾਨੂੰ ਜੈਸਾ ਹੋਵੇਗਾ ਸਾਨੂੰ ਉਸ ਤਰ੍ਹਾਂ ਹੀ ਇਹਦੇ ਵਿੱਚ ਨਿਭਾਰ ਆਪਣਾ ਕਰਨਾ ਪੈਣਾ ਵੀ ਹੈਵ ਟੂ ਸਸਟੇਨ ਆਵਰ ਸੈਲਫ ਇਨ ਵਟ ਐਵਰ ਸਿਚੁਏਸ਼ਨ ਦੈਟ ਕਮਸ ਅਲੋਂਗ ਸੋ ਇਸ ਕਰਕੇ ਖੁਸ਼ੀ ਹੋਏ ਤਾਂ ਨਿਕਟ ਰਹੀ ਜੈ ਕਹਿਣਗੇ ਹੇ ਮਰਦਾਨੇ ਜੇ ਤੈਨੂੰ ਖੁਸ਼ੀ ਹੈ ਤਾਂ ਤੂੰ ਰਹਿ ਨਹੀਂ ਤਾਂ ਨਾ ਤੋ ਜਾਵੇ ਨਿਜ ਧਾਮਾ ਕਹਿਣਗੇ ਨਹੀਂ ਤਾਂ ਮਰਦਾਨਿਆਂ ਤੂੰ ਮੁੜ ਜਾ ਆਪਣੇ ਘਰ ਨੂੰ ਆਪਣੇ ਘਰ ਜਾ ਕੇ ਰਹਿ ਤੂੰ ਆਪਣੇ ਘਰ ਨੂੰ ਮੁੜ ਜਾ ਸੁਣ ਕਰ ਮਰਦਾਨਾ ਔਰ ਭਰਮਿਓ ਕਰੇ ਆਦ ਸੁਤ ਭਾਮਾ ਕਹਿੰਦੇ ਉਸ ਵੇਲੇ ਸੁਣ ਕਰ ਮਰਦਾਨਾ ਔਰ ਭਰਮਿਓ ਹੁਣ ਮਰਦਾਨੇ ਨੇ ਇਹ ਗੱਲ ਗੁਰੂ ਨਾਨਕ ਦੀ ਸੁਣ ਕੇ ਨਾ ਥੋੜ੍ਹੇ ਜਿਹੇ ਭਰਮ 'ਚ ਪੈ ਗਿਆ ਹੁਣ ਸੋਚਣ ਲੱਗ ਪਿਆ ਥੋੜ੍ਹਾ ਥਿੰਕਿੰਗ ਵਿੱਚ ਪੈ ਗਿਆ ਜੀ ਥਿੰਕਿੰਗ ਲੈਵਲ 'ਚ ਕਰੇ ਯਾਦ ਸੁਤ ਪਾਵਾਂ ਅਤੇ ਨਾਲ ਉਹਨਾਂ ਨੂੰ ਆਪਣੀ ਵਹੁਟੀ ਬੜੀ ਚੇਤੇ ਆਈ ਵਹੁਟੀ ਤਾਂ ਆਉਣੀ ਸੀ ਕਿਉਂਕਿ ਪਰੌਂਠੇ ਚੇਤੇ ਆਏ ਕਰੇ ਨਾਲ ਹੁਣ ਦੇਖੋ ਜਿਹੜਾ ਵੀ ਕੋਈ ਆਦਮੀ ਹੁੰਦਾ ਜਦੋਂ ਭੁੱਖਾ ਹੁੰਦਾ ਉਹਨੂੰ ਘਰ ਵਾਲੀ ਯਾਦ ਆਈ ਜਾਂਦੀ ਹੈ ਵਿਚਾਰੇ ਨੂੰ ਔਖੀ ਸੌਖੀ ਆਉਂਦੀ ਹੈ ਹਾਂਜੀ ਉਹ ਸਾਰੀਆਂ ਗੱਲਾਂ ਦੇਖ ਲੈਂਦਾ ਵੀ ਘਰ ਵਾਲੀ ਇਹ ਕਰਦੀ ਹੈ ਪਰ ਨੈਵਰ ਮਾਈਂਡ ਨਾ ਖਾਣਾ ਤਾਂ ਮਿਲਦਾ ਨਾ ਐਟਲੀਸਟ ਹਾਂਜੀ ਸੋ ਹਾਂ ਸੋ ਇਸ ਤਰ੍ਹਾਂ ਕਰਕੇ ਜਿਹੜਾ ਹੈ ਹੁਣ ਜਿਹੜਾ ਹੈ ਫਿਰ ਪੁੱਤਰ ਯਾਦ ਕਰ ਲਏ ਧੀਆਂ ਦਾ ਮੋਹ ਆ ਗਿਆ ਜੀ ਉਹਨੂੰ ਜਾਓ ਨਕੇਤ ਨਿਰਦੇਸ਼ ਦੇ ਹੋ ਪ੍ਰਭ ਹੋ ਦੇਖੋ ਮਰਦਾਨਾ ਚੰਗਾ ਫਿਰ ਕਹਿੰਦਾ ਮਹਾਰਾਜ ਮੈਨੂੰ ਆਗਿਆ ਦਿਓ ਮੈਂ ਘਰ ਨੂੰ ਚੱਲਾਂ ਆਈ ਐਮ ਗੋਇੰਗ ਬੈਕ ਸੋ ਕਰ ਲਿਆ ਜੀ ਫੈਸਲਾ ਹੁਣ ਫਿਰ ਸੁਧ ਤੁਮਰੀ ਸਭ ਦੇਉ ਹਾਂ ਮਹਾਰਾਜ ਇੱਕ ਗੱਲ ਮੈਂ ਥੋੜ੍ਹਾ ਕੰਮ ਜ਼ਰੂਰ ਕਰਾਂਗਾ ਤਲਵੰਡੀ ਜਾ ਕੇ ਮੈਂ ਥੋੜ੍ਹੀ ਸਾਰੀ ਖਬਰ ਉੱਥੇ ਦੇਵਾਂਗਾ ਇਟਸ ਓਕੇ ਮੈਂ ਉੱਥੇ ਜਾਂਦਾ ਹਾਂ ਹੁਣ ਭਇਓ ਤਰਿਆਰ ਚੱਲਣ ਕੋ ਘਰ ਜਾਬ ਹੁਣ ਜਦੋਂ ਘਰ ਨੂੰ ਤਿਆਰ ਹੋ ਗਿਆ ਜਾਣ ਵਾਸਤੇ ਭਾਈ ਮਰਦਾਨਾ ਖੜ ਗਿਆ ਜੀ ਜਾਣ ਵਾਸਤੇ ਤਿਆਰੀ ਕਰ ਲਈ ਪੂਰੀ ਬੋਲੇ ਅਲੱਖ ਅਭੇਊ ਉਸ ਵੇਲੇ ਅਲੱਖ ਜੋ ਲੱਖਣ ਤੋਂ ਪਰੇ ਹੈ ਅਭੇਵ ਜਿਹਦਾ ਭੇਦ ਨਹੀਂ ਜਾਣਿਆ ਜਾਂਦਾ ਜਿਹਦਾ ਸਿਕਰਟ ਨਹੀਂ ਜਾਣਿਆ ਜਾਂਦਾ ਗੁਰੂ ਨਾਨਕ ਸਾਹਿਬ ਜੀ ਫਿਰ ਬੋਲੇ ਕੀ ਕਿਹਾ ਸੁਸਾ ਆਵਾਸ ਰਬਾਬ ਤਰੀਜੈ ਕਹਿੰਦੇ ਮਰਦਾਨਿਆਂ ਜਾਣਾ ਜਾਂਦਿਆਂ ਜਾਂਦਿਆਂ ਨਾ ਬੇਬੇ ਨਾਨਕੀ ਦੇ ਘਰ ਵਿੱਚ ਰਬਾਬ ਧਰ ਜੀ ਤੂੰ ਨਾਲ ਨਾ ਲੈ ਜੀ ਰਬਾਬ ਬੇਬੇ ਨਾਨਕੀ ਦੇ ਘਰ ਵਿੱਚ ਧਰ ਕੇ ਫਿਰ ਤੂੰ ਘਰ ਨੂੰ ਜਾਈ ਵਾਪਸ ਬਾਲ ਜਾਹੋ ਮਰਦਾਨਾ ਫਿਰ ਉਸ ਤੋਂ ਬਾਅਦ ਤੂੰ ਤਲਵੰਡੀ ਚਲਿਆ ਜਾਈ ਕਰਨਾ ਨਿਤ ਕੇ ਸੁਣ ਕੇ ਬਚਨਾ ਇਹ ਬਚਨ ਜਿਹੜੇ ਹਨ ਕਿਰਪਾ ਦੇ ਘਰ ਗੁਰੂ ਨਾਨਕ ਸਾਹਿਬ ਜੀ ਦੇ ਸੁਣ ਕਰਕੇ ਗੁਰ ਮੈਂ ਕਿਉਂ ਪਿਆਨਾ ਚਲਿਆ ਗਿਆ ਜੀ ਮਰਦਾਨਾ ਰਬਾਬ ਛੁੱਕੀ ਤੇ ਚਲਿਆ ਗਿਆ ਪੁਰ ਨੂੰ ਸੁਲਤਾਨਪੁਰ ਵਿੱਚ ਕਯੋ ਨਿਕੇਤ ਨਾਨਕੀ ਤਵਹੀ ਪਹੁੰਚ ਗਿਆ ਜੀ ਬੇਬੇ ਨਾਨਕੀ ਜੀ ਦੇ ਘਰ ਵੀ ਸੰਸ਼ਕ ਜਬ ਦੇਖਾ ਹੁਣ ਬੇਬੇ ਨਾਨਕੀ ਜੀ ਨੇ ਜਦੋਂ ਦੇਖਿਆ ਭਾਈ ਮਰਦਾਨਾ ਰਬਾਬ ਚੁੱਕ ਕੇ ਆ ਗਿਆ ਤੇ ਵੀਰ ਨਾਨਕ ਕੋਲੇ ਆਇਆ ਨਹੀਂ ਤੇ ਦੇਖ ਕੇ ਬੇਬੇ ਨਾਨਕੀ ਨੂੰ ਸੰਸਾ ਹੋ ਗਿਆ ਵੀ ਕੋਈ ਗੜਬੜ ਹੈ ਵੀ ਜਿਹੜਾ ਇਕੱਲਾ ਆਇਆ ਹੈ ਸੁੰਦਰ ਪੀੜਾ ਦੀਨ ਵਿਛਾਈ ਕਹਿੰਦੇ ਸੁੰਦਰ ਪੀੜਾ ਇੱਕ ਸੁੰਦਰ ਪੀੜਾ ਹੁੰਦਾ ਨਾ ਬੈਠਣ ਵਾਸਤੇ ਪੀੜਾ ਜਿਹੜਾ ਵਿਛਾ ਦਿੱਤਾ ਜੀ ਭਾਈ ਮਰਦਾਨੇ ਵਾਸਤੇ ਆਦਰ ਕੀਨ ਵਿਸ਼ੇਖਾ ਬਹੁਤ ਆਦਰ ਕੀਤਾ ਭਾਈ ਮਰਦਾਨੇ ਦਾ ਸਤਿਕਾਰ ਕੀਤਾ ਸਤਿਕਾਰ ਕਰਕੇ ਬਿਠਾਇਆ ਬਹੁਤ ਦਿਵਸ ਮੈਂ ਹਮ ਘਰ ਆਇਓ ਕਹਿਣ ਲੱਗੇ ਬਹੁਤ ਘਰ ਬੇਬੇ ਨਾਨਕੀ ਜੀ ਕਹਿੰਦੇ ਮਰਦਾਨੇ ਨੂੰ ਬਹੁਤ ਦਿਨਾਂ ਤੋਂ ਬਾਅਦ ਆਇਆ ਤੂੰ ਮਰਦਾਨਾ ਇੱਥੇ ਤਿੰਨ ਦਿਨਾਂ ਬਾਅਦ ਤੋਂ ਆ ਗਿਆ ਸੀ ਨਾ ਵਿਚਾਰਾ ਸੋ ਕਹਿੰਦੇ ਤਿੰਨ ਦਿਨਾਂ ਬਾਅਦ ਤੂੰ ਆਇਆ ਹੈ ਕਹਾਂ ਰਹੇ ਮਰਦਾਨਾ ਮਰਦਾਨੇ ਤੂੰ ਕਿੱਥੇ ਰਿਹਾ ਤਿੰਨ ਦਿਨ ਹੈ ਕਿੰਨ ਤਿੰਨ ਦਿਨ ਜਿਹੜੇ ਹਨ 3 ਡੇਸ ਵਾਸਤੇ ਕਿੱਥੇ ਰਹੇ ਤੁਸੀਂ ਇਹ ਰਬਾਬ ਕੀ ਕੀਮਤ ਕਿਤਨੀ ਫਿਰ ਬੇਬੇ ਨਾਨਕੀ ਨੇ ਪੈਸੇ ਦੇਣੇ ਸੀ ਨਾ ਰਿਮੈਂਬਰ ਬੇਬੇ ਨਾਨਕੀ ਨੇ 7 ਰੁਪੀਜ਼ ਦਿੱਤੇ ਸੀ ਉਹ ਰਬਾਬ ਵਾਸਤੇ ਜੋ ਖਰੀਦਣੀ ਸੀ ਰਬਾਬ ਸੋ ਮਰਦਾਨੇ ਨੂੰ 7 ਰੁਪੀਜ਼ ਦਿੱਤੇ ਸੀ ਤੇ ਹੁਣ ਬੇਬੇ ਨਾਨਕੀ ਜੀ ਪੁੱਛਦੇ ਨੇ ਵੀ ਇਹ ਰਬਾਬ ਕਿੰਨੇ ਦੀ ਹੈ ਵਟ ਇਜ਼ ਦਾ ਵੈਲਿਊ ਆਫ ਦ ਰਬਾਬ ਫਿਰ ਜੋ ਅੱਜ ਸੁੰਦਰ ਆਨਾ ਹਾਂ ਕਹਿਣ ਲੱਗੇ ਬੜੀ ਸੁੰਦਰ ਹੈ ਬੜੀ ਸੋਹਣੀ ਰਬਾਬ ਤੂੰ ਲੈ ਕੇ ਆਇਆ
ਤੇ ਕਹਿੰਦੇ ਇਹ ਗੱਦੀ ਬੜੀ ਸੁੰਦਰ ਹੈ ਸੋ ਕਿੱਥੋਂ ਲੈ ਕੇ ਆਇਆ ਪੁੱਛਿਆ ਜੀ ਭਰਾਤਾ ਕੌਣ ਥਾਨ ਅਬ ਜੈ ਬੈਸੇ ਫੇਰ ਪੁੱਛ ਲਿਆ ਜੀ ਕਹਿੰਦੇ ਸਾਡਾ ਵੀਰ ਕਿੱਥੇ ਹੈ ਸਾਡਾ ਵੀਰ ਨਾਨਕ ਨੂੰ ਕਿੱਥੇ ਛੱਡ ਕੇ ਆਇਆ ਫਿਰ ਕਮਲ ਬਦਨ ਗਤ ਦੈਨਾ ਤੇ ਕਜਰਾ ਹੈ ਕਮਲ ਬਦਨ ਗਤ ਦੈਨਾ ਉਹ ਜਿਹੜੇ ਹਨ ਕਹਿੰਦੇ ਕਮਲ ਕਮਲ ਫੁੱਲ ਵਰਗੇ ਉਹਨਾਂ ਦਾ ਮੁਖੜਾ ਮੁਕਤੀ ਦੇ ਦਾਤੇ ਮੇਰੇ ਵੀਰ ਕਿੱਥੇ ਤੂੰ ਛੱਡ ਕੇ ਆਇਆ ਉਹਨਾਂ ਨੂੰ ਕਹਿ ਮਰਦਾਨਾ ਆਇਸ ਲੈ ਕਰ ਭਾਈ ਮਰਦਾਨਾ ਕਹਿੰਦਾ ਮੈਂ ਉਹਨਾਂ ਦੀ ਆਗਿਆ ਲੈ ਕੇ ਆਇਆ ਮੈਂ ਆਈ ਨਹੀਂ ਆਇਆ ਮੈਂ ਉਹਨਾਂ ਦੀ ਆਗਿਆ ਲੈ ਕੇ ਆਇਆ ਉਹਨਾਂ ਦਾ ਪਰਮਿਸ਼ਨ ਲੈ ਕੇ ਆਇਆ ਹਾਂ ਹੋ ਜਾਵੋ ਨਿਜ ਐਨਾ ਹੁਣ ਮੈਂ ਚੱਲਿਆ ਘਰ ਨੂੰ ਵਾਪਸ ਭਾਈ ਮਰਦਾਨਾ ਕਹਿੰਦਾ ਨਿਭੈ ਸੰਗ ਨਾ ਤਿਨ ਕੋ ਮੁਝ ਤੇ ਕਹਿਣਗੇ ਮੈਥੋਂ ਨਹੀਂ ਉਹਨਾਂ ਕੋਲ ਰਿਹਾ ਜਾਂਦਾ ਗੁਰੂ ਨਾਨਕ ਕੋਲ ਮੈਂ ਨਹੀਂ ਰਹਿ ਸਕਦਾ ਕਲਾਵਾਨ ਅਵਤਾਰਾ ਉਹ ਤਾਂ ਕਲਾਵਾਨ ਨੇ ਹਾਂਜੀ ਸ਼ਕਤੀਆਂ ਦੇ ਮਾਲਕ ਨੇ ਉਹ ਤਾਂ ਪਰਮੇਸ਼ਰ ਦੇ ਅਵਤਾਰ ਨੇ ਤਿੰਨ ਸਮ ਹੋਵੇ ਨਿਕਟ ਚਾਹੇ ਸੋ ਹਾਂ ਕਹਿਣਗੇ ਤਿੰਨ ਸਮ ਹੋਵੇ ਗੁਰੂ ਨਾਨਕ ਨਾਲ ਉਹੀ ਰਹਿ ਸਕਦਾ ਜਿਹੜਾ ਗੁਰੂ ਨਾਨਕ ਵਰਗਾ ਹੋਵੇ ਮੈਥੋਂ ਨਹੀਂ ਰਿਹਾ ਜਾਂਦਾ ਜੀ ਖਾਏ ਨਾ ਕਬਹੂ ਆਹਾਰਾ ਉਹ ਤਾਂ ਖਾਂਦੇ ਨਹੀਂ ਖਾਣਾ ਨਾ ਉਹਨਾਂ ਨੂੰ ਭੁੱਖ ਲੱਗਦੀ ਹੈ ਧਰਨ ਰਬਾਬ ਸਦਨ ਮੈਂ ਆਇਓ ਮੈਂ ਤਾਂ ਇੱਥੇ ਰਬਾਬ ਰੱਖਣ ਆਇਆ ਬੇਬੇ ਜੀ ਮੈਂ ਤੁਹਾਡੇ ਘਰ 'ਚ ਰਬਾਬ ਰੱਖਣੀ ਹੈ ਫਿਰ ਤੁਮ ਕਰਦੇ ਹੋ ਸੰਦੇਸ਼ ਹਾਂ ਕਹਿਣਗੇ ਤੁਸੀਂ ਕੋਈ ਆਪਣਾ ਸੰਦੇਸ਼ ਦੇਣਾ ਪੇਕੇ ਘਰ ਨੂੰ ਹਾਂਜੀ ਕਿਉਂ ਤਲਵੰਡੀ ਪੇਕਾ ਘਰ ਆ ਬੇਬੇ ਨਾਨਕੀ ਦਾ ਕਹਿੰਦੇ ਤੁਸੀਂ ਆਪਣੇ ਘਰ ਕੋਈ ਦੇਣਾ ਆਪਣੇ ਮਾਤਾ ਪਿਤਾ ਨੂੰ ਕੋਈ ਸੁਨੇਹਾ ਦੇਣਾ ਹੋਵੇ ਤਲਵੰਡੀ ਮੈਂ ਭਇਓ ਤਿਆਰ ਮੈਂ ਤਾਂ ਤਲਵੰਡੀ ਜਾਣ ਨੂੰ ਤਿਆਰ ਹੋ ਗਿਆ ਜੀ ਹੁਣ ਕਹਿਓ ਬਚਨ ਜਬ ਅਸ ਐਸਾ ਜਦੋਂ ਐਸੇ ਬਚਨ ਕਹੇ ਭਾਈ ਮਰਦਾਨੇ ਨੇ ਸੁਨਤ ਨਾਨਕੀ ਨੈਨ ਨੀਰੰ ਬੇਬੇ ਨਾਨਕੀ ਜੀ ਦੇ ਅੱਖਾਂ ਵਿੱਚੋਂ ਅਥਰੂ ਆ ਗਏ ਬੇਬੇ ਨਾਨਕੀ ਜੀ ਰੋਣ ਲੱਗ ਪਏ ਉਸ ਵੇਲੇ ਬੂੰਦ ਗਿਰਤ ਧਰਮਾਹੀ ਉਹ ਬੂੰਦਾਂ ਜਿਹੜੀਆਂ ਬੇਬੇ ਨਾਨਕੀ ਦੇ ਅੱਖਾਂ ਦੇ ਅਥਰੂ ਆ ਨਾ ਉਹ ਧਰਤੀ ਤੇ ਡਿੱਗਣ ਲੱਗ ਗਈਆਂ ਉਹ ਜਿਹੜੇ ਹਨ ਤੀਰ ਹਰੀ ਔਰ ਪੀਰ ਗਹੀਰਾ ਕਹਿਣਗੇ ਹੌਸਲਾ ਛੱਡਤਾ ਬੇਬੇ ਨਾਨਕੀ ਨੇ ਇਹ ਗੱਲ ਸੁਣ ਕੇ ਉਹਨਾਂ ਦਾ ਹੌਸਲਾ ਟੁੱਟ ਗਿਆ ਜੀ ਹਾਂਜੀ ਉਹਨਾਂ ਦਾ ਕੌਨਫੀਡੈਂਸ ਟੁੱਟ ਗਿਆ ਤੇ ਕਹਿੰਦੇ ਔਰ ਪੀਰ ਹਿਰਦੇ ਵਿੱਚ ਬੜੀ ਪੀੜਾ ਹੋਣ ਲੱਗ ਗਈ ਉਹਨਾਂ ਨੂੰ ਬੜਾ ਦੁੱਖ ਲੱਗਿਆ ਇਹ ਗੱਲ ਦਾ ਤਜੋ ਹਰਕ ਸੁਖ ਨਾਹੀ ਕਹਿੰਗੇ ਤਜੋ ਹਰਕ ਸੁਖ ਛੱਡ ਦਿੱਤਾ ਬੇਬੇ ਨਾਨਕੀ ਨੇ ਬੜੇ ਦੁਖੀ ਹੋ ਗਏ ਤਨ ਸਨੇ ਸਾਗਰ ਮਹਿ ਮਗਨ ਕਹਿੰਗੇ ਸਾਰਾ ਉਹਨਾਂ ਦਾ ਸਰੀਰ ਜਿਵੇਂ ਕਿਤੇ ਦੁੱਖ ਦੇ ਸਾਗਰ ਵਿੱਚ ਡੁੱਬ ਗਿਆ ਹੁੰਦਾ ਹੈ ਇਸ ਤਰ੍ਹਾਂ ਕਰਕੇ ਉਹ ਬਹੁਤ ਦੁਖੀ ਹੋ ਗਏ ਜੀ ਗਿਆਨ ਕਿਨਾਰਾ ਨਾ ਪਾਵੇ ਗਿਆਨ ਦਾ ਕਿਨਾਰਾ ਮਿਲਦਾ ਨਹੀਂ ਦ ਸ਼ੋ ਆਫ ਨੌਲੇਜ ਜਿਹੜਾ ਹੈ ਉਹ ਮਿਲਦਾ ਨਹੀਂ ਬੇਬੇ ਨਾਨਕੀ ਨੂੰ ਬੇਬੇ ਨਾਨਕੀ ਉਹੀ ਬਸ ਆਪਣੇ ਦੁੱਖ ਵਿਦੇ ਸਮੁੰਦਰ ਵਿੱਚ ਡੁੱਬ ਗਏ ਨਹਿ ਟਿਗ ਨਾਨਕ ਰੂਪ ਜਹਾਜੂ ਕਹਿਣਗੇ ਨਹਿ ਹੁਣ ਦਿਸਦਾ ਵੀ ਨਹੀਂ ਨਾਨਕ ਰੂਪ ਜਹਾਜ਼ ਹੁਣ ਕਹਿ ਕੇ ਪਾਣੀ 'ਚ ਡੁੱਬਦੇ ਹੋਏ ਜਹਾਜ਼ ਆ ਕੇ ਬਚਾਉਂਦਾ ਹੈ ਜਹਾਜ਼ ਕੌਣ ਆ ਗੁਰੂ ਨਾਨਕ ਕਹਿੰਦੇ ਆਲੇ ਦੁਆਲੇ ਦੇਖਦੇ ਆ ਹੁਣ ਗੁਰੂ ਨਾਨਕ ਜੈਸਾ ਜਿਹੜਾ ਹੈ ਉਹਨਾਂ ਦਾ ਜਹਾਜ਼ ਵੀ ਨਹੀਂ ਦਿਖਾਈ ਦਿੰਦਾ ਜਿਹੜਾ ਉਹਨੂੰ ਫੜ ਕੇ ਬਚ ਸਕੇ ਸੋ ਬੇਬੇ ਨਾਨਕੀ ਜੀ ਬਹੁਤ ਦੁਖੀ ਹੋ ਗਏ ਜਿਸ ਅਲੰਬ ਤਰ ਜਾਵੇ ਕਹਿੰਦੇ ਜਿਸ ਅਲੰਬ ਤਰ ਜਾਵੇ ਕਿਹਦੇ ਆਸਰੇ ਤੇ ਤਰ ਸਕਦੇ ਸਨ ਦਾਸੀ ਤੁਲਸਾਂ ਬੀਚੀ ਕੇ ਸਮ ਕਹਿਣਗੇ ਉਸ ਵੇਲੇ ਜਿਹੜੇ ਹਨ ਦਾਸੀ ਤੁਲਸਾਂ ਦਾਸੀ ਉਹਨਾਂ ਦੇ ਘਰ ਦੀ ਨੌਕਰ ਸੀ ਬੇਬੇ ਨਾਨਕੀ ਦੀ ਸੋ ਤੁਲਸਾਂ ਦਾਸੀ ਜਿਹੜੀ ਹੈ ਉਹ ਲਹਿਰਾਂ ਦੀ ਤਰ੍ਹਾਂ ਸੀ ਵੇਵ ਦੀ ਤਰ੍ਹਾਂ ਹੁਣ ਵੇਵ ਜਿਹੜੇ ਹੁੰਦੇ ਬੰਦੇ ਨੂੰ ਧੱਕਦੇ ਆ ਨਾ ਸ਼ੋ ਵੱਲ ਲੈ ਕੇ ਜਾਂਦੇ ਨੇ ਸੋ ਤੁਲਸਾਂ ਦਾਸੀ ਇੱਕ ਆਸਰਾ ਬਣੀ ਜਿਵੇਂ ਵੇਵਸ ਜਿਹੜੇ ਹਨ ਉਹ ਤੱਕਦੇ ਹਨ ਉਬਰਨ ਤੀਰ ਸੋ ਦੇਈ ਕਹਿਣਗੇ ਉਹ ਜਿਹੜਾ ਹਨ ਉਬਰਨ ਤਰ ਜਾਣ ਵਾਸਤੇ ਉਹ ਬੇਬੀ ਤੁਲਸਾਂ ਇੱਕ ਧੀਰਜ ਬਣ ਗਈ ਫੋਰਟੀਟਿਊਡ ਉਹ ਫੋਰਟੀਟਿਊਡ ਬਣ ਕੇ ਧੀਰਜ ਬਣ ਕੇ ਉਹ ਹੌਸਲਾ ਦੇ ਰਹੀ ਹੈ ਬੇਬੇ ਨਾਨਕੀ ਜੀ ਨੂੰ ਪਹੁੰਚਤ ਬਦਨੰਗ ਪਰਤ ਦਿਲਾਸਾ ਉਹ ਮੁਖੜਾ ਪੂੰਝਦੀ ਹੈ ਬੇਬੇ ਨਾਨਕੀ ਜੀ ਦਾ ਲੈ ਕੇ ਰੁਮਾਲ ਪੂੰਝਦੀ ਹੈ ਤੇ ਦਿਲਾਸਾ ਦਿੰਦੀ ਬੇਬੇ ਨਾਨਕੀ ਜੀ ਨੂੰ ਕਹਿੰਦੇ ਬੇਬੇ ਜੀ ਇਸ ਤਰ੍ਹਾਂ ਨਾ ਤੁਸੀਂ ਰੋ ਜਤਨ ਅਨੇਕ ਕਰੇ ਬਹੁਤ ਜਤਨ ਕੀਤੇ ਉਹਨਾਂ ਨੇ ਮਨਾਉਣ ਵਾਸਤੇ ਬੇਬੇ ਨਾਨਕੀ ਜੀ ਨੂੰ ਰੋਦਨ ਕਰਤ ਨਾ ਨਿਵਰੈ ਕਿਤ ਬੇਦਾ ਹੁਣ ਇਸ ਤਰ੍ਹਾਂ ਕਰਕੇ ਬੇਬੇ ਨਾਨਕੀ ਜੀ ਰੋਂਦੇ ਨੇ ਹੜਦੇ ਨੇ ਰੋਈ ਜਾਂਦੇ ਨੇ ਅੱਖਾਂ 'ਚ ਅਥਰੂ ਆਈ ਜਾਂਦੇ ਹਨ ਜਦਬ ਰਿਦਾ ਗਿਆਨੀ ਕਹਿਣਗੇ ਜਦਬ ਰਿਦਾ ਗਿਆਨੀ ਭਾਵੇਂ ਉਹਨਾਂ ਦਾ ਹਿਰਦਾ ਗਿਆਨ ਵਾਲਾ ਹੈ ਭਾਵੇਂ ਉਹਨਾਂ ਦਾ ਪੂਰਨ ਭਰੋਸਾ ਹੈ ਆਪਣੇ ਵੀਰ ਨਾਨਕ 'ਤੇ ਪਰ ਫਿਰ ਵੀ ਕਹਿੰਦੇ ਉਹਨੂੰ ਇੰਨਾ ਉਹਨਾਂ ਨੂੰ ਪਿਆਰ ਹੈ ਗੁਰੂ ਨਾਨਕ ਨਾਲ ਜਦੋਂ ਪਤਾ ਲੱਗਿਆ ਵੀ ਮਰਦਾਨਾ ਛੱਡ ਕੇ ਚੱਲਿਆ ਨਾ ਉਹਨਾਂ ਨੂੰ ਇਹ ਦੁੱਖ ਨਾ ਉਹਨਾਂ ਤੋਂ ਸਹਾਰਿਆ ਗਿਆ ਕਹਿੰਦੇ ਮੇਰਾ ਵੀਰ ਇਕੱਲਾ ਕਿਵੇਂ ਰਹੇਗਾ ਮੇਰਾ ਵੀਰ ਦਾ ਗੁਜ਼ਾਰਾ ਕਿਵੇਂ ਹੋਵੇਗਾ ਉਹਨੇ ਤਾਂ ਕੁਛ ਕਹਿਣਾ ਨਹੀਂ ਹੁਣ ਇਹ ਦੁੱਖ ਦੇ ਵਿੱਚ ਬੇਬੇ ਨਾਨਕੀ ਜੀ ਰੋ ਰਹੇ ਹਨ ਸ੍ਰੀ ਨਾਨਕ ਸਨੇਹ ਕੀ ਮਹਿਮਾ ਕਹਿਣਗੇ ਗੁਰੂ ਨਾਨਕ ਦੇ ਪਿਆਰ ਦੀ ਉਹਨਾਂ ਦੀ ਮਹਿਮਾ ਉਹਨਾਂ ਦੇ ਪ੍ਰੇਸ ਜਿਹੜਾ ਹੈ ਵਿਛੜਨ ਤੇ ਬਿਲਖਾਨੀ ਉਹਨਾਂ ਨੂੰ ਵਿਛੜਨ ਤੇ ਬੇਬੇ ਨਾਨਕੀ ਜੀ ਬਹੁਤ ਘਬਰਾਏ ਵੀ ਕਿਤੇ ਮੇਰਾ ਵਿਛੋੜਾ ਨਾ ਪੈ ਜਾਵੇ ਮੈਂ ਤਾਂ ਆਪਣੇ ਵੀਰ ਨਾਨਕ ਨੂੰ ਰੋਜ਼ ਦੇਖਣਾ ਹੈ ਜੇ ਮੇਰਾ ਵੀਰ ਨਾਨਕ ਕਿਤੇ ਚਲੇ ਗਿਆ ਫਿਰ ਮੈਨੂੰ ਕਿਵੇਂ ਮਿਲੇਗਾ ਜਰਾਮ ਗਯੋ ਕਿਤ ਕਾਜਾ ਉਸ ਟਾਈਮ ਤੇ ਬਾਬਾ ਜੈ ਰਾਮ ਜੀ ਬੇਬੇ ਨਾਨਕੀ ਜੀ ਦੇ ਪਤੀ ਹਸਬੈਂਡ ਜਿਹੜੇ ਸਨ ਉਹ ਕਿਤੇ ਗਏ ਹੋਏ ਸਨ ਆਵਾ ਤੇ ਛਿਨ ਮਾਹੀ ਉਸ ਵੇਲੇ ਬਾਬਾ ਜੈ ਰਾਮ ਜੀ ਵੀ ਘਰ ਆ ਗਏ ਵਾਪਸ ਫਿਰ ਬਿਸਮਾਦਿਓ ਰੋਦਤ ਪਸ਼ੰਤੂ ਓਕੇ ਬੇਬੇ ਨਾਨਕੀ ਜੀ ਨੂੰ ਰੋਂਦਿਆਂ ਹੋਇਆਂ ਦੇਖ ਕੇ ਬਾਬਾ ਜੈ ਰਾਮ ਜੀ ਵੀ ਬੜੇ ਹੈਰਾਨ ਹੋਏ ਕਿਉਂਕਿ ਬੇਬੇ
ਨਾਨਕੀ ਜੀ ਨਾ ਭਾਵੇਂ ਗੁਰੂ ਨਾਨਕ ਜੀ ਤਿੰਨ ਦਿਨ ਰੋਈ ਨਦੀ ਦੇ ਵਿੱਚ ਗਏ ਗੁਰੂ ਨਾਨਕ ਸਾਹਿਬ ਜੀ, ਉਦੋਂ ਸਾਰਾ ਸੁਲਤਾਨਪੁਰ ਇਹ ਕਹਿੰਦਾ ਸੀ ਵੀ ਡੁੱਬ ਗਏ। ਬੇਬੇ ਨਾਨਕੀ ਜੀ ਕਹਿੰਦੇ ਨਹੀਂ, ਮੇਰਾ ਵੀਰ ਡੁੱਬਦਿਆਂ ਨੂੰ ਬਚਾਉਣ ਵਾਸਤੇ ਆਇਆ, ਉਹ ਆਪ ਨਹੀਂ ਡੁੱਬ ਸਕਦਾ, ਬੜਾ ਭਰੋਸਾ ਰੱਖਿਆ। ਬਾਬਾ ਜੈ ਰਾਮ ਜੀ ਨੇ ਮੋਦੀਖਾਨੇ ਦੀ ਕਾਰ ਹੋਈ, ਆਡਿਟ ਹੋਇਆ, ਉਦੋਂ ਬਾਬਾ ਜੈ ਰਾਮ ਜੀ ਦੁਖੀ ਹੋਏ। ਬੇਬੇ ਨਾਨਕੀ ਜੀ ਕਹਿੰਦੇ ਨਹੀਂ, ਮੇਰੇ ਵੀਰ ਦਾ ਜਿਹੜਾ ਹੈ ਹਮੇਸ਼ਾ ਪ੍ਰੋਫਿਟ ਹੀ ਹੋਵੇਗਾ, ਕਿਤੇ ਘਾਟਾ ਨਹੀਂ ਪਵੇਗਾ। ਇੰਨਾ ਕੌਨਫੀਡੈਂਸ ਸੀ ਉਹਨਾਂ ਨੂੰ। ਅੱਜ ਜਦੋਂ ਬਾਬਾ ਜੈ ਰਾਮ ਜੀ ਨੇ ਦੇਖਿਆ ਨਾ, ਬੇਬੇ ਨਾਨਕੀ ਜੀ ਆਪ ਰੋ ਰਹੇ ਹਨ, ਉਹ ਵੀ ਘਬਰਾ ਗਏ ਵੀ ਗੱਲ ਕੀ ਹੋਈ। ਤੁਲਸਾਂ ਸੋ ਬਚ ਪ੍ਰਾਹੀ ਤੇ ਪੁੱਛ, ਜਿਹੜਾ ਹੈ ਬਾਬਾ ਜੈ ਰਾਮ ਜੀ ਨੇ ਤੁਲਸਾਂ ਦਾਸੀ ਨੂੰ ਪੁੱਛਿਆ ਉਸ ਵੇਲੇ, ਕਹੋ ਕੈਸੇ ਕਿਆ ਭਯੋ ਕੋ ਕਾਜ, ਕਹਿੰਦਾ ਕਿਹੜਾ ਮਾੜਾ ਕੰਮ ਹੋ ਗਿਆ, ਕੀ ਹੋ ਗਿਆ, ਕਿਉਂ ਇਹ ਰੋ ਰਹੇ ਹਨ। ਜਦ ਕਾਲੂ ਤਨੀਆ, ਕਿਉਂ ਕਾਲੂ ਦੀ ਤਨੀਆ, ਕਾਲੂ ਦੀ ਪੁੱਤਰੀ, ਬਾਬਾ ਮਹਿਤਾ ਕਾਲੂ ਦੀ ਪੁੱਤਰੀ ਕਿਉਂ ਰੋ ਰਹੀ ਹੈ। ਤੁਲਸਾ ਭਰਤ ਚਲਿਓ ਮਰਦਾਨਾ, ਕਹਿਣ ਲੱਗੇ ਤੁਲਸਾ ਨੇ ਦੱਸਿਆ ਵੀ ਜਿਹੜਾ ਮਰਦਾਨਾ ਹੈ ਇਹ ਵਾਪਸ ਤਲਵੰਡੀ ਚੱਲਿਆ। ਏਕਲ ਪ੍ਰਾਤਾ ਗੁਨੀਆ, ਬੇਬੇ ਨਾਨਕੀ ਨੇ ਇਹ ਸੋਚਿਆ ਕਿ ਮੇਰਾ ਵੀਰ ਕੱਲਾ ਰਹਿ ਜਾਏਗਾ, ਇਸ ਕਰਕੇ ਬੇਬੇ ਨਾਨਕੀ ਜੀ ਰੋ ਰਹੇ, ਕਿਉਂਕਿ ਆਪ ਜੀ ਨੂੰ ਯਾਦ ਹੋਊਗਾ ਪਿਛਲੀ ਕਥਾ ਚ ਭਾਈ ਬਾਲਾ ਜੀ ਵੀ ਵਾਪਸ ਤਲਵੰਡੀ ਚਲੇ ਗਏ। ਸੋ ਕਹਿੰਦੇ ਹੁਣ ਜਿਹੜਾ ਹੈ ਮਰਦਾਨਾ ਵੀ ਚਲਿਆ ਗਿਆ ਤਾਂ ਮੇਰਾ ਵੀਰ ਤਾਂ ਕੱਲਾ ਰਹਿ ਜਾਏਗਾ, ਉਹਨਾਂ ਨਾਲ ਕੌਣ ਹੋਵੇਗਾ। ਹੋਏ ਉਦਾਸੂ ਜਾਹੇ ਵਿਦੇਸ਼ਾ, ਹਾਂ ਕਹਿਣਗੇ ਹੋਏ ਉਦਾਸੂ, ਕਹਿਣਗੇ ਉਦਾਸ ਹੈ ਕਿ ਨਾਨਕ ਨੇ ਤਾਂ ਵਿਦੇਸ਼ ਚਲੇ ਜਾਣਾ ਹੈ, ਹੋਰ ਦੇਸ਼ਾਂ ਵਿੱਚ ਜਾਏਗਾ ਨਾਨਕ, ਫਿਰ ਗੁਰੂ ਨਾਨਕ ਦਾ ਕਿਵੇਂ ਪਤਾ ਲੱਗੇਗਾ। ਕਿਉਂਕਿ ਆਪਾਂ ਨੂੰ ਇਹ ਗੱਲ ਦਾ ਜਿਹੜਾ ਹੈ ਇੱਕ ਵਿਚਾਰ ਕਰਨੀ ਚਾਹੀਦੀ ਹੈ, ਕਿਉਂਕਿ ਅੱਜ ਜੇ ਵੀ ਕੋਈ ਘਰ ਤੋਂ ਜਾਂਦਾ ਹੈ ਨਾ, ਆਪਾਂ ਕਹਿੰਦੇ ਉਹਦੇ ਕੋਲ ਹੈਂਡਫੋਨ ਹੈ, ਯੂ ਕੈਨ ਆਲਵੇਸ ਕਾਲ, ਹਾਂਜੀ, ਸੋ ਕਿੰਨੇ ਆਪਣੇ ਕੋਲ ਮੀਡੀਅਮ ਹੈ ਕਮਿਊਨੀਕੇਸ਼ਨ ਦੇ। ਪਰ ਉਸ ਵੇਲੇ ਜਿਵੇਂ ਹੁਣ ਕੋਈ ਜਾਂਦਾ ਸੀ, ਜਿਵੇਂ ਗੁਰੂ ਨਾਨਕ ਚੱਲਿਆ ਹੈ, ਹੂ ਕੈਨ ਟਰੈਕ ਹਿਮ, ਕੀ ਪਤਾ ਹੋਣਾ ਸੀ ਵੀ ਗੁਰੂ ਨਾਨਕ ਕਿੱਥੇ ਗਿਆ, ਕਿਹੜੇ ਰਸਤੇ ਗਿਆ, ਕਿਵੇਂ ਗਿਆ, ਕਦੋਂ ਮੁੜੇਗਾ, ਕਿੰਨੀ ਕੁ ਦੂਰ ਗਿਆ, ਯੂ ਵਿਲ ਨੈਵਰ ਨੋ, ਤੁਹਾਨੂੰ ਪਤਾ ਹੀ ਨਹੀਂ ਲੱਗਣਾ ਜਦੋਂ ਤੱਕ ਉਹ ਵਾਪਸ ਆਏਗਾ। ਸੋ ਇਸ ਕਰਕੇ ਬੇਬੇ ਨਾਨਕ ਜੀ ਨੂੰ ਇਹ ਰੁਦਨ ਹੋ ਰਿਹਾ ਵੀ ਮੇਰਾ ਵੀਰ ਨਾਨਕ ਜਾਏਗਾ, ਕੱਲਾ ਜਾਏਗਾ, ਤੇ ਕਿੱਥੇ ਜਾਏਗਾ ਹੁਣ, ਵਿਛੜਨ ਕੋ ਦੁੱਖ ਮਾਨਾ। ਸੋ ਇਹ ਵਿਛੋੜੇ ਦਾ ਦੁੱਖ ਉਹਨਾਂ ਨੂੰ ਉਹਨਾਂ ਦੇ ਅੱਖਾਂ ਵਿੱਚੋਂ ਅਥਰੂ ਲੈ ਕੇ ਆਇਆ, ਉਹ ਵਿਛੋੜੇ ਦਾ ਦੁੱਖ ਨਹੀਂ ਬੇਬੇ ਨਾਨਕੀ ਜੀ ਸਹਾਰ ਸਕਦੇ। ਸੋ ਇਹੀ ਇੱਕ ਭਗਤ ਦੀ ਨਿਸ਼ਾਨੀ ਹੁੰਦੀ ਹੈ, ਜਿਹੜਾ ਕੋਈ ਭਗਤ ਹੁੰਦਾ ਨਾ ਉਹਨੂੰ ਵਿਛੋੜਾ ਨਹੀਂ ਸਹਿਆ ਜਾਂਦਾ, ਕਿ ਪਰਮਾਤਮਾ ਨਾਲ ਉਹ ਵਿਛੋੜਾ ਕੌਣ ਸਹਿ ਸਕਦਾ ਹੈ। ਤਰਨ ਰਬਾਬ ਅਵੈ ਇਹ ਆਵਾ, ਕਹਿਣ ਲੱਗੇ ਹੁਣ ਇਹ ਰਬਾਬ ਧਰਨ ਵਾਸਤੇ ਘਰ ਵਿੱਚ ਆਇਆ ਹੈ। ਸੁਣ ਕਰ ਰੋਦਨ ਠਾਣਾ, ਇਸ ਕਰਕੇ ਬੇਬੇ ਨਾਨਕੀ ਜੀ ਰੋ ਰਹੇ ਹਨ। ਭਗਤ ਜੈ ਰਾਮ ਰਹਿ ਮਰਦਾਨਾ, ਭਾਈ ਜੈ ਰਾਮ ਜੀ ਕਹਿਣ ਲੱਗੇ ਮਰਦਾਨਿਆ ਤੂੰ ਕਿਤੇ ਨਾ ਜਾ, ਤੂੰ ਇੱਥੇ ਹੀ ਰਹਿ। ਹੁਣ ਮਰਦਾਨੇ ਨੂੰ ਇਹ ਗੱਲ ਕਹੀ ਜੈ ਰਾਮ ਜੀ ਨੇ, ਜਿਸ ਬਿਦ ਕਰੀਏ ਸੋ, ਕਹਿਣਗੇ ਜਿਸ ਬਿਦ ਜਿਵੇਂ ਵੀ ਤੂੰ ਕਹਿਣਾ ਅਸੀਂ ਕਰਾਂਗੇ, ਤੂੰ ਪਰ ਤੂੰ ਜਾਣ। ਹਾਂਜੀ ਫਿਰ ਰੱਖ ਹੈ ਇਹਾਂ ਨਾ ਜਾ ਵਹਿ ਘਰ ਕੋ, ਬਾਬਾ ਜੈ ਰਾਮ ਜੀ ਕਹਿੰਦੇ ਮਰਦਾਨਿਆ ਤੈਨੂੰ ਘਰ ਨੂੰ ਨਹੀਂ ਜਾਣ ਦੇਣਾ, ਤੈਨੂੰ ਇੱਥੇ ਹੀ ਰੱਖਣਾ ਅਸੀਂ, ਤੈਨੂੰ ਨਹੀਂ ਅਸੀਂ ਜਾਣ ਦਿੰਦੇ। ਉਦਾਸ ਔਰ ਹੋ ਵਾ, ਫਿਰ ਭਾਈ ਜੈ ਰਾਮ ਨੇ ਪੁੱਛਿਆ ਭਾਈ ਮਰਦਾਨੇ ਨੂੰ ਤੂੰ ਉਦਾਸ ਕਿਉਂ ਹੈ, ਤੂੰ ਕਿਉਂ ਵਾਪਸ ਘਰ ਨੂੰ ਜਾਣਾ ਚਾਹੁੰਦਾ ਹੈ। ਸੁਣ ਆਰਜ ਸੁਤ ਜੇ ਮਰਦਾਨਾ ਰਹਿ ਭਰਾਤ ਕੇ ਪਾਸੂ, ਕਹਿਣਗੇ ਸੁਣ ਆਰਜ ਸੁਤ, ਤੇ ਉਹਨਾਂ ਨੇ ਕਿਹਾ ਹੇ ਸ੍ਰਿਸ਼ਟ ਦੇ ਪੁੱਤਰ, ਬੇਬੇ ਨਾਨਕੀ ਨੇ ਕਿਹਾ ਬਾਬਾ ਜੈ ਰਾਮ ਜੀ ਨੂੰ ਉਸ ਵੇਲੇ ਹੇ ਸ੍ਰਿਸ਼ਟ ਦੇ ਪੁੱਤਰ, ਹਾਂਜੀ ਕਿਉਂਕਿ ਪਤੀ ਦਾ ਨਾਂ ਨਹੀਂ ਨਾ ਲੈਂਦੇ। ਸੋ ਇਸੇ ਤਰ੍ਹਾਂ ਹੀ ਜਿਹੜਾ ਹੈ ਘਰ ਵਾਲਾ ਵੀ ਘਰਵਾਲੀ ਦਾ ਨਾਂ ਨਹੀਂ ਲਿਆ ਕਰਦੇ ਸਨ, ਤਾਂ ਹੀ ਤਾਂ ਕਾਲੂ ਤਨਿਆ ਕਿਹਾ ਹੈ, ਕਾਲੂ ਦੀ ਪੁੱਤਰੀ, ਹਾਂਜੀ ਇਸ ਕਰਕੇ ਨਾਂ ਨਹੀਂ ਲੈਂਦੇ ਸਨ। ਅੱਜ ਕੱਲ੍ਹ ਤਾਂ ਬੱਚਾ ਆਪਣੇ ਪਿਓ ਦਾ ਨਾਂ ਚੁੱਕੀ ਫਿਰਦਾ, ਉਹ ਦੁਬਰਖੀ ਗੱਲ, ਹਾਂਜੀ ਉਹ ਸਮਾਂ ਬਦਲ ਗਿਆ, ਪਰ ਉਸ ਸਮੇਂ 'ਤੇ ਕੋਈ ਕਿਸੇ ਦਾ ਨਾਂ ਨਹੀਂ ਲੈਂਦਾ ਸੀ, ਤਾਂ ਹੀ ਲੋਕ ਕਹਿੰਦੇ ਸੀ ਭਾਗ ਭਰੀ ਕਹਿ ਦਿੰਦੇ ਸੀ, ਵੱਡੇ ਭਾਗਾਂ ਵਾਲੀ, ਪਤਾ ਨਹੀਂ ਹੋਰ ਕੀ ਨਾਂ ਲੈ ਕੇ ਕਹਿੰਦੇ ਸਨ। ਅੱਜ ਤੱਕ ਹੋਰੇ ਅੰਗਰੇਜ਼ੀ ਨਾਂ ਲਈ ਜਾਂਦੇ ਨੇ, ਹਾਂਜੀ ਡਾਰਲਿੰਗ ਡੂਲਿੰਗ ਜਾਂ ਪਤਾ ਨਹੀਂ ਕੀ, ਉਹ ਆਪਣਾ ਹੀ ਤੋਰਿਆ ਹੋਇਆ ਸਾਰਾ, ਹਾਂਜੀ ਪਰ ਉਹ ਸਮਿਆਂ 'ਚ ਤਾਂ ਬੜੇ ਸੋਹਣੇ ਸੋਹਣੇ ਨਾਂ ਸੀਗੇ, ਹਾਂਜੀ ਹਾਂਜੀ ਭਾਗਾਂ ਵਾਲੀਏ ਨਾ, ਇਸੇ ਸੋਹਣੇ ਸੋਹਣੇ ਨਾਂ ਨਾ। ਸੋ ਜਿਹੜਾ ਹੈ ਉਹ ਪਤੀ ਨੂੰ ਕੀ ਕਹਿੰਦੇ ਹੁੰਦੇ ਸਨ, ਹਾਂਜੀ ਉਹ ਕੀ ਕਹਿੰਦੇ ਆਪਣੇ ਸਹੁਰੇ ਦਾ ਨਾਂ ਲੈ ਕੇ ਕਹਿੰਦੇ ਸਨ ਵੀ ਉਹਦਾ ਪੁੱਤਰ ਆ, ਤੂੰ ਤਾਂ ਸ੍ਰਿਸ਼ਟ ਦਾ ਪੁੱਤਰ ਹੈ, ਜਾਂ ਹੋਰ ਕਹਿੰਦੇ ਪਤਾ ਨਹੀਂ ਕੀ ਨਾਂ, ਅੱਜ ਕੱਲ੍ਹ ਤਾਂ ਆਦਮੀ ਨੂੰ ਵੀ ਟੋਮੀ ਟੁਮੀ ਕਹੀ ਜਾਂਦੇ ਅਤੇ ਵਿੱਚ ਕੁੱਤੇ ਨੂੰ ਕਹੀ ਜਾਂਦੇ ਟੋਮੀ ਟੁਮੀ, ਹਾਂਜੀ ਸੋ ਇਸ ਤਰ੍ਹਾਂ ਦਾ ਕੰਮ ਹੋਇਆ ਪਿਆ ਜੀ ਸਾਰਾ, ਹਾਂਜੀ ਕਾਫੀ ਵਿਗੜਿਆ ਹੋਇਆ ਕੰਮ। ਸੋ ਓਕੇ, ਸੋ ਕਹਿੰਦੇ ਸੁਣ ਆਰਜ ਸੁੱਤ, ਬੇਬੇ ਨਾਨਕੀ ਜੀ ਕਹਿੰਦੇ ਆਰਜ ਸ੍ਰਿਸ਼ਟ ਦੇ ਪੁੱਤਰ ਬਾਬਾ ਜੈ ਰਾਮ ਜੀ ਨੂੰ ਕਹਿੰਦੇ, ਪਰ ਜੈ ਪਰ ਜੇ ਮਰਦਾਨਾ, ਜੇ ਮਰਦਾਨਾ ਰਹੇ ਪ੍ਰਾਤ ਕੇ ਪਾਸੂ, ਸੁਣ ਆਰਜ ਆਰਜ ਸੁੱਤ, ਸੁਰ ਸੁਰ ਸੁਣ ਅਰਜ ਸੁਤ ਜੇ ਮਰਦਾਨਾ ਰਹੇ ਭਰਾਤ ਕੇ ਪਾਸ, ਕਹਿਣਗੇ ਜੇ ਮਰਦਾਨਾ ਵੀਰ ਨਾਨਕ ਕੋਲ ਰਹੇਗਾ, ਪਰਚੇ ਰਹੇ ਦੂਰ ਨਹਿ ਜਾਵੇ, ਕਹਿਣਗੇ ਮੇਰਾ ਵੀਰ ਫਿਰ ਦੂਰ ਨਹੀਂ ਜਾਏਗਾ, ਇਹਨਾਂ ਨਾਲ ਪਰਚੇ ਰਹੇਗਾ, ਇਹਨਾਂ ਨਾਲ ਰਹੇਗਾ, ਇਹ ਕੋਲ ਰਹਿਣਗੇ, ਉਹਨਾਂ ਦਾ ਜੀ ਲੱਗਿਆ ਰਹੂਗਾ, ਉਹ ਕਿਤੇ ਬਾਹਰ ਨਹੀਂ ਜਾਏਗਾ। ਨਾ ਤੋਂ ਪੁਨ ਹੋਏ ਉਦਾਸੋ, ਨਹੀਂ ਤਾਂ ਉਹ ਉਦਾਸ ਹੋ ਜਾਣਗੇ ਮੇਰੇ ਵੀਰ ਨਾਨਕ, ਜਦੋਂ ਉਦਾਸ ਹੋ ਗਏ ਉਹਨਾਂ ਨੇ ਚੁੱਕੇ ਤੁਰ ਪੈਣਾ, ਉਹਨਾਂ ਨੇ ਕਹਿਣਾ ਕਿ ਇਸ ਨੂੰ ਪੁੱਛਣਾ ਤਾਂ ਦੱਸਣਾ ਹੈ,
ਹਾਂਜੀ ਉਹਨਾਂ ਨੂੰ ਕੋਈ ਕੀ ਪਰਵਾਹ ਦੁਨੀਆ ਦੀ, ਨਿਕਟ ਰਹਿ ਆਨੰਦ ਅਰਬਿੰਦਾ। ਹਾਂ ਕਹਿਣ ਲੱਗੇ ਜੇ ਨਿਕਟ ਰਹਿਣਗੇ ਮੈਨੂੰ ਉਹਨਾਂ ਦੇ ਦਰਸ਼ਨ ਹੋ ਜਾ ਕਰਨਗੇ। ਬੇਬੇ ਨਾਨਕੀ ਜੀ ਕਹਿੰਦੇ ਕਹਿੰਦੇ ਭਾਵੇਂ ਬਾਹਰ ਰਹਿੰਦੇ ਨੇ ਮੈਨੂੰ ਹੌਸਲਾ ਤਾਂ ਹੈ ਨਾ, ਇੱਥੇ ਨੇੜੇ ਰਹਿੰਦੇ ਆ, ਮੈਂ ਉਹਨਾਂ ਦੇ ਦਰਸ਼ਨ ਕਰ ਸਕਦੀ ਹਾਂ। ਭਾਵੇਂ ਗੁਰੂ ਨਾਨਕ ਨੇ ਬਚਨ ਕੀਤਾ ਸੀ ਨਾ ਬੇਬੇ ਨਾਨਕੀ ਨੂੰ, ਮੈਂ ਕਿਤੇ ਵੀ ਹੋਵਾਂ ਤੂੰ ਯਾਦ ਕਰੀ ਮੈਂ ਆਵਾਂਗਾ, ਇਹ ਬਚਨ ਸੀ ਆਪਣੇ ਪਿਆਰੇ ਨੂੰ, ਕਿਉਂਕਿ ਬੇਬੇ ਨਾਨਕੀ ਇੱਕ ਭੈਣ ਤੋਂ ਵੱਧ ਇੱਕ ਭਗਤ ਸੀਗੀ ਗੁਰੂ ਨਾਨਕ ਦੇਵ ਜੀ ਦੀ। ਹਾਂਜੀ ਕਬ ਕਬ ਹੋਏ ਪਸਿਅੰਤੂ, ਹਾਂ ਕਹਿਣਗੇ ਮੈਂ ਜਿਹੜਾ ਹੈ ਮੈਂ ਕਿਤੇ ਕਿਤੇ ਤਾਂ ਉਹਨਾਂ ਦੇ ਦਰਸ਼ਨ ਕਰ ਲੈਂਦੀ ਹਾਂ। ਜਾਹੇ ਵਿਦੇਸ਼ ਨਾ ਦੀ ਸਹਿਮੋ, ਜੇ ਵਿਦੇਸ਼ ਚਲੇ ਗਏ ਦੂਰ ਚਲੇ ਗਏ ਫਿਰ ਉਹ ਦਿਸਣੇ ਨਹੀਂ ਮੈਨੂੰ, ਮਨ ਰੱਖ ਇਉਂ ਬਿਖਲ। ਹਾਂ ਇਹ ਮੈਨੂੰ ਘਬਰਾਹਟ ਹੋ ਰਹੀ ਹੈ, ਇਹ ਮੇਰੇ ਦੁੱਖ ਦਾ ਕਾਰਨ ਹੈ। ਬੇਬੇ ਨਾਨਕੀ ਜੀ ਕਹਿੰਦੇ ਕਹਿ ਜੈ ਰਾਮ ਨਾਨਕ ਪਰ ਨਿਸ਼ਚਾ। ਹੁਣ ਬਾਬਾ ਜੈ ਰਾਮ ਜੀ ਕਹਿਣ ਲੱਗੇ, ਕਹਿਣਗੇ ਨਾਨਕ ਪਰ ਨਿਸ਼ਚਾ, ਕਹਿਣ ਲੱਗੇ ਤੂੰ ਆਪਣੀ ਵੀਰ ਨਾਨਕ ਤੇ ਭਰੋਸਾ ਰੱਖ, ਫੇਥ ਰੱਖ। ਔਰ ਥਿਰ ਗਿਰ ਸਰ ਤੇਰੇ, ਕਹਿਣ ਲੱਗੇ ਤੇਰਾ ਤਾਂ ਇੰਨਾ ਭਰੋਸਾ ਸੀਗਾ ਕਿ ਤੇਰਾ ਤਾਂ ਪਹਾੜ ਵਰਗਾ ਸੀਗਾ, ਅਸੀਂ ਸਾਰੇ ਹਿੱਲ ਗਏ ਸੀ ਪਰ ਤੂੰ ਨਹੀਂ ਹਿੱਲੀ। ਹਾਂਜੀ ਅੱਜ ਤੁਹਾਨੂੰ ਕੀ ਹੋ ਗਿਆ? ਹਾਂਜੀ ਤੁਸੀਂ ਤਾਂ ਸਾਨੂੰ ਹੌਸਲਾ ਦਿੰਦੇ ਹੁੰਦੇ ਸੀ, ਅੱਜ ਤੁਸੀਂ ਆਪ ਰੋਣ ਲੱਗ ਗਏ, ਇਹ ਕੀ ਗੱਲ ਹੋਈ? ਭਰਮ ਬਜਰ ਤੇ ਥਰ ਹਰ ਡੋਲੇ। ਹਾਂ ਕਹਿਣ ਲੱਗੇ ਇਹ ਜਿਹੜਾ ਹੈ ਭਰਮ ਜਿਹੜਾ ਹਨ ਭਰਮ ਬਜਰ, ਇਹ ਜਿਹੜਾ ਬਜਰ ਵਰਗਾ ਪੱਥਰ ਵਰਗਾ ਜਿਹੜਾ ਹੈ ਭਰਮ, ਇਹਦੇ ਕਰਕੇ ਅੱਜ ਤੁਸੀਂ ਕਿਉਂ ਹਿੱਲ ਗਏ ਹੋ? ਅੱਜ ਤਾਂ ਇਉਂ ਲੱਗਦਾ ਇੱਕ ਪਹਾੜ ਹਿੱਲ ਗਿਆ ਹੁੰਦਾ ਹੈ। ਧੀਰ ਨਸੀ ਇਹ ਬੇਰੇ, ਉਹ ਧੀਰਜ ਨਸ ਗਈ ਤੁਹਾਡੀ, ਹੁਣ ਕਿੱਥੇ ਗਈ ਧੀਰਜ? ਧੀਰਜ ਰੱਖੋ ਹੁਣ। ਬੇਬੇ ਨਾਨਕੀ ਜੀ ਨੂੰ ਕਿਹਾ ਸ੍ਰੀ ਨਾਨਕ ਅਵਲੰਬ ਸਦਾ, ਕਹਿੰਦੇ ਗੁਰੂ ਨਾਨਕ ਤਾਂ ਹਮੇਸ਼ਾ ਹੀ ਸਾਡਾ ਆਸਰਾ ਹੈ, ਸਾਨੂੰ ਆਸਰਾ ਦੇਣ ਵਾਲਾ ਹੈ। ਲਖੈ ਸੋ ਤਿਨ ਕੇ ਮਰਮੀ, ਹਾਂ ਕਹਿਣ ਲੱਗੇ ਉਹਨਾਂ ਦੇ ਪੇਤੀ ਹੋ ਤੁਸੀਂ, ਤੁਸੀਂ ਵੀਰ ਨਾਨਕ ਨੂੰ ਜਾਣਨ ਵਾਲੇ ਹੋ, ਤੁਸੀਂ ਉਹਨਾਂ ਦਾ ਅਸਲੀ ਸਰੂਪ ਵਾਸਤਵ ਸਰੂਪ ਦੇਖਿਆ ਹੋਇਆ, ਯੂ ਨੋ ਹਿਮ ਇਨ ਐਂਡ ਆਊਟ। ਫਿਰ ਹੁਣ ਮਰਦਾਨਾ ਜੈਸੇ ਰਹਿਪੁਰ, ਕਹਿਣਗੇ ਫਿਰ ਭਾਈ ਜੈਰਾਮ ਜੀ ਕਹਿੰਦੇ ਜਿਵੇਂ ਵੀ ਮਰਦਾਨਾ ਇੱਥੇ ਰਹੇਗਾ ਨਹੀਂ ਵਾਪਸ ਜਾਏਗਾ, ਕੈਸੇ ਕਰੋ ਉਪਾਅ? ਮੈਂ ਉਹ ਉਪਾਅ ਕਰਦਾ, ਆਈ ਵਿਲ ਟ੍ਰਾਈ ਟੂ ਕੀਪ ਹਿਮ ਹੇਅਰ ਇਨ ਵਟ ਐਵਰ ਕੋਸਟ। ਫਿਰ ਕੈਸੇ ਹਿਰਦਾ ਉਦਾਸ ਭਲੋ ਭਯੋ ਹੈ, ਹਾਂ ਕਹਿਣ ਲੱਗੇ ਹੁਣ ਪੁੱਛਿਆ ਭਾਈ ਮਰਦਾਨੇ ਤੇਰਾ ਤੂੰ ਦੁਖੀ ਕਿਉਂ ਹੋਇਆ, ਤੈਨੂੰ ਕੀ ਦੁੱਖ ਹੋ ਗਿਆ? ਕਿਉਂ ਤਲਵੰਡੀ ਜਾਈ, ਕਿਉਂ ਤਲਵੰਡੀ ਚੱਲਿਆ ਤੂੰ ਵਾਪਸ ਛੱਡ ਕੇ ਸੁਲਤਾਨਪੁਰ ਨੂੰ? ਭਨਤ ਨਾਨਕੀ ਬੁਝੋ ਤੇ ਸੋ, ਨਾਨਕੀ ਜੀ ਕਹਿੰਦੇ ਪੁੱਛ ਲਓ ਇਹਨੂੰ, ਉਹਨਾਂ ਨੂੰ ਗੁੱਸਾ ਚੜਿਆ ਹੋਇਆ ਸੀ ਮਰਦਾਨੇ ਤੇ, ਕਹਿੰਦੇ ਪੁੱਛੋ ਇਹਨੂੰ ਹੁਣ ਕਿਉਂ ਦਿਲਗੀਰ ਭਇਓ ਹੈ, ਹਾਂ ਕਿਉਂ ਇੰਨਾ ਦਿਲ ਕਮਜ਼ੋਰ ਕਰਕੇ ਬੈਠਾ ਹੈ? ਕਹਿ ਜੈਰਾਮ ਸੁਣੀਏ ਮਰਦਾਨਾ, ਹਾਂ ਇਉਂ ਕਰਕੇ ਕਹਿ ਜੈਰਾਮ। ਹੁਣ ਭਾਈ ਜੈਰਾਮ ਜੀ ਬੋਲੇ ਕਹਿੰਦੇ ਮਰਦਾਨਿਆ ਸੁਣ ਮੇਰੀ ਗੱਲ ਸੁਣ, ਹੁਣ ਤੁਮ ਚੱਲਣੇ ਚਲਿਓ ਚਾਹੇ ਉਹ, ਹਾਂ ਕਿਉਂ ਤੂੰ ਚੱਲਣਾ ਚਾਹੁੰਦਾ ਹੈ, ਕਿਉਂ ਵਾਪਸ ਜਾਣਾ ਚਾਹੁੰਦਾ ਹੈ? ਸ੍ਰੀ ਨਾਨਕ ਬਹੁਤ ਤੋਂ ਪਰ ਕੈਸੇ ਭਈ ਵਿਚਾਰਾ, ਹਾਂ ਕਹਿਣ ਲੱਗੇ ਤੇਰਾ ਤਾਂ ਇੰਨਾ ਪਿਆਰ ਸੀ ਗੁਰੂ ਨਾਨਕ ਨਾਲ, ਗੁਰੂ ਨਾਨਕ ਨਾਲ ਤੈਨੂੰ ਤੇਰੇ ਨਾਲ ਬੜਾ ਪਿਆਰ ਹੈ, ਤੁਸੀਂ ਤਾਂ ਵੱਡੇ ਛੋਟੇ ਹੁੰਦੇ ਦੋਸਤ ਮਿੱਤਰ ਰਹੇ ਹੋ, ਖੇਡਦੇ ਰਹੇ ਹੋ ਇਕੱਠੇ, ਹਾਂਜੀ ਇੱਕ ਪਿੰਡ ਦੇ ਹੋ, ਹੁਣ ਇਹ ਕੀ ਹੋ ਗਿਆ ਤੁਹਾਡੇ ਵਿੱਚ? ਰਹੋ ਸੰਗ ਨਾ ਕਰੋ ਪਿਆਨਾ, ਕਿਉਂ ਤੁਸੀਂ ਉਹਨਾਂ ਨਾਲ ਨਹੀਂ ਰਹਿਣਾ ਚਾਹੁੰਦੇ ਤੇ ਵਾਪਸ ਜਾਣਾ ਚਾਹੁੰਦੇ ਹੋ? ਚਾਹੋ ਜੋ ਲਿਹੋ ਨਾ ਅਵਾਰਾ, ਹਾਂ ਕਹਿੰਦੇ ਸਾਨੂੰ ਜਿਹੜਾ ਹੈ ਇੱਥੇ ਜਿਹੜਾ ਹੈ ਸਾਨੂੰ ਦੇਣ ਵਿੱਚ ਕੋਈ ਦੇਰੀ ਨਹੀਂ, ਤੂੰ ਜੋ ਮਰਜ਼ੀ ਮੰਗ ਲਾ ਮਰਦਾਨਿਆ, ਤੂੰ ਵਾਪਸ ਨਾ ਜਾ, ਆਈ ਵਿਲ ਗਿਵ ਯੂ ਐਵਰੀਥਿੰਗ, ਤੂੰ ਜੋ ਮੰਗੇਗਾ ਤੈਨੂੰ ਦੇਵਾਂਗੇ। ਸੁਣ ਜੈ ਰਾਮ ਤਿੰਨ ਸੰਗ ਨਾ ਨਿਭੈ ਕਲਾਵਾਨ ਅਵਤਾਰਾ। ਸੋ ਭਾਈ ਮਰਦਾਨਾ ਕਹਿੰਦਾ ਸੁਣ ਜੈ ਰਾਮ, ਕਹਿੰਦੇ ਜੈ ਰਾਮ ਜੀ ਸੁਣ, ਕਹਿੰਦਾ ਉਹਨਾਂ ਦੇ ਨਾਲ ਮੇਰੀ ਨਿਭਣੀ ਨਹੀਂ, ਮੈਂ ਉਹਨਾਂ ਨਾਲ ਸਸਤੇ ਨਹੀਂ ਹੋ ਸਕਦਾ, ਕਿਉਂਕਿ ਉਹ ਕਲਾਵਾਨ ਨੇ, ਸ਼ਕਤੀਆਂ ਵਾਲੇ ਹਨ, ਉਹ ਅਵਤਾਰ ਨੇ ਪਰਮੇਸ਼ਰ ਦੇ। ਲਗੀ ਸਮਾਧੀਨ ਦਿਨ ਬੀਤੇ, ਕਹਿਣਗੇ ਤਿੰਨ ਦਿਨ ਸਮਾਧੀ ਵਿੱਚ ਬੈਠੇ ਰਹੇ ਉਹ, ਮੈਂ ਤਾਂ ਇੱਕ ਵਾਰੀ ਰਬਾਬ ਵਜਾਈ ਆ ਤੇ ਹੁਣ ਪਤਾ ਨਹੀਂ ਗਾਂਹ ਜਾ ਕੇ ਮੈਂ ਕਿੰਨੀ ਵਾਰੀ ਰਬਾਬ ਵਜਾਉਣੀ ਆ। ਹਾਂਜੀ ਇਹ ਤਾਂ ਮੈਂ ਇੱਕ ਵਾਰੀ ਵਜਾਈ, ਤਿੰਨ ਦਿਨ ਦੀ ਸਮਾਧੀ ਲੱਗ ਗਈ, ਜੇ ਕਿਤੇ ਮੈਂ ਫਿਰ ਵਜਾਈ ਜਾਵਾਂ ਤਿੰਨ ਕਰਕੇ ਮੇਰਾ ਤਾਂ ਨਾਸ ਹੋ ਜਾਣਾ ਨਾ, ਮੈਂ ਕੀ ਖਾਵਾਂਗਾ, ਇਹਨਾਂ ਤਾਂ ਸਮਾਧੀ ਚ ਬਹਿ ਜਾਣਾ ਤੇ ਮੇਰਾ ਤੇ ਖਾਣਾ ਪਾਣੀ ਬੰਦ ਹੋ ਜਾਣਾ ਹੈ। ਹੱਥ ਨਾ ਆਏ ਆਹਾਰਾ, ਮੈਨੂੰ ਇੱਕ ਮੇਰੇ ਹੱਥ ਵਿੱਚ ਖਾਣਾ ਨਹੀਂ ਆਇਆ, ਤਿੰਨ ਦਿਨ ਮੈਂ ਭੁੱਖਾ ਬੈਠਾ ਰਿਹਾ ਉਹਨਾਂ ਵੱਲ ਦੇਖਦਾ ਹੋਇਆ। ਤੇਰੇ ਕੋ ਭੁੱਖ ਪਿਆਸ ਨਾ ਕਬੋ, ਉਹਨਾਂ ਨੂੰ ਤਾਂ ਕਿਤੇ ਵੀ ਭੁੱਖ ਪਿਆਸ ਨਹੀਂ ਲੱਗਦੀ। ਭੋਜਨ ਨੇ ਚਾਹੋ, ਮੈਨੂੰ ਤਾਂ ਚਾਹੀਦਾ ਨਾ, ਮੈਨੂੰ ਤਾਂ ਦਿਓ ਖਾਣਾ, ਮੈਨੂੰ ਤਾਂ ਚਾਹੀਦਾ ਖਾਣ ਵਾਸਤੇ, ਜੇ ਤਿੰਨ ਵਾਰੀ ਨਹੀਂ ਮਿਲਦਾ ਇੱਕ ਦਿਨ ਚ ਇੱਕ ਵਾਰੀ ਮਿਲ ਜਾਵੇ। ਨਗਰ ਮਦ ਮੁਝ ਨਹੀਂ ਸੰਦੇਹਾ, ਹਾਂ ਕਹਿਣ ਲੱਗੇ ਦੇਖੋ ਜੇ ਤਾਂ ਸ਼ਹਿਰ ਵਿੱਚ ਰਹਿਣ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਗਾ, ਮੈਂ ਆਪੇ ਆਪਣਾ ਬੰਦੋਬਸਤ ਕਰ ਲਾਂਗਾ ਖਾਣੇ ਦਾ। ਹਾਂਜੀ ਇਹ ਤਾਂ ਰਹਿੰਦੇ ਜੰਗਲ ਵਿੱਚ ਨੇ, ਉੱਥੋਂ ਮੈਂ ਕਿਵੇਂ ਛੱਡ ਕੇ ਆਊਂਗਾ ਇਹਨਾਂ ਨੂੰ, ਕੱਲਿਆਂ ਤੋਂ ਛੱਡਿਆ ਵੀ ਨਹੀਂ ਜਾਂਦਾ। ਕਾਨਨ ਕਹਿ ਤੇ ਖਾਓ, ਹਾਂ ਕਹਿੰਦੇ ਜੰਗਲ ਵਿੱਚ ਬੈਠਾ ਮੈਂ, ਜੰਗਲ 'ਚ ਕੀ ਖਾਵਾਂ, ਵਟ ਕੈਨ ਆਈ ਈਟ, ਮੈਨੂੰ ਕੀ ਮਿਲੇਗਾ ਉੱਥੇ ਜੰਗਲ ਦੇ ਵਿੱਚ? ਮਰ ਹਰੀ ਛੰਦ ਸੁਣੀਐ ਮਰਦਾਨਾ। ਤੋ ਭਾਈ ਬਾਬਾ ਜੈਰਾਮ ਜੀ ਕਹਿਣ ਲੱਗੇ ਚੰਗਾ ਫਿਰ ਸੁਣ ਮਰਦਾਨਿਆ, ਕਰ ਗੁਜਰਾਨਾ ਜੇ ਬਿਦ ਹੋਏ ਤੁਮਾ, ਕਹਿਣਗੇ ਤੂੰ ਗੁਜਰਾਨ ਕਰ ਆਪਣਾ,
तू अपना खाने पीने का ना प्रबंध कर लिया कर, जिमें भी तू कर सकता तू कर लिया कर। तेन पता गुरु नानक की समाध लगती है, हाँ जी, तू इस करके तू कोई प्रिजर्व किया हुआ खाना नाल रख लिया कर। हाँ जी, जिमें अपने बुजुर्ग कहते होंगे ना, कितने चलिया दो रोटियां लक नाल बन लो। हाँ जी, पता नहीं होंगे कि टाइम से एक भुख लग जानी है, दो रोटियां कढ़ियां खाइया अपनिया। हाँ जी, अगे तो अचार रख लेंगे बचाले परौंठे दे करके, उन्होंने थोड़ा जा जिहड़ा है प्रैप करके प्लास्टिक च पा के बंदा तुर पैंदा सीगा। कई तो इंडिया भी चले जाते इसे तरह ही। हाँ जी, कई वलायत में चले जाते दो परौंठे लैके। हाँ जी, सो इस तरह का काम चलता सीगा। हाँ जी, सो अजक जो है खाना तो वाधू पे जी सारे पास। हाँ जी, रहो पुर सुल्ताना घर खाना। हाँ, कह लगे चलो तू तुसीं ना आए करो, मरदाने कह तुसीं सुल्तानपुर च रहो, साढ़े कोल रहो, ते इत्थे तुसीं खाना खाया करो, जदों भुख लगी घर आके खाना खा लिया। दोनों काल आहार। हाँ, दो टाइम दा खाना थोड़ा इत्थे पक्या करेगा, तुसीं आके इत्थे खाया करो। ले जे गमनो आना लेहो तन पाना। जे तुसीं होर किते चले हो, जिहड़ा है गुरु नानक नाल होर किते चले हो, तां साढ़े तों पैसे लै जो, पैसे अपनी जेब च रखे, जिथे भुख लगी लैके खाना, जो खाना खा लिया करो, कर खरीद तह खाओ। हाँ, खरीद के खा लिया करो खाना, ना करो पियाना, ना जाओ किते हुन तलवंडी नो, ए थाना एह थां ते रहो सुल्तानपुर विच, हर टिक हर खाओ। हाँ, कहणगे खुश होके गुरु नानक कोल रहो, खान पीन दा असी थोड़ा सेटल करांगे, तू गुरु नानक नाल रह। सुनकर मरदाना और हर खाना। भाई मरदाना जिहड़ा हर खाना, मरदाना और हर खाना, कहिंदे मरदाना और हिरदे विच खुश हो गया, कहिंदा काम बन गया हुण, किन्नो रहन विचार। ओके भाई मरदाना देखो, कहिंदा रहन दा बना लिया, कहिंदा चंगा फिर मैं रह पैंदा, इट्स ओके, जे मेरा ये सेटल हो जाएगा मैं रह पूंगा इत्थे जी। मुख बचन बखाना तुम कह माना। हाँ, कहिंदे कि फिर मरदाने ने बाबा जयराम जी नूं की कहा, कहिंदे जो तुसीं कहा मैं मानदा हाँ, जाओ ना मैं आघात, हुण नहीं मैं मुड़ के घर जांदा, फिर कोई पुन रहना रहो सो ऐना। सो की होया, उतो रात पै गई, गल्लां बातां करदिआं रात हो गई, भाई मरदाना बाबा जयराम जी दे घर च रहे, खुशी नानकी पूर। बीबी नानकी जी बहुत खुश होए भी हूं भाई मरदाना नाल रहेगा, जो होए रुख ग्रह नर जावे ते टर। कहिंदे जिवें किते जिहड़ा है घर तों रोक के कोई मनुख नूं अपने घर विच रखिया होवे, मतलब उन्हूं फील नहीं होया कि मैं बाबा जयराम जी दे घर बैठा, मैं अपने घर च नहीं बैठा, उन्हें यूं लगता सी मैं अपने घर आ गया हाँ, त्यों और पीड़ा दो, उन्हां दी पीड़ा हट गई जी, बेबे नानकी बिल्कुल खुश हो गए जी। दवैया छंद भोर पई मरदाना बोले, हुण फेर हो गई भाई मरदाना जी बोले, जावो नानक पासे, कहिंदे चंगा मैं गुरु नानक कोल जाना, हुण मैं चल के ना फेर हो गई, ब्रेकफास्ट खाधा होना चंगी तरह खा के, थोड़ा जा स्पै भी खा लिया होना है, हाँ जी, पता नहीं भी गाँव हूँ की होना है, बस है खा खू के रज के कहना मैं हूँ नानक कोल जाना हाँ, भोजन कर त्यार तुझ देव है। हाँ, कह लगे देखो बेबे नानकी जी कह दे गुरु कहने नानक वास्ते भी ना तुम ना भोजन तैयार कर लो, हाँ जी, रोटियां पानी तैयार कर लो, मैं पैक करके उन्होंने वास्ते लै जाना। देखो फिर भी मरदाना कि सोचता है ना, कहना मैं ना पैक करके उन्होंने वास्ते लै जाना हाँ, खाए जाहो शुद्ध नासी। हाँ, कह लगे छाए जाहो, मैं उत्थे जिहड़ा है उन्होंने भी देंगा, ते बाद च जदों मैनूं भुख लगी मैं भी खा लांगा। मान बचन मुख अचो आहारा। तो इउं करके जिहड़ा है उस वेले भाई मरदाने तां अपना जिहड़ा भोजन सी छक लिया करे, गमनन पयो तैयारी, हुण जाण दी तैयारी हो गई, घर को चीर जराम दियो तब। कहिंदे उह भाई मरदाने नूं कपड़ा भी दित्ता, बाबा जयराम जी ने सोहणा शॉल दित्ता उत्थे लैण वास्ते, पैरो हरकत भारी, बहुत खुशी नाल उहने पाए, क्योंकि भाई मरदाने नूं ना कपड़िआं दा बड़ा चाह हुंदा सी, बट जिहड़ा है फूड तो उन्हां दी नैसेसिटी सी, पर उन्हां नूं कपड़े बड़े चंगे लगदे सन, जदों भी कोई उन्हां नूं कपड़ा दिंदा सी ना, कोई सोहना सूट दे देना, कोई सोहना पजामा दे देना, उन्हां नूं बड़ी खुशी होया करदी सी, सो जदों उन्हां नूं कपड़ा दित्ता बहुत खुश होए जी। 20 रचपन दीने बहरो, कि बाबा जयराम ने 20 रुपीस दित्ते भाई मरदाने नूं उस वेले रखण वास्ते, वी जे किते बाहर गए जे खरीद के खाना खाना पिया, 20 रुपये दते जी, वह 20 रुपये बहुत वड्डे सी जी उस टाइम दे। पंत नानकी बैना। सो उस वेले बेबे नानकी जी ने कहा, सदन आन मुझ दर्शन दीजै, कहंदे मेरा एक सुनेहा दे दियो वीर नानक नूं, वी घरे आके मैनूं दर्शन दे जान। कहो बिना गुण ऐना। कहण लगे ये जरा है गुण ऐना, आप जरा है गुरु नूं ये बेनती मेरे वालों अपने मुंह नाल कर दियो, भाई मरदाने नूं कहा। अनक लालसा हिरदे लख कर। कहण लगे मेरी लालसा नूं जान लैण, वी मैनूं बहुत इच्छा है उन्हां दे दर्शनां दी, दया करके मेरे घर विच आउण, इत्थे मैनूं दर्शन देण। जाओ अबे मरदाना तिन ढिग। कहण लगे हे मरदानिया हुण जाओ तुसीं उन्हां दे कोल, अनित थान नह जावे, होर किते ना जायो, हुण सिद्धे उन्हां कोले जायो। कंधे तर रबाब प्यो गवनियो। भाई मरदाना जी रबाब अपने
ਜਿਹੜੇ ਹਨ ਮੋਢੇ ਤੇ ਧਰੀ ਫਿਰ ਵਾਪਸ ਤੁਰ ਪਏ ਜੀ ਉਧਰ ਨੂੰ ਸੋ ਗੁਰੂ ਨਾਨਕ ਸਾਹਿਬ ਦੇ ਕੋਲ ਚਲੇ ਗਏ ਹੁਣ ਭਾਈ ਮਰਦਾਨਾ ਪਹੁੰਚ ਕੇ ਜੀ ਗੁਰੂ ਨਾਨਕ ਦੇਵ ਜੀ ਕੋਲ ਵੰਦਨ ਕਰ ਬੈਸੇ ਗੁਰ ਬੋਲੇ ਕੀ ਹੋਇਆ ਭਾਈ ਮਰਦਾਨੇ ਨੇ ਜਾ ਕੇ ਮੱਥਾ ਟੇਕਿਆ ਜੀ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕ ਕੇ ਕੋਲੇ ਬੈਠ ਗਿਆ ਜੀ ਕਿਉਂ ਰਬਾਬ ਪੁਨ ਲਿਆਇਓ ਭਾਈ ਮਰਦਾਨੇ ਨੂੰ ਦੇਖ ਕੇ ਆਇਆ ਗੁਰੂ ਨਾਨਕ ਨੇ ਪੁੱਛਿਆ ਕਿਉਂ ਰਬਾਬ ਪੁਨ ਲੈ ਆਇਓ ਕਿਉਂ ਰਬਾਬ ਵਾਪਸ ਲੈ ਕੇ ਆਇਆ ਤੂੰ ਪੁੱਛ ਲਿਆ ਜੀ ਮਰਦਾਨੇ ਨੂੰ ਵੀ ਤੂੰ ਰਬਾਬ ਚੱਕ ਕੇ ਲੈ ਗਿਆ ਸੀ ਕੱਲ ਹੁਣ ਤੂੰ ਵਾਪਸ ਕਿਉਂ ਲੈ ਕੇ ਆਇਆ ਰਬਾਬ ਨੂੰ ਇੱਥੇ ਗਯੋ ਮੈਂ ਧਰਨ ਜਬੈ ਕਹਿਣਗੇ ਹੁਣ ਭਾਈ ਮਰਦਾਨਾ ਹੱਥ ਜੁੜ ਕੇ ਕਹਿੰਦਾ ਮੈਂ ਤਾਂ ਗਿਆ ਸੀ ਉੱਥੇ ਜਿਵੇਂ ਤੁਸੀਂ ਕਿਹਾ ਸੀ ਨਾ ਵੀ ਰਬਾਬ ਰੱਖਿਆ ਜਾਂ ਕਿ ਬੇਬੇ ਨਾਨਕੀ ਦੇ ਘਰ ਮੈਂ ਤਾਂ ਰਬਾਬ ਰੱਖਣ ਵਾਸਤੇ ਗਿਆ ਸੀ ਤੈ ਭਗਨੀ ਮਨ ਅਨੁਰਾਗਾ ਕਹਿਣਗੇ ਉੱਥੇ ਭਗਨੀ ਤੁਹਾਡੀ ਭੈਣ ਜਿਹੜੀ ਹੈ ਬੇਬੇ ਨਾਨਕੀ ਉਹ ਰੋਣ ਲੱਗ ਪਏ ਬੜੇ ਦੁੱਖ ਕੀਤਾ ਜੀ ਉਹਨਾਂ ਨੇ ਮਨਜਾਵਨ ਕੀ ਬਾਤ ਸੁਣੀ ਕਿ ਜਦੋਂ ਮੇਰੇ ਜਾਣ ਦੀ ਗੱਲ ਉਹਨਾਂ ਨੇ ਸੁਣੀ ਯਕੀਨੋ ਵੱਡ ਬੈਰਾਗ ਉਹਨੇ ਬਹੁਤ ਬੈਰਾਗ ਕੀਤਾ ਬੜਾ ਦੁੱਖ ਮਨਾਇਆ ਇਹ ਗੱਲ ਦਾ ਵੀ ਮੈਂ ਤਲਵੰਡੀ ਵਾਪਸ ਚੱਲਿਆ ਹਾਂ ਆਂਜ ਰਾਮ ਭਨੇ ਮੁਖ ਬਚਨਾ ਕਹਿਣਗੇ ਆਣ ਫਿਰ ਬਾਬਾ ਜੈ ਰਾਮ ਜੀ ਆ ਗਏ ਜੀ ਉੱਥੇ ਉਹਨਾਂ ਨੇ ਕਿਹਾ ਜਬ ਲਾਹੌਰ ਸੁਲਤਾਨਾ ਕਹਿਣਗੇ ਜਦੋਂ ਤੱਕ ਤੁਸੀਂ ਸੁਲਤਾਨਪੁਰ ਵਿੱਚ ਹੋ ਤਬ ਲਾਹੌਰ ਭੋਜਨ ਖਾਵੋ ਹਮ ਵੀ ਸਾਡੇ ਘਰ ਆ ਕੇ ਭੋਜਨ ਛਕ ਲਿਆ ਕਰੋ ਉਹਨ ਦੀ ਖਰਚੀ ਪਾਨਾ ਕਹਿਣਗੇ ਫਿਰ ਉਹਨਾਂ ਨੇ ਖਰਚਾ ਵੀ ਦਿੱਤਾ ਮਰਦਾਨੇ ਨੇ ਵੀ ਦੱਸਿਆ ਮੈਨੂੰ ਪੈਸੇ ਵੀ ਉਹਨਾਂ ਨੇ ਦਿੱਤੇ ਹਨ ਕੈਸ਼ 20 ਘਰ ਇੱਕ ਘਰ ਕੋ ਅੰਬਰ ਕਹਿਣਗੇ ਇਉਂ ਕਰਕੇ ਮੈਨੂੰ 20 ਰੁਪਈਏ ਦਿੱਤੇ ਤੇ ਮੈਨੂੰ ਨਵਾਂ ਚੋਲਾ ਦਿੱਤਾ ਉਹਨਾਂ ਨੇ ਮੈਂ ਕਰ ਵਜੇ ਪਠਾਇਆ ਇਹ ਚੀਜ਼ਾਂ ਦੇ ਕੇ ਮੈਨੂੰ ਤੁਹਾਡੇ ਕੋਲ ਭੇਜਿਆ ਉਹਨਾਂ ਨੇ ਹੁਣ ਭਗਨੀ ਪਾਨ ਆਨ ਸਦਨ ਮੁਜ ਕਹਿੰਦੇ ਪਰ ਤੁਹਾਡੀ ਭੈਣ ਬੇਬੇ ਨਾਨਕੀ ਨੇ ਇੱਕ ਗੱਲ ਕਹੀ ਹੈ ਕਿ ਮੇਰੇ ਵੀਰ ਨੂੰ ਕਿ ਮੈਨੂੰ ਕੇ ਦਰਸ਼ਨ ਦੇ ਜਾਣ ਇਹੋ ਦਰਸ਼ਨ ਕਰ ਦਾਇਆ ਹਾਂ ਦਇਆ ਦਇਆ ਕਰਕੇ ਦਇਆ ਕਰਕੇ ਮੈਨੂੰ ਕੇ ਦਰਸ਼ਨ ਦੇ ਦੇਣ ਕਿਨੋ ਤੈ ਇੱਕੋ ਕੰਮਾ ਹੁਣ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਭਾਈ ਮਰਦਾਨੇ ਨੂੰ ਇਹ ਤੂੰ ਬੜਾ ਮਾੜਾ ਕੰਮ ਕੀਤਾ ਬਹੁਤ ਮਾੜਾ ਕੰਮ ਕੀਤਾ ਤੂੰ ਇਹ ਅੰਤ ਹੈ ਢੂਮ ਸੁਭਾਏ ਕਹਿਣ ਲੱਗੇ ਅਖੀਰ ਕਰ ਕਹਿੰਦੇ ਤੂੰ ਆਪਣੀ ਮਰਾਸੀ ਪੁਣੇ ਦਾ ਸੁਭਾਅ ਦਿਖਾਈ ਦਿੱਤਾ ਕਹਿੰਦੇ ਜਿਵੇਂ ਮਰਾਸੀ ਕਰਦੇ ਹੁੰਦੇ ਨਾ ਮੰਗਦੇ ਹੁੰਦੇ ਨੇ ਹਾਂਜੀ ਕਿਸੇ ਦੇ ਘਰ 'ਚ ਜਾ ਕੇ ਕਹਿੰਦੇ ਤੂੰ ਉਹ ਕੰਮ ਕਰਕੇ ਹੀ ਛੱਡਿਆ ਹਾਂਜੀ ਕਰਤਾ ਨਾ ਤੂੰ ਮਰਾਸੀਆਂ ਵਾਲਾ ਕੰਮ ਅੱਗੇ ਤਿੰਨ ਪਾਲਨ ਸ੍ਰੀ ਚੰਦਾ ਕਹਿਣ ਲੱਗੇ ਅੱਗੇ ਤੋਂ ਹੀ ਸਾਡੀ ਭੈਣ ਬਾਬਾ ਸ੍ਰੀ ਚੰਦ ਜਿਹੜੇ ਗੁਰੂ ਨਾਨਕ ਸਾਹਿਬ ਦੇ ਪੁੱਤਰ ਸੀ ਨਾ ਸ੍ਰੀ ਚੰਦ ਕਹਿੰਦੇ ਉਹਨਾਂ ਨੂੰ ਪਾਲ ਰਹੇ ਨੇ ਤੇ ਤੂੰ ਜਾ ਕੇ ਇੱਕ ਹੋਰ ਬੋਝ ਬਣ ਗਿਆ ਉਹਨਾਂ ਦੇ ਉੱਤੇ ਤੂੰ ਉਹਨਾਂ ਦੇ ਘਰ ਖਾਊਂਗਾ ਉਹਨਾਂ ਤੋਂ ਪੈਸੇ ਵੀ ਲੈ ਕੇ ਆ ਗਿਆ ਇਹ ਤੂੰ ਕੀ ਕੀਤਾ ਅੱਗੇ ਵਿਚਾਰੇ ਇੰਨਾ ਕੁਝ ਕਰ ਰਹੇ ਆ ਸਾਡੇ ਵਾਸਤੇ ਤੇ ਤੂੰ ਹੋਰ ਜਾ ਕੇ ਉੱਥੇ ਵੱਡਨ ਹੋ ਗਿਆ ਬਣ ਕੇ ਪੁਣ ਜਾਚੇ ਤੁਮ ਜਾਏ ਕਹਿਣਗੇ ਪੁਣ ਜਾਚੇ ਫਿਰ ਤੂੰ ਜਾ ਕੇ ਉੱਥੇ ਮੰਗਣਾ ਸ਼ੁਰੂ ਕਰਤਾ ਭਲੋ ਕਾਜ ਕਿਨੋ ਇਠ ਨਾਹੀ ਕਹਿਣਗੇ ਤੂੰ ਭਲਾ ਕੰਮ ਨਹੀਂ ਕੀਤਾ ਮਰਦਾਨਿਆ ਲਾਲਚ ਕਰਤਾ ਨੇ ਆਨਾ ਕਹਿਣਗੇ ਲਾਲਚ ਕਰਕੇ ਤੂੰ ਉਹਨਾਂ ਦੇ ਘਰ ਤੋਂ ਪੈਸੇ ਵੀ ਲੈ ਆਇਆ ਇਹ ਤਾਂ ਬੜਾ ਹੀ ਮਾੜਾ ਕੰਮ ਕੀਤਾ ਜਾਹੋ ਸਪਦ ਮੋਰ ਮੋਰ ਸੋਦੀ ਕਹਿਣਗੇ ਜਾ ਮਰਦਾਨਿਆ ਵਾਪਸ ਜਾ ਕੇ ਮੋੜ ਕੇ ਆ ਜੋ ਵੀ ਉਹਨਾਂ ਨੇ ਤੁਹਾਨੂੰ ਦਿੱਤਾ ਜਾ ਕੇ ਮੁੜ ਕੇ ਆ ਉਹਨਾਂ ਨੂੰ ਅਸੀਂ ਤੁਹਾਨੂੰ ਨਹੀਂ ਲੈਣਾ ਚਾਹੀਦਾ ਸੀ ਉਹਨਾਂ ਤੋਂ ਰੱਖੋ ਨਿਜ ਪਾਨਾ ਹਾਂ ਆਪਣੇ ਹੱਥ 'ਚ ਤੂੰ ਪੈਸੇ ਨਾ ਰੱਖੋ ਨਾ ਦੇ ਜਾ ਕੇ ਵਾਪਸ ਦੇ ਕੇ ਆ ਗੁਰੂ ਨਾਨਕ ਜੀ ਕੋਰ ਨਾ ਕਹਿ ਹੁਣ ਭਾਈ ਮਰਦਾਨਾ ਕਹਿਣ ਲੱਗਾ ਹੱਥ ਜੋੜ ਕੇ ਕਹਿੰਦੇ ਸੁਣ ਨਾਨਕ ਜੀ ਕਹਿੰਦੇ ਨਾਨਕ ਜੀ ਸੁਣੋ ਮੈਂ ਕੋਈ ਝੂਠ ਨਹੀਂ ਬੋਲਦਾ ਇੱਥੇ ਮੈਂ ਜਾਚੇ ਮੈਂ ਜਾਏ ਮੈਂ ਨਹੀਂ ਮੰਗਿਆ ਉਹਨਾਂ ਨੇ ਆਪ ਦਿੱਤਾ ਹੈ ਮੈਂ ਮੰਗ ਕੇ ਨਹੀਂ ਲਿਆ ਉਹਨਾਂ ਤੋਂ ਤੇ ਆਪ ਤਿੰਨ ਹਿੱਤ ਕਰ ਹਿਰਦਾ ਹਾਂ ਕਹਿੰਦੇ ਉਹਨੂੰ ਤਾਂ ਪਿਆਰ ਦੇ ਨਾਲ ਮੈਨੂੰ ਦਿੱਤਾ ਪ੍ਰੇਮ ਦੀ ਭੇਟਾ ਹੈ ਇਹ ਤਬ ਲੈ ਕਰ ਹਾਂ ਆਏ ਹਾਂ ਮੈਂ ਤਾਂ ਕਰਕੇ ਲੈ ਕੇ ਆਇਆ ਉਹਨਾਂ ਨੇ ਆਪ ਦਿੱਤਾ ਮੈਂ ਮੰਗ ਕੇ ਨਹੀਂ ਲਿਆ ਅਬ ਜੇ ਬਿਦ ਤੁਮ ਬੰਧਨ ਬਧ ਹੋਗੇ ਕਹਿੰਗੇ ਜੇ ਹੁਣ ਤੁਸੀਂ ਜਿਵੇਂ ਆਖੋਗੇ ਮੈਂ ਉਵੇਂ ਕਰਾਂਗਾ ਜੀ ਤਸ ਬਿਦ ਮੈਂ ਅਨੁਸਾਰਾ ਮੈਂ ਤਾਂ ਤੁਹਾਡੀ ਆਗਿਆ ਵਿੱਚ ਹਾਂ ਤੁਸੀਂ ਕਹਿੰਦੇ ਮੋੜ ਦੋ ਮੈਂ ਮੋੜਿਆ ਹੁੰਦਾ ਹਾਂਜੀ ਇਹ ਤੁਹਾਡੀ ਮਰਜ਼ੀ ਹੈ ਜੋ ਤੁਮ ਸੰਗ ਹੋਏ ਨਿਰਬਾਹ ਜਿਵੇਂ ਤੁਹਾਡੇ ਨਾਲ ਨਿਰਬਾਹ ਮੇਰਾ ਹੋ ਸਕੇ ਜਿਵੇਂ ਮੈਂ ਤੁਹਾਡੇ ਨਾਲ ਰਹਿ ਸਕਾਂ ਤੈਸੋ ਕਰੋ ਵਿਚਾਰਾ ਹਾਂ ਕਹਿਣਗੇ ਉਹ ਵਿਚਾਰ ਕਰੋ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੇ ਮਰਦਾਨਾ ਤੁਸੀਂ ਮੇਰੇ ਬਾਰੇ ਸੋਚੋ ਹਾਂਜੀ ਮੈਂ ਤੁਹਾਡੇ ਨਾਲ ਕਿਵੇਂ ਰਹਿ ਸਕਦਾ ਮੈਨੂੰ ਇਹ ਦੱਸ ਦਿਓ ਹਾਂ ਮੇਰਾ ਖਾਣੇ ਪਾਣੀ ਦਾ ਕੰਮ ਹੋ ਜੂਗਾ ਹਾਂਜੀ ਇਨਡਾਇਰੈਕਟਲੀ ਇਹੀ ਪੁੱਛਿਆ ਨਾ ਵੀ ਤੁਸੀਂ ਮੇਰਾ ਖਿਆਲ ਰੱਖੋਗੇ ਫਿਰ ਕਹਿ ਸ੍ਰੀ ਗੁਰ ਨਰ ਆਸ ਨਾ ਰੱਖੀਏ ਹੁਣ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ ਇਹ ਸੁਣਨ ਵਾਲਾ ਹੈ ਓਕੇ ਦੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਾ ਹੁਣ ਭਾਈ ਮਰਦਾਨੇ ਨੂੰ ਕਿਹਾ ਕਹਿੰਦੇ ਜਿਹੜੇ ਬੰਦਾ ਨਾ ਇੱਕ ਬੰਦੇ ਦੀ ਆਸ ਰੱਖਦਾ ਕਹਿੰਦੇ ਨਰ ਆਸ ਨਾ ਰੱਖੀਏ ਕਿਤੇ ਵੀ ਇੱਕ ਇਨਸਾਨ ਦੀ ਆਸ ਨਹੀਂ ਰੱਖਣੀ ਚਾਹੀਦੀ ਇੱਕ ਹੋਰ ਬੰਦੇ ਦੀ ਆਸ ਨਹੀਂ ਰੱਖਣੀ ਚਾਹੀਦੀ ਬਹੁਤ ਬੇਕਾਰ ਇਸ ਮਾਂ ਇਹਦੇ ਵਿੱਚ ਬਹੁਤ ਬੇਕਾਰ ਨੇ ਬਹੁਤ ਜਿਹੜੇ ਹਨ ਇਹਦੇ ਵਿੱਚ ਚੀਜ਼ਾਂ ਮਾੜੀਆਂ ਨੇ ਜੇ ਆਪਾਂ ਕਿਸੇ ਬੰਦੇ ਦੀ ਆਸ ਰੱਖੀ ਹੁਣ ਜਿਵੇਂ ਆਪਾਂ ਨੂੰ ਵੀ ਬੜੀ ਆਸ ਹੁੰਦੀ ਨਾ ਆਪਾਂ ਵੀ ਬੰਦਿਆਂ 'ਤੇ ਆਸ ਰੱਖਦੇ ਹਾਂ ਜਿਹਨੂੰ ਦੇਖਦੇ ਹਾਂ ਉਹਦੇ 'ਤੇ ਆਸਰਾ ਰੱਖ ਲੈਂਦੇ ਹਾਂ ਰਾਈਟ ਨਾ ਜਦੋਂ ਆਪਾਂ ਨੂੰ ਕੋਈ ਦੁੱਖ ਪੈਂਦਾ ਹੈ ਆਪਾਂ ਆਲੇ ਦੁਆਲੇ ਦੇਖਣਾ ਸ਼ੁਰੂ ਕਰ ਦਿੰਦੇ ਹਾਂ ਵੀ ਇਹ ਮੇਰੀ ਮਦਦ ਕਰੇਗਾ ਇਹ ਕਰੇਗਾ ਜੇ ਤੁਸੀਂ ਗੱਡੀ ਆਏ ਕਰੋ ਹਰ ਇੱਕ ਗੱਡੀ 'ਤੇ ਤੁਹਾਡਾ ਆਸਰਾ ਹੋਊਗਾ ਵੀ ਇਹ ਖੜੇਗੀ ਇਹ ਖੜੇਗੀ ਇਹ ਖੜੇਗੀ ਸੋ ਕਹਿੰਦੇ ਜੇ ਬੰਦਿਆਂ 'ਤੇ ਆਸਰਾ ਰੱਖੀਏ
ਜਿਵੇਂ ਕਈ ਬੰਦੇ ਨੇ ਆਪਣੇ ਬੌਸ ਤੇ ਆਸਰਾ ਰੱਖਦੇ ਨੇ, ਇਹ ਬੌਸ ਮੈਨੂੰ ਮੇਰੀ ਤਨਖਾਹ ਵਧਾਏਗਾ, ਮੈਨੂੰ ਬੋਨਸ ਦੇਏਗਾ, ਉਹ ਵੀ ਮਾੜਾ। ਬੰਦੇ ਦੀ ਆਸ ਆ ਨਾ, ਜੇ ਆਪਾਂ ਆਪਣੇ ਧੀਆਂ ਪੁੱਤਰਾਂ ਤੇ ਆਸ ਰੱਖੀ ਉਹ ਵੀ ਮਾੜੀ ਹੈ, ਉਹ ਵੀ ਨਰ ਹੈ ਨਾ, ਉਹ ਵੀ ਬੰਦੇ ਨੇ। ਸੋ ਕਹਿੰਦੇ ਕਿਸੇ ਤੇ ਆਸ ਨਹੀਂ ਆਪਾਂ ਰੱਖ ਸਕਦੇ। ਇੱਕ ਬੰਦਾ ਹੋ ਕੇ, ਆਪਾਂ ਇੱਕ ਇਨਸਾਨ ਹੋ ਕੇ ਦੂਜੇ ਇਨਸਾਨ ਦੀ ਆਸ ਰੱਖਣੀ ਮਾੜੀ ਹੈ। ਤ੍ਰਿਸ਼ਨਾ ਅਧਕ ਹੋਏ ਨਹਿ ਤ੍ਰਿਪਤਾ। ਓਕੇ, ਦੇਖੋ ਉਹਦੇ ਵਿੱਚ ਇਫੈਕਟ ਕੀ ਹੁੰਦਾ, ਬਹੁਤ ਸੋਹਣਾ ਉਪਦੇਸ਼ ਹੈ ਇਹ। ਕਹਿੰਦੇ ਤ੍ਰਿਸ਼ਨਾ ਅਧਕ, ਤ੍ਰਿਸ਼ਨਾ ਹੋ ਜਾਂਦੀ ਹੈ ਜੇ ਮਿਲ ਜਾਵੇ ਬੰਦੇ ਦੀ, ਭੁੱਖ ਵੱਧ ਜਾਂਦੀ ਹੈ ਤੇ ਬੇਲੋੜਾ ਹੀ ਬੰਦਾ ਮੰਗੀ ਜਾਂਦਾ। ਇਵਨ ਦੋ ਯੂ ਡੋਂਟ ਨੀਡ ਇਟ ਯੂ ਵਿਲ ਆਸਕ ਬਿਕੋਜ਼ ਯੂ ਕੈਨ ਆਸਕ। ਦੇਖੋ ਹੁਣ ਜਿਹੜੇ ਜਿਹੜੇ ਮੰਗਦੇ ਹੁੰਦੇ ਆ, ਤੁਸੀਂ ਉਹਨਾਂ ਨੂੰ ਜਿੰਨਾ ਮਰਜ਼ੀ ਦੇ ਦਿਓ, ਉਹਨਾਂ ਨੇ ਕਿਹੜੇ ਤੈਨੂੰ ਵਾਪਸ ਦੇਣਾ ਹੈ, ਰਾਈਟ? ਉਹਨਾਂ ਨੇ ਤਾਂ ਕਹਿਣਾ ਬਸ ਹੋ ਗਿਆ ਜੀ, ਸਾਡਾ ਕੋਟਾ ਪੂਰਾ ਹੋ ਗਿਆ, ਆਈ ਕੈਨ ਨਾਟ ਐਕਸੈਪਟ ਐਨੀ ਮੋਰ, ਨਹੀਂ ਹੁੰਦਾ ਨਾ। ਕਹਿੰਦੇ ਉਨੀ ਤ੍ਰਿਸ਼ਨਾ ਅੰਦਰ ਵੱਧਦੀ ਹੈ, ਉਨੀ ਭੁੱਖ ਅੰਦਰੋਂ ਵੱਧਦੀ ਹੈ, ਫਿਰ ਕਹਿੰਦੇ ਹੋਏ ਨਾ ਤ੍ਰਿਪਤਾ। ਬੰਦਾ ਰੱਜਦਾ ਨੀ, ਕਿਤੇ ਨੀ ਰੱਜੇਗਾ। ਬਹੁਤ ਬਹੁਤ ਪਰਮਾਹੀ, ਫਿਰ ਬਹੁਤ ਬਹੁਤ ਪਰਮਾਹੀ ਕੀ ਹੁੰਦਾ ਹੈ, ਫਿਰ ਬੰਦੇ ਨੂੰ ਭਰਮ ਪੈ ਜਾਂਦਾ ਹੈ, ਜਿਵੇਂ ਇਹ ਤੋਂ ਮਿਲ ਗਿਆ ਇਹ ਤੋਂ ਵੀ ਮਿਲ ਜਾਣਾ, ਫਿਰ ਉਹਦੇ ਤੇ ਕੇ ਹਾੜੇ ਕੱਢੇਗਾ, ਉਹਦੇ ਹਾੜੇ, ਫਿਰ ਬੰਦਾ ਕੀ ਕਰਦਾ, ਉਹ ਰੱਬ ਨੂੰ ਭੁੱਲ ਜਾਂਦਾ ਹੈ, ਬੰਦਿਆਂ ਦੇ ਬੰਦੇ ਹੀ ਰਹਿ ਜਾਂਦੇ ਨੇ। ਫਿਰ ਇੱਕ ਜਾਤ ਦੂਜੇ ਟਿਕ ਜਾ, ਕਹਿੰਦੇ ਇੱਕ ਤੋਂ ਮੰਗੇਗਾ ਫਿਰ ਦੂਜੇ ਤੇ ਜਾਏਗਾ, ਤੀਸਰ ਪਹਿ ਦੀਨਾ, ਫਿਰ ਤੀਜੇ ਤੋਂ ਲਵੇਗਾ ਜੇ ਉਹਨੇ ਦੇ ਦਿੱਤਾ, ਤੀਜੇ ਤੋਂ ਮੰਗੇਗਾ ਉਹਨੇ ਦੇ ਦਿੱਤਾ, ਚਤੁਰਥੇ ਜਾਚੇ ਹੋਏ ਫਿਰ ਉਹ ਚੌਥੇ ਕੋਲ ਜਾਏਗਾ, ਵੀ ਉਹਦਾ ਕੌਨਫੀਡੈਂਸ ਵੱਧਦਾ ਜਾਂਦਾ, ਉਹ ਚੌਥੇ ਕੋਲ ਜਾ ਕੇ ਮੰਗੇਗਾ ਆਤੁਰ ਦੁਖੀ ਹੋ ਕੇ। ਤ੍ਰਿਸ਼ਨਾ ਕੀਨ ਅਧੀਨਾ, ਕਹਿਣ ਲੱਗੇ ਫਿਰ ਕੀ ਹੁੰਦਾ ਹੈ, ਉਹ ਤ੍ਰਿਸ਼ਨਾ ਦੀ ਜਿਹੜੀ ਹਨ ਅਧੀਨ, ਉਹ ਕੰਟਰੋਲ ਵਿੱਚ ਚਲਿਆ ਗਿਆ। ਮਤਲਬ ਹੁਣ ਉਹਨੂੰ ਤ੍ਰਿਸ਼ਨਾ ਉਹਦੀ ਕੰਟਰੋਲ ਕਰ ਰਹੀ ਹੈ, ਉਹਦੀ ਡਿਜ਼ਾਇਰਸ ਉਹਨੂੰ ਕੰਟਰੋਲ ਕਰ ਰਹੇ, ਉਹ ਡਿਜ਼ਾਇਰਸ ਨੂੰ ਨਹੀਂ ਕੰਟਰੋਲ ਕਰ ਰਿਹਾ, ਉਹ ਭੁੱਖ ਉਹਨੂੰ ਕੰਟਰੋਲ ਕਰ ਰਹੀ ਹੈ। ਕਹਿੰਦੇ ਇਹ ਜਿਹੜਾ ਪੁੱਠਾ ਕੰਮ ਹੋ ਜਾਂਦਾ ਹੈ ਨਾ, ਜਦੋਂ ਇਹ ਚੀਜ਼ਾਂ ਆਪਾਂ ਨੂੰ ਕੰਟਰੋਲ ਕਰਨਾ ਸ਼ੁਰੂ ਕਰਦੀਆਂ ਹਨ। ਏਕ ਆਸ ਰੱਖੋ ਅਵਿਨਾਸ਼ੀ, ਇਸ ਕਰਕੇ ਗੁਰੂ ਨਾਨਕ ਸਾਹਿਬ ਦਾ ਇਹ ਅਵਿਨਾਸ਼ੀ, ਜੋ ਪਰਮੇਸ਼ੁਰ ਕਿਤੇ ਨਾਸ ਨਹੀਂ ਹੁੰਦਾ, ਪਰਮੇਸ਼ੁਰ ਕਿਤੇ ਜੰਮਦਾ ਨਹੀਂ ਮਰਦਾ ਨਹੀਂ, ਪਰਮੇਸ਼ੁਰ ਕਿਤੇ ਆਉਂਦਾ ਨਹੀਂ ਜਾਂਦਾ ਨਹੀਂ, ਕਹਿੰਦੇ ਆਸਰਾ ਜੇ ਰੱਖਣਾ ਉਹਦਾ ਰੱਖ, ਕਿਉਂਕਿ ਉਹ ਤਾਂ ਹਮੇਸ਼ਾ ਹੀ ਹੈ ਦੇਣ ਵਾਲਾ। ਇੱਥੇ ਜਿਹਦਾ ਆਸਰਾ ਆਪਾਂ ਰੱਖਦੇ, ਉਹਨੇ ਵੀ ਇੱਕ ਦਿਨ ਮਰ ਜਾਣਾ, ਉਹਨੇ ਵੀ ਇੱਕ ਦਿਨ ਚਲਿਆ ਜਾਣਾ, ਸੋ ਉਹਦਾ ਆਸਰਾ ਕਿਉਂ ਰੱਖਦੇ? ਇਸ ਕਰਕੇ ਬੰਦੇ ਜਿਹੜੇ ਨੇ ਕਈ ਵਾਰੀ ਦੁਖੀ ਹੋ ਜਾਂਦੇ, ਜੋ ਘਰ 'ਚ ਕੋਈ ਮੌਤ ਹੋ ਜਾਵੇ ਨਾ, ਉਹ ਬੰਦੇ ਕਈ ਡਿਪਰੈਸ ਹੋ ਕੇ ਮਰ ਜਾਂਦੇ ਨੇ, ਕਿਉਂਕਿ ਉਹਨਾਂ ਨੇ ਆਸ ਰੱਖੀ ਸੀ ਉਹਦੇ 'ਤੇ। ਇਸ ਕਰਕੇ ਮਹਾਰਾਜ ਕਹਿੰਦੇ ਅਵਿਨਾਸੀ 'ਤੇ ਆਸ ਰੱਖੋ, ਜੋ ਕਿਤੇ ਵੀ ਨਾਸ ਹੋਣ ਵਾਲਾ ਨਹੀਂ ਉਹਦੇ 'ਤੇ ਆਸਰਾ ਰੱਖੋ। ਤ੍ਰਿਸ਼ਨਾ ਨਾਸ ਹੈ ਆਨਾ, ਕਹਿਣ ਲੱਗੇ ਇਸ ਤ੍ਰਿਸ਼ਨਾ ਆਪਣੇ ਆਪ ਹੀ ਦੂਰ ਹੋ ਜਾਂਦੀ ਹੈ, ਦੂਜੀ ਤ੍ਰਿਸ਼ਨਾ ਫਿਰ ਕੋਲੇ ਨਹੀਂ ਰਹਿੰਦੀ। ਜੈ ਜੈ ਹੋਏ ਪੁੱਛਾ ਵਹਿ ਤਹਿ ਤਹਿ, ਦੇਖੋ ਪਰਮੇਸ਼ਰ ਸਭ ਕੁਝ ਜਾਣਦਾ ਹੈ, ਜਿੱਥੇ ਜਿੱਥੇ ਜੀਵ ਭੁੱਖਾ ਹੁੰਦਾ ਹੈ ਪਰਮੇਸ਼ਰ ਉੱਥੇ ਖਾਣਾ ਉਹਦਾ ਜ਼ਰੂਰ ਪਹੁੰਚਾਉਂਦਾ ਹੈ, ਪਰਮੇਸ਼ਰ ਆਪ ਉਹਦਾ ਖਾਣਾ ਦਿੰਦਾ, ਸੈਲ ਪੱਥਰ ਮੈਂ ਜੰਤੂ ਪਾਏ ਤਾਂ ਕਾ ਰਿਜਕ ਅੱਗੇ ਕਰ ਤਰਿਆ। ਕਹਿੰਦੇ ਪਰਮੇਸ਼ਰ ਆਪ ਖਾਣਾ ਦਿੰਦਾ ਹੈ, ਤੈਨੂੰ ਕਾਹਦਾ ਫਿਕਰ ਹੈ? ਕੀਟ ਮਦ ਪਖਾਨਾ, ਕਹਿੰਦੇ ਦੇਖੋ ਪੱਥਰਾਂ ਵਿੱਚ ਬੈਠੇ ਕੀੜੀਆਂ ਨੂੰ ਵੀ ਪਰਮੇਸ਼ਰ ਖਾਣਾ ਦਿੰਦਾ, ਕਹਿੰਦੇ ਤੈਨੂੰ ਕਾਹਦਾ ਫਿਕਰ ਹੈ, ਤੂੰ ਤਾਂ ਫਿਰ ਇੱਥੇ ਤੁਰਿਆ ਫਿਰਦਾ, ਉਹ ਤਾਂ ਪੱਥਰਾਂ ਵਿੱਚ ਬੈਠੇ ਕੀੜੀਆਂ ਨੂੰ ਵੀ ਦਿੰਦਾ ਹੈ। ਹੁਣ ਦੇਖੋ ਕਿੰਨੇ ਦੁਨੀਆਂ ਵਿੱਚ ਕੀੜੇ ਨੇ, ਕਿੰਨੇ ਜਿਹੜੇ ਹਨ ਪਸ਼ੂ ਨੇ, ਕਿੰਨੇ ਪੰਛੀ ਨੇ, ਕਿੰਨਾ ਕੁਛ ਹੋ ਰਿਹਾ। ਦੇਖੋ ਇੱਕ ਬੰਦਾ ਜ਼ੂ ਬਣਾਉਂਦਾ ਹੈ, ਉਹਦਾ ਬਾਣ ਹੋ ਜਾਂਦਾ ਹੈ, ਕਹਿੰਦਾ ਇਹਨੂੰ ਖਾਣਾ ਕਿਵੇਂ ਦੇਣਾ। ਹੁਣ ਜ਼ੂ ਨਗਾਰ ਆਪਣਾ ਵੀ ਬੜਾ ਪ੍ਰੋਬਲਮ ਵਿੱਚ ਫਸਿਆ ਹੋਇਆ ਨਾ, ਕਹਿੰਦੇ ਪੈਸਾ ਹੈ ਨਹੀਂ ਜੀ, ਸ਼ੇਰਾਂ ਵਾਸਤੇ ਖਾਣਾ ਹੈ ਨਹੀਂ, ਬਜਟ ਹੈ ਨਹੀਂ, ਹੁਣ ਜ਼ੂ ਜਿਹੜੇ ਰੱਖਣੇ ਕਿਹੜੇ ਸੌਖੇ ਨੇ। ਪਰ ਦੇਖੋ ਪਰਮੇਸ਼ਰ ਨੇ ਵੱਡੇ ਵੱਡੇ ਐਮਾਜ਼ੋਨ ਵਾਲੇ ਜੰਗਲਾਂ ਨੂੰ ਪਾਲ ਰਿਹਾ ਹੈ, ਕਿੰਨੇ ਵੱਡੇ ਵੱਡੇ ਜਿਹੜੇ ਜੰਗਲਸ ਨੇ, ਕਿੰਨੇ ਕਿੰਨੇ ਵੱਡੇ ਵਣ ਨੇ, ਕਿੰਨੇ ਵੱਡੇ ਪੰਛੀ ਨੇ, ਸਾਰਿਆਂ ਨੂੰ ਦੀ ਪਾਲਣਾ ਕਿੰਨੇ ਹਜ਼ਾਰਾਂ ਸਾਲਾਂ ਤੋਂ ਕਰ ਰਿਹਾ ਹੈ, ਕਿੰਨੇ ਮਿਲੀਅਨ ਸਾਲਾਂ ਤੋਂ ਕਰ ਰਿਹਾ ਹੈ, ਕਿਤੇ ਘਾਟਾ ਕੋਈ ਪਿਆ? ਕਹਿੰਦੇ ਪਰਮੇਸ਼ਰ ਆਪ ਕਰਦਾ ਹੈ ਨਾ, ਉਹਨਾਂ ਨੂੰ ਪਤਾ ਹੁੰਦਾ ਕਿਵੇਂ ਪਾਲਣਾ ਹੈ। ਉਧਰ ਵਿਖੇ ਪ੍ਰਤਪਾਲਾ ਜੋ, ਦੇਖੋ ਕਹਿੰਦੇ ਵਰਦਾਨਿਆ, ਜੋ ਤੂੰ ਆਪਣੀ ਮਾਂ ਦੀ ਪੇਟ ਵਿੱਚ ਸੀਗਾ ਤੇਰੀ ਮਾਂ ਦੀ ਪੇਟ ਦੇ ਵਿੱਚ ਵੀ ਉਹਨੇ ਤੈਨੂੰ ਪਾਲਿਆ ਹੈ, ਉਹ ਪਰਮੇਸ਼ਰ ਨੇ ਤੈਨੂੰ ਖਾਣਾ ਦਿੱਤਾ ਭਾਵੇਂ ਤੂੰ ਮਾਤਾ ਦੀ ਪੇਟ ਦੇ ਵਿੱਚ ਬੈਠਾ ਸੀ। ਜਨਮਤ ਦੇਹ ਆਹਾਰਾ, ਕਹਿਣਗੇ ਜਦੋਂ ਤੂੰ ਜੰਮਿਆ ਕੀ ਹੋਇਆ, ਦੁੱਧ ਜਿਹੜਾ ਸੀ ਉਹਨੇ ਮਾਤਾ ਦੀ ਥਣਾਂ ਵਿੱਚ ਬ੍ਰੈਸਟ ਦੇ ਵਿੱਚ ਪਾ ਦਿੱਤਾ, ਤੇਰੇ ਵਾਸਤੇ ਖਾਣਾ ਤੇਰੇ ਆਉਣ ਤੋਂ ਪਹਿਲਾਂ ਤਿਆਰ ਹੋ ਗਿਆ। ਪੂਰਵ ਅਸਥਨ ਮੈਂ ਕੁਛ ਨਾਹੀਂ, ਕਹਿਣਗੇ ਦੇਖੋ ਪਹਿਲਾਂ ਮਾਂ ਦੇ ਬ੍ਰੈਸਟ ਵਿੱਚ ਦੁੱਧ ਨਹੀਂ ਹੁੰਦਾ, ਬਿਲਕੁਲ ਖਾਲੀ ਹੁੰਦੇ, ਸੁੱਕੇ ਹੁੰਦੇ ਹਨ। ਪੁਰਪੈ ਪਸ ਪਸਮਤ ਧਾਰਾ, ਹਾਂ ਕਹਿਣਗੇ ਉਸ ਜਦੋਂ ਜਨਮ ਹੁੰਦਾ ਕੋਈ ਬੱਚੇ ਦਾ, ਉਦੋਂ ਹੀ ਉਹ ਮਾਤਾ ਦੀ ਥਣਾਂ ਵਿੱਚ ਦੁੱਧ ਆ ਜਾਂਦਾ। ਦੇਖੋ ਪਰਮੇਸ਼ਰ ਦੀ ਲੀਲਾ ਕੈਸੀ ਹੈ, ਭਾਵੇਂ ਮਾਂ ਕਿਹੜੇ ਵੀ ਕੋਨੇ 'ਚ ਬੈਠੀ ਹੋਵੇ, ਉਹਨੇ ਜਨਮ ਦਿੱਤਾ ਹੋਵੇ, ਪਰਮੇਸ਼ਰ ਨੇ ਉਹਦਾ ਮਾਂ ਦੇ ਉਹਦੇ ਬੱਚੇ ਵਾਸਤੇ ਦੁੱਧ ਮਾਂ ਦੀ ਥਣ 'ਚ ਪਹਿਲਾਂ ਹੀ ਪਾ ਦਿੱਤਾ, ਐਲੀ ਸੋ ਬੱਚਾ ਤਾਂ ਨਹੀਂ ਭੁੱਖਾ ਰਹੇਗਾ ਨਾ। ਕਹਿੰਦੇ ਦੇਖੋ ਪਰਮਾਤਮਾ ਕਿੰਨਾ ਸੋਚਦਾ ਹੈ। ਇਹ ਲੱਖ ਕਰ ਅਸਤਰ ਔਰ ਕਰ, ਕਹਿਣ ਲੱਗੇ ਇਸ ਤਰ੍ਹਾਂ ਦੀਆਂ ਜਿਹੜੀਆਂ ਹਨ, ਇਹ ਰਿਐਲਿਟੀ ਨੂੰ, ਇਹ ਜਿਹੜਾ ਹੈ ਸੱਚ ਨੂੰ ਜਾਣ ਕੇ ਆਪਣੇ ਮਨ ਦੇ ਵਿੱਚ ਭਰੋਸਾ ਰੱਖ ਮਰਦਾਨਿਆ, ਤੈਨੂੰ ਕਿਤੇ ਪਰਮੇਸ਼ਰ ਭੁੱਖਾ ਨਹੀਂ ਰੱਖੇਗਾ। ਸੰਤੋਖ ਸਦਾ, ਕਹਿਣ ਕਿ ਸੰਤੋਖ ਰੱਖਣਾ ਜ਼ਰੂਰੀ ਹੈ।
ਸੰਤੋਖ ਉਹ ਹੁੰਦਾ ਜੈਸੀ ਹਾਲਾਤ ਹੈ ਵੈਸਾ ਹੀ ਨਿਰਵਾਹ ਕਰਨਾ। ਕਹਿੰਦੇ ਸੰਤੋਖ ਵਿੱਚ ਰਹਿ ਪਰਦਾਨਿਆ, ਜਿਹਦੇ ਅੰਦਰ ਸੰਤੋਖ ਆ ਗਿਆ ਉਹਦੀ ਭੁੱਖ ਮਿਟ ਜਾਂਦੀ, ਤ੍ਰਿਸ਼ਨਾ ਮਿਟ ਜਾਂਦੀ ਹੈ। ਜਲ ਥਲ ਗਿਰ ਨਭ ਤਾਂਬਰ ਧਰ ਇਹ, ਕਹਿੰਦੇ ਦੇਖੋ ਜਲਾਂ ਦੇ ਵਿੱਚ ਪਾਣੀ ਵਿੱਚ ਬੈਠੇ ਜੀਵ ਉਹਨਾਂ ਨੂੰ ਖਾਣਾ ਦੇ ਰਿਹਾ, ਥਲਾਂ ਵਿੱਚ ਜਿਹੜੇ ਥਲ ਦੇ ਵਿੱਚ ਨੇ ਉਹਨਾਂ ਨੂੰ ਦੇ ਰਿਹਾ ਹੈ, ਜਿਹੜੇ ਗਿਰ ਜਿਹੜੇ ਪਹਾੜਾਂ ਦੇ ਵਿੱਚ ਉਹਨਾਂ ਨੂੰ ਖਾਣਾ ਦੇ ਰਿਹਾ ਹੈ, ਨਭ ਆਕਾਸ਼ ਵਿੱਚ ਜਿਹੜੇ ਹਨ ਉਹ ਜੀਵਾਂ ਨੂੰ ਵੀ ਖਾਣਾ ਦੇ ਰਿਹਾ ਹੈ। ਕਹਿੰਦੇ ਤਾਂਬਰ ਜਿਹੜੇ ਤਾਂਬੇ ਵਿੱਚ ਨੇ, ਜਿਹੜੇ ਅੰਡਰਗਰਾਊਂਡ ਨੇ, ਹਾਂਜੀ ਉਹਨਾਂ ਨੂੰ ਦੇ ਰਿਹਾ ਹੈ, ਧਰਤੀ ਨੂੰ ਦੇ ਰਿਹਾ ਹੈ, ਸੱਪਾਂ ਨੂੰ ਖਾਣਾ ਦੇ ਰਿਹਾ ਹੈ। ਜੈ ਲਗ ਚਰ ਅਚਰਾਈ, ਕਹਿਣ ਲੱਗੇ ਜਿਹੜੇ ਜੜ ਨੇ ਤੇ ਜਿਹੜੇ ਚੇਤਨ ਨੇ, ਦੋਵੇਂ ਤਰ੍ਹਾਂ ਦੀ ਸ੍ਰਿਸ਼ਟੀ ਨੂੰ ਪਰਮਾਤਮਾ ਖਾਣਾ ਦਿੰਦਾ ਹੈ। ਹਾਂਜੀ ਜਿਹੜੇ ਜੜ ਨੇ ਨਹੀਂ ਹਿੱਲ ਸਕਦੇ, ਦੇਖੋ ਦਰਖਤ ਇੱਕ ਪਾਸੇ ਖੜਾ ਹੈ, ਉਹਨੂੰ ਖਾਣਾ ਕੌਣ ਦਿੰਦਾ ਵਿਚਾਰੇ ਨੂੰ? ਕਿਹਨੇ ਪੁੱਛਣਾ ਉਹਨੂੰ ਵੀ ਤੈਨੂੰ ਤੈਨੂੰ ਪਾਣੀ ਦੇ ਦਈਏ, ਹੋਰ ਪਾਣੀ ਪਾ ਦਈਏ, ਕਿਹਨੇ ਪੁੱਛਣਾ? ਉਹ ਵਿਚਾਰਾ ਖੜਾ ਉੱਥੇ, ਉਹਨੂੰ ਵੀ ਪਰਮੇਸ਼ਰ ਪਾਲਦਾ ਹੀ ਹੈ ਨਾ। ਕਹਿੰਦੇ ਫਿਰ ਜਿਹੜੇ ਚੇਤਨ ਨੇ, ਜਿਹੜੇ ਹਿਲਦੇ ਜਾਨਵਰ ਨੇ, ਉਹਨਾਂ ਨੂੰ ਵੀ ਤਾਂ ਦਿੰਦਾ ਹੀ ਹੈ ਸਾਰਾ। ਰੋਜ਼ ਪਾਲਣਾ ਕਰਤ ਵਿਸਾਲਾ, ਕਹਿੰਦੇ ਉਹਨਾਂ ਦੀ ਪਾਲਣਾ ਸਾਰਿਆਂ ਦੀ ਪਰਮੇਸ਼ਰ ਆਪ ਕਰਦਾ ਹੈ। ਕੋਈ ਨਾ ਬਿਨਾ ਆਹਾਰਾ, ਕੋਈ ਵੀ ਭੋਜਨ ਤੋਂ ਬਗੈਰ ਨਹੀਂ ਦੁਨੀਆਂ ਵਿੱਚ, ਸਾਰਿਆਂ ਨੂੰ ਮਿਲਦਾ ਜੀ ਖਾਣਾ। ਅਸ ਉਧਾਰ ਕੋ ਤਜ ਕਰ ਭਰਮਤ, ਕਹਿੰਦੇ ਫਿਰ ਅਸ ਉਧਾਰ, ਐਸੇ ਉਧਾਰ, ਐਸੇ ਜਿਹੜਾ ਹੈ ਜੈਨਰਸ ਪਰਮਾਤਮਾ ਨੂੰ ਛੱਡ ਕੇ ਮਰਦਾਨਿਆਂ ਤੂੰ ਕਿਹਦੀ ਆਸ ਰੱਖਦਾ, ਕਿਤੋਂ ਤੂੰ ਭਾਲਦਾ ਵੀ ਮੈਨੂੰ ਇਹਤੋਂ ਖਾਣਾ ਮਿਲੇਗਾ? ਹਾਂਜੀ ਕਿਸੇ ਦੀ ਆਸ ਤੂੰ ਕਿਉਂ ਕਰਦਾ ਹੈ ਜਿਹੜਾ ਇੰਨੇ ਬ੍ਰਹਿਮੰਡ ਨੂੰ ਖਾਣਾ ਦੇ ਰਿਹਾ, ਤੈਨੂੰ ਨਹੀਂ ਦੇਗਾ? ਫਿਰ ਤ੍ਰਿਸ਼ਨਾ ਦੁੱਖ ਪਰਿਵਾਰ, ਕਹਿਣ ਲੱਗੇ ਇਹ ਤ੍ਰਿਸ਼ਨਾ ਜਿਹੜਾ ਹੈ ਇਹ ਦੁੱਖਾਂ ਦਾ ਪਰਿਵਾਰ ਹੈ, ਕਿਉਂਕਿ ਤ੍ਰਿਸ਼ਨਾ ਜਦੋਂ ਲੱਗਦੀ ਹੈ ਨਾ ਬੰਦੇ ਨੂੰ, ਉਹ ਬਹੁਤ ਬ੍ਰਾਂਚਸ ਬਣ ਜਾਂਦੀ, ਇੱਕ ਫੈਮਿਲੀ ਬਣ ਜਾਂਦੀ ਹੈ, ਉਹ ਫੈਮਿਲੀ ਬਣ ਕੇ ਬੰਦੇ ਨੂੰ ਸਤਾਉਣਾ ਸ਼ੁਰੂ ਕਰ ਦਿੰਦੀ ਹੈ। ਸੁਦਾਸਨੇ ਜਨ ਬੈਨ ਸਰੋਨ ਸੁਨ ਮਨ ਮਹਿ ਆਪ ਸੰਤੋਖਾ, ਦੇਖੋ ਗੁਰੂ ਨਾਨਕ ਸਾਹਿਬ ਦੇ ਬਚਨ ਜਦੋਂ ਸੁਣੇ ਨਾ ਭਾਈ ਮਰਦਾਨੇ ਨੇ, ਸੁਦਾਸਨ ਅੰਮ੍ਰਿਤ ਵਰਗੇ ਬਚਨ ਸਨ ਗੁਰੂ ਨਾਨਕ ਸਾਹਿਬ ਜੀ ਦੇ, ਕਹਿੰਦੇ ਐਸੇ ਬਚਨਾਂ ਨੂੰ ਸੁਣ ਕੇ ਨਾ ਭਾਈ ਮਰਦਾਨੇ ਦੇ ਮਨ ਵਿੱਚ ਸੰਤੋਖ ਆ ਗਿਆ, ਉਹਦੇ ਅੰਦਰ ਸੰਤੋਖ ਵਸ ਗਿਆ ਜੀ ਭਾਈ ਮਰਦਾਨੇ ਦੇ। ਇਹ ਤਾਂ ਉਪਦੇਸ਼ ਦੀ ਸ਼ਕਤੀ ਹੈ, ਤਾਂ ਆਪਾਂ ਕਹਿੰਦੇ ਸ਼ਬਦ ਗੁਰੂ ਹੈ, ਜੋ ਸ਼ਬਦ ਗੁਰੂ ਹੈ ਨਾ, ਗੁਰੂ ਦੇ ਬਚਨ ਹੀ ਗੁਰੂ ਰੂਪ ਨੇ, ਉਹ ਆਪ ਗੁਰੂ ਨੇ, ਗੁਰੂ ਦਾ ਸ਼ਬਦ ਹੀ ਗੁਰੂ ਹੈ। ਜਦੋਂ ਉਹ ਗੁਰੂ ਦਾ ਸ਼ਬਦ ਆਪਣੇ ਅੰਦਰ ਜਾਂਦਾ ਹੈ ਨਾ, ਗੁਰੂ ਮਹਾਰਾਜ ਆਪ ਆਪਣੇ ਸ਼ਬਦਾਂ ਵਿੱਚ ਵਾਸਾ ਕਰਕੇ ਆਪ ਆਪਣੇ ਜੀਵਨ ਨੂੰ ਸੁਧਾਰਦੇ ਨੇ। ਆਪਾਂ ਆਪ ਆਪਣੇ ਜੀਵਨ ਨੂੰ ਜਿਹੜਾ ਕਿਵੇਂ ਸੁਧਾਰਾਂਗੇ? ਗੁਰੂ ਆਪ ਆਪਣੇ ਜੀਵਨ ਵਿੱਚ ਆਉਂਦਾ ਹੈ, ਆਪਣੇ ਜੀਵਨ ਵਿੱਚ ਵਸਦਾ ਹੈ, ਆਪਣੇ ਜੀਵਨ ਨੂੰ ਜਿਉਂਦਾ ਹੈ। ਸੋ ਐਸਾ ਜਿਹੜਾ ਹੈ ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਕੇ ਭਾਈ ਮਰਦਾਨੇ ਨੂੰ ਸੰਤੋਖ ਆ ਗਿਆ। ਜਨਮ ਜਨਮ ਕੀ ਤ੍ਰਿਸ਼ਨਾ ਦੁੱਖ ਤੇ, ਕਹਿਣਗੇ ਜਨਮ ਜਨਮ ਦੀ ਭੁੱਖ ਜਿਹੜੀ ਸੀ ਨਾ ਭਾਈ ਮਰਦਾਨੇ ਦੀ, ਮਿਟਾਤੀ ਹੁਣ ਦੁੱਖ ਜਿਹੜਾ ਸੀ। ਤੇ ਗਿਆਨ ਬਰ ਭੁੱਖਾ, ਕਹਿਣਗੇ ਗਿਆਨ ਦੇ ਦਿੱਤਾ ਜਿਹੜਾ ਹੈ, ਇੰਨਾ ਗਿਆਨ ਦਿੱਤਾ ਕਿ ਮਰਦਾਨੇ ਨੂੰ ਭਰ ਦਿੱਤਾ, ਭਰ ਗਿਆ ਮਰਦਾਨਾ, ਭੁੱਖਾ ਮੀਨਸ ਪ੍ਰਗਟ ਗਿਆਨ ਦੇ ਦਿੱਤਾ। ਇੱਕ ਪਰੋਖ ਗਿਆਨ ਹੁੰਦਾ, ਇੱਕ ਅਪਰੋਖ ਗਿਆਨ, ਸੋ ਮਹਾਰਾਜ ਨੇ ਅਪਰੋਖ ਗਿਆਨ ਦੇ ਦਿੱਤਾ ਜੀ। ਬਦਨ ਬਦਤ ਮਰਦਾਨਾ ਚਲੀਏ, ਸੋ ਬਦਨ ਬਦਤ ਮਰਦਾਨੇ ਨੂੰ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਖੜ ਕੇ, ਕਹਿੰਦੇ ਚਲੀਏ, ਚੱਲ ਮਰਦਾਨਾ ਉੱਠ ਹੁਣ, ਤੁਮਕੋ ਸੁਸਹਕਾਰਾ, ਕਹਿਣ ਲੱਗੇ ਹੁਣ ਫਿਰ ਜਿਹੜਾ ਹੈ ਉਸ ਵੇਲੇ ਮਰਦਾਨਾ ਵੀ ਕਹਿਣ ਲੱਗਿਆ, ਕਹਿੰਦੇ ਗੁਰੂ ਨਾਨਕ ਨੂੰ ਕਹਿੰਦੇ ਚਲੀਏ ਫਿਰ, ਤੁਹਾਨੂੰ ਤੁਹਾਡੀ ਭੈਣ ਯਾਦ ਕਰ ਰਹੀ ਹੈ। ਸੰਗ ਚਲੋ ਮੈਂ ਦਿਓ ਰਜਟਪਨ, ਭਾਈ ਮਰਦਾਨਾ ਕਹਿੰਦਾ ਮੈਂ ਵੀ ਤੁਹਾਡੇ ਨਾਲ ਚੱਲਦਾ, ਮੈਂ ਇਹ 20 ਰੁਪਈਏ ਵਾਪਸ ਕਰਕੇ ਆਉਂਦਾ ਉਹਨਾਂ ਨੂੰ। ਅਬ ਭਾਰ ਦਾ ਬੇਚਾਰਾ, ਕਹਿੰਦੇ ਅਬ ਭਾ, ਹੁਣ ਮੇਰੇ ਮਨ ਵਿੱਚ ਵਿਚਾਰ ਆਇਆ ਵੀ ਸੰਤੋਖ ਕੀ ਹੁੰਦਾ ਹੈ। ਕਹਿਓ ਨਾ ਮੇਟੋ ਚੱਲ ਮਰਦਾਨਾ, ਗੁਰੂ ਨਾਨਕ ਨੇ ਇੱਕ ਗੱਲ ਹੋਰ ਕਹੀ ਮਰਦਾਨੇ ਨੂੰ, ਕਹਿੰਦੇ ਕਹੋ ਨਾ ਮੇਟੋ, ਕਿਹਾ ਨਾ ਮੇਟੀ, ਜੋ ਤੈਨੂੰ ਕਿਹਾ ਤੂੰ ਉਹ ਕਰੀ, ਕਹਿੰਦੇ ਫਿਰ ਚੱਲ ਮਰਦਾਨਿਆ, ਹੁਣ ਕਿਹਾ ਨਾ ਤੂੰ ਮੋਣੀ। ਸੋ ਇਹ ਸੰਤੋਖ ਜਿਹੜੀ ਚੀਜ਼ ਹੈ ਬੜੀ ਸਟਰੋਂਗ ਚੀਜ਼ ਹੈ, ਆਪਾਂ ਤਾਂ ਸੰਤੋਖ ਇੱਥੋਂ ਤੱਕ ਰਹਿ ਗਿਆ, ਨਾ ਹੀ ਰੱਖੇ ਹੋਏ ਸਨ ਲੋਕਾਂ ਦੇ ਨਾ, ਸੰਤੋਖ ਸਿੰਘ, ਸੰਤੋਖ ਕੌਰ, ਹਾਂਜੀ ਉਹ ਨਾਂ ਤੱਕ ਹੀ ਰਹਿ ਗਿਆ ਸੰਤੋਖ। ਜਦੋਂ ਵੀ ਕੋਈ ਕਹਿੰਦਾ ਜੀ ਸੰਤੋਖ ਰੱਖੋ, ਹਾਂਜੀ ਜੀ ਸੰਤੋਖ ਤਾਂ ਇੱਥੇ ਰਹਿੰਦਾ ਹੈ ਜੀ, ਉੱਥੇ ਰਹਿੰਦਾ ਹੈ, ਹਾਂਜੀ ਮੈਂ ਤਾਂ ਹੁਣ ਤਾਂ ਨਹੀਂ ਦੇਖਿਆ ਕੋਈ ਸੰਤੋਖ ਨਾਂ ਰੱਖਦਾ, ਇਹ ਨਾਂ ਮੇਰੇ ਕਿਹਾ 20 ਸਾਲ ਪੁਰਾਣੇ ਨੇ, ਹਾਂਜੀ 20 ਸਾਲਾਂ ਤੋਂ ਮੈਂ ਕਿਹਾ ਸੰਤੋਖ ਕਿਸੇ ਨੇ ਨਹੀਂ ਨਾਂ ਰੱਖਿਆ, ਹਾਂਜੀ ਸੋ ਸੰਤੋਖ ਤਾਂ ਬਿਲਕੁਲ ਅਲੋਪੇ ਹੋ ਗਿਆ ਆਪਣੀ ਜ਼ਿੰਦਗੀ ਵਿੱਚੋਂ। ਕਹਿਓ ਨਾ ਮੇਟੋ ਚੱਲ ਮਰਦਾਨਾ, ਹੁਣ ਕਹਿਣਾ ਨਾ ਮੋੜੀ ਚੱਲ ਮਰਦਾਨਿਆ, ਕਾਜ ਹੈ ਤੇਰੇ, ਤੇਰੇ ਨਾਲ ਸਾਡਾ ਬੜਾ ਕਾਰਜ ਹੈ, ਗੁਰੂ ਨਾਨਕ ਕਹਿੰਦੇ ਮਰਦਾਨਿਆ ਤੇਰੇ ਨਾਲ ਸਾਡਾ ਬੜਾ ਕੰਮ ਹੈ। ਗਏ ਨਗਰ ਮੈਂ ਸਦਨ ਹੈ ਪਹੁੰਚੇ, ਚਲੇ ਗਏ ਜੀ ਸੁਲਤਾਨਪੁਰ, ਪਹੁੰਚ ਗਏ ਜੀ ਘਰੇ, ਦਾਸੀ ਤੁਲਸਾ ਹੀਰੇ, ਤੁਲਸਾ ਦਾਸੀ ਥੱਲੇ ਖੜੀ ਸੀਗੀ ਤੇ ਉਹਨੇ ਦੇਖ ਲਿਆ ਗੁਰੂ ਨਾਨਕ ਸਾਹਿਬ ਜੀ ਆਉਂਦੇ, ਨਾਲ ਮਰਦਾਨਾ ਤੁਰਿਆ ਆਉਂਦਾ, ਕਹਿੰਦੇ ਥੱਲੇ ਖੜੀ ਨੇ ਆਵਾਜ਼ ਮਾਰੀ, ਮਾਤਾ ਨਾਨਕੀ ਜੀ ਉੱਤੇ ਸਨ, ਬੇਬੇ ਨਾਨਕੀ ਜੀ,
ਤੇ ਥੱਲੇ ਖੜੀ ਨੇ ਆਵਾਜ਼ ਮਾਰੀ ਬੱਦੂ ਭਰਾਤ ਜੀ ਆਏ ਕਹਿੰਦੇ ਬੱਦੂ ਜੀ ਬਹੂ ਜੀ ਭਰਾਤਾ ਤੇਰੇ ਆ ਗਏ ਹਰਕ ਨਾਨਕੀ ਅੰਗ ਨਾ ਮੇਵਹਿ ਕਹਿੰਦੇ ਬੇਬੇ ਨਾਨਕੀ ਗੱਲ ਸੁਣ ਕੇ ਬੜੀ ਖੁਸ਼ ਹੋਈ ਅੰਗ ਨਹੀਂ ਮਾਏ ਜਾਂਦੇ ਉਹਨਾਂ ਦੇ ਇੰਨੀ ਖੁਸ਼ ਹੋਈ ਹਵਾ ਚ ਉੱਡਣ ਲੱਗ ਪਈ ਕਹਿੰਦੇ ਜਿਵੇਂ ਮੋਰ ਬੱਦਲਾਂ ਨੂੰ ਦੇਖ ਕੇ ਆਪਣਾ ਫੰਡ ਪਾਉਂਦੇ ਨੇ ਆਪਣੇ ਜਿਹੜੇ ਫੰਡ ਖੋਲਦੇ ਨੇ ਨੱਚਦੇ ਨੇ ਖੁਸ਼ ਹੁੰਦੇ ਨੇ ਪੰਧ ਪੰਕਜ ਪਰ ਧਾਏ ਧਰਿਓ ਸਿਰ ਸੋ ਇਉਂ ਕਰਕੇ ਜਿਹੜਾ ਹੈ ਕੀ ਹੋਇਆ ਪੰਧ ਪੰਕਜ ਪਰ ਧਾਏ ਭਰਿਓ ਸਿਰ ਬੇਬੇ ਨਾਨਕੀ ਨੇ ਦੇਖਿਆ ਗੁਰੂ ਨਾਨਕ ਸਾਹਿਬ ਜੀ ਆ ਰਹੇ ਨਾ ਸਾਹਮਣੇ ਬੇਬੇ ਨਾਨਕ ਜੀ ਉੱਤੋਂ ਭੱਜੇ ਆਏ ਸਿੱਧੇ ਜਾ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਤਾ ਬੇਬੇ ਨਾਨਕੀ ਜੀ ਫਿਰ ਕੀ ਹੋਇਆ ਜੀ ਧਰਮ ਪੇਲ ਕਰ ਤਾਹੀ ਕਹਿਣਗੇ ਉਮਰੋਂ ਭਾਵੇਂ ਗੁਰੂ ਨਾਨਕ ਜੀ ਛੋਟੇ ਸਨ ਬੇਬੇ ਨਾਨਕ ਜੀ ਵੱਡੇ ਸਨ ਸੋ ਇਹ ਗੱਲ ਨੂੰ ਜਿਹੜਾ ਦੇਖਿਆ ਵੀ ਵੱਡੀ ਭੈਣ ਹੁਣ ਛੋਟੇ ਵੀਰ ਦੇ ਪੈਰੀ ਪੈ ਰਹੀ ਹੈ ਇਹ ਗੱਲ ਦੇਖ ਕੇ ਜੁਗ ਕਰ ਪਰ ਤੇ ਸਿਰ ਤਬਲੇ ਕਰ ਕੀ ਹੋਇਆ ਜਦੋਂ ਬੇਬੇ ਨਾਨਕੀ ਜੀ ਡਿੱਗ ਕੇ ਚਰਨੀ ਪੈਣ ਲੱਗੇ ਨਾ ਗੁਰੂ ਨਾਨਕ ਸਾਹਿਬ ਨੇ ਬੇਬੇ ਨਾਨਕੀ ਜੀ ਦਾ ਸਿਰ ਫੜ ਲਿਆ ਡਿੱਗਣ ਨਹੀਂ ਦਿੱਤਾ ਸਿਰ ਫੜ ਕੇ ਥਾਇਆ ਕਹਿੰਦੇ ਨਹੀਂ ਤੂੰ ਨਹੀਂ ਸਾਨੂੰ ਮੱਥਾ ਟੇਕਣਾ ਹਾਂਜੀ ਸਿਰ ਫੜ ਕੇ ਜਿਹੜਾ ਜਿਹੜਾ ਫੜ ਕੇ ਬੇਬੇ ਨਾਨਕੀ ਨੂੰ ਉਠਾਇਆ ਜੀ ਘੁੱਟ ਕੇ ਪਰਮ ਪੁਰਖ ਪੁੰਨ ਪ੍ਰਾਹੀ ਕਹਿਣ ਲੱਗੇ ਉਸ ਵੇਲੇ ਗੁਰੂ ਨਾਨਕ ਸਾਹਿਬ ਨੇ ਨਾ ਸਿਰ ਫੜ ਕੇ ਬੇਬੇ ਨਾਨਕੀ ਨੂੰ ਉਠਾ ਕੇ ਕੀ ਕਿਹਾ ਜਾਂਦੇ ਹੋ ਤੁਮ ਘਰ ਨਹਿ ਆਵਾਂ ਕਹਿੰਦੇ ਤਾਂ ਹੀ ਮੈਂ ਤੁਹਾਡੇ ਘਰ ਨਹੀਂ ਆਉਂਦਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਸੇ ਕਰਕੇ ਨਹੀਂ ਮੈਂ ਆਉਂਦਾ ਕਿਉਂਕਿ ਤੁਸੀਂ ਅੱਗੇ ਤੁਹਾਨੂੰ ਮੱਥਾ ਟੇਕਦੇ ਹੋ ਕਹਿੰਦੇ ਇਸ ਕਰਕੇ ਮੈਂ ਨਹੀਂ ਤੁਹਾਡੇ ਘਰ ਆਉਂਦਾ ਧਰਤ ਚਰਨ ਸਿਰ ਧਾਈ ਹਾਂ ਕਹਿੰਦੇ ਦੌੜ ਕੇ ਤੁਸੀਂ ਕਿਉਂ ਮੇਰੇ ਚਰਨੀ ਪੈਂਦੇ ਹੋ ਕਿਉਂ ਮੇਰੇ ਪੈਰਾਂ ਤੇ ਪੈਂਦੇ ਹੋ ਔਰ ਨਾ ਮਿਲੋ ਆਨ ਕਰ ਤੁਮ ਮੈਂ ਤੁਹਾਨੂੰ ਹੁਣ ਮੁੜ ਕੇ ਨਹੀਂ ਆ ਕੇ ਮਿਲਣਾ ਮੈਂ ਨਹੀਂ ਤੁਹਾਡੇ ਘਰ 'ਚ ਆਇਆ ਕਰਨਾ ਹੋਏ ਔਗੁਣ ਅਧਿਕਾਰੀ ਕਿਉਂਕਿ ਇਹ ਤਾਂ ਵੱਡਾ ਪਾਪ ਹੋ ਗਿਆ ਤੁਸੀਂ ਮੇਰੀ ਵੱਡੀ ਭੈਣ ਹੋ ਤੁਹਾਨੂੰ ਮੱਥਾ ਮੈਂ ਟੇਕਣਾ ਕਿ ਤੁਸੀਂ ਮੈਨੂੰ ਟੇਕਣਾ ਹੈ ਕਹਿੰਦੇ ਗੁਰੂ ਨਾਨਕ ਨੇ ਇਹ ਕਿਹਾ ਸੁਣੋ ਭਰਾਤ ਜੀ ਜਿਉਂ ਤੁਮ ਭੱਖ ਹੋ ਹੁਣ ਗੁਰੂ ਮਾਤਾ ਨਾਨਕੀ ਜੀ ਨੇ ਹੱਥ ਜੋੜ ਲਏ ਕਹਿੰਦੀ ਸੁਣੋ ਭਰਾਤ ਜੀ ਹੇ ਵੀਰ ਜੀ ਮੇਰੀ ਗੱਲ ਸੁਣੋ ਹੁਣ ਜਿਵੇਂ ਤੁਸੀਂ ਕਿਹਾ ਹੈ ਮੈਂ ਉਵੇਂ ਰਵਾਂਗੀ ਤੁਸੀਂ ਇਹ ਨਾ ਕਿਉਂ ਨਹੀਂ ਘਰ ਆਉਣਾ ਵਾਪਸ ਕਹਿੰਦੇ ਮੈਂ ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਕਰਾਂਗੀ ਦਰਸ਼ਨ ਦੇਵਤ ਮੁਝ ਰਹੇ ਮਹਾਰਾਜ ਮੈਨੂੰ ਕਿਹਾ ਹੈ ਵੀਰ ਜੀ ਮੈਨੂੰ ਆ ਕੇ ਦਰਸ਼ਨ ਦੇ ਦਿਆ ਕਰੋ ਹਮੇਸ਼ਾ ਕਰੋ ਨਾ ਮੈਨੂੰ ਆਪਣੇ ਹਿਰਦੇ ਤੋਂ ਨਾ ਭੁਲਾਇਓ ਕਿਤੇ ਵੀਰ ਮੈਂ ਆਪਣੀ ਭੈਣ ਨੂੰ ਕਿਤੇ ਨਾ ਭੁਲਾਇਓ ਸਿਮਰਨ ਹੋ ਮਨ ਮਹਿ ਕਰੋ ਮੈਂ ਹਮੇਸ਼ਾ ਤੁਹਾਨੂੰ ਆਪਣੇ ਮਨ ਵਿੱਚ ਯਾਦ ਕਰਦੀ ਹਾਂ ਕਬ ਕਬ ਆਵਹੋ ਐਨਾ ਕਹਿੰਦੇ ਕਿਤੇ ਕਿਤੇ ਤਾਂ ਆ ਜਾਇਆ ਕਰੋ ਘਰੇ ਕਰਨਾ ਕਰਤ ਰਹੋ ਕਰਨਾ ਕਰ ਕਹਿੰਦੇ ਕਿਰਪਾ ਕਰਦੇ ਰਹੋ ਹੇ ਕਿਰਪਾ ਦੇ ਘਰ ਵੀਰ ਤੁਸੀਂ ਕਿਰਪਾ ਕਰਦੇ ਰਹੋ ਸਾਡੇ ਤੇ ਕਮਲਾ ਨੈਨਨ ਗਤ ਦੈਨਾ ਹੇ ਕਮਲ ਮੁਖ ਵਾਲੇ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ ਹੇ ਕਮਲਾ ਨੈਨ ਹਾਂਜੀ ਗਤ ਦੇਣਾ ਗਤ ਮੁਕਤੀ ਦੇ ਦਾਤੇ ਜਬ ਨਿਜ ਮਨ ਮਹਿ ਮਿਲਣ ਗੁਰੂ ਨਾਨਕ ਸਾਹਿਬ ਜੀ ਬੋਲੇ ਇਹ ਗੱਲ ਸੁਣ ਕੇ ਨਾ ਬੇਬੇ ਨਾਨਕੀ ਜੀ ਗੁਰੂ ਨਾਨਕ ਕੀ ਕਹਿੰਦੇ ਨੇ ਕਹਿੰਦੇ ਜਬ ਨਿਜ ਮਨ ਮਹਿ ਮਿਲਣ ਕਹਿਣਗੇ ਭੈਣ ਜਦੋਂ ਤੈਨੂੰ ਤੇਰੇ ਮਨ ਵਿੱਚ ਇੱਛਾ ਆਵੇ ਸਾਨੂੰ ਮਿਲਣ ਦੀ ਲਾਲਸਾ ਸਿਮਰੋ ਜਸਪਦ ਆਵੋ ਕਹਿਣਗੇ ਜਦੋਂ ਲਾਲਸਾ ਆ ਗਈ ਜਦੋਂ ਇੱਛਾ ਜਾਗੀ ਸਾਨੂੰ ਉਸੇ ਵੇਲੇ ਯਾਦ ਕਰ ਲਈ ਤੇ ਜਸਪਦ ਆਵੋ ਮੈਂ ਉਸੇ ਵੇਲੇ ਆ ਜਾਵਾਂਗਾ ਮੈਂ ਦੇਰੀ ਨਹੀਂ ਲਾਵਾਂਗਾ ਮੈਂ ਉਸੇ ਵੇਲੇ ਆਵਾਂਗਾ ਹੋਵੋ ਨਿਕਟ ਕਿਦੋਂ ਕਿਤ ਦੂਰ ਕਹਿੰਦੇ ਭਾਵੇਂ ਮੈਂ ਨੇੜੇ ਹੋਵਾਂ ਭਾਵੇਂ ਮੈਂ ਦੂਰ ਹੋਵਾਂ ਇੱਥੋਂ ਤਬ ਮੈਂ ਬਿਲਮ ਨਾ ਲਾਵਾਂ ਮੈਂ ਦੇਰੀ ਨਹੀਂ ਲਾਵਾਂਗਾ ਨੇੜੇ ਹੋਵਾਂ ਜਾਂ ਦੂਰ ਹੋਵਾਂ ਮੈਂ ਦੇਰੀ ਨਹੀਂ ਲਾਵਾਂਗਾ ਉਸੇ ਵੇਲੇ ਆਵਾਂਗਾ ਮਰਦਾਨਾ ਅਬ ਬੇਬੇ ਜੀ ਕੇ ਦੇਹੋ ਕਾਰਖ ਜੋ ਹਾਂ ਕਹਿਣਗੇ ਫੇਰ ਮਰਦਾਨੀ ਨੂੰ ਕਹਿੰਦੇ ਮਰਦਾਨਿਆ ਕੱਢ 20 ਰੁਪਈਏ ਵਾਪਸ ਦੇ ਭੈਣ ਦੇ ਭੈਣ ਦੇ ਘਰੋਂ ਨਹੀਂ ਲਈਦੇ ਹੁੰਦੇ ਪੈਸੇ ਹਾਂਜੀ ਵਾਪਸ ਦੇ ਹੁਣ ਇਹਨਾਂ ਨੂੰ ਭਨਤ ਨਾਨਕੀ ਜਾਚੈ ਨਾਹੀ ਹੁਣ ਬੇਬੇ ਨਾਨਕੀ ਜੀ ਕਹਿੰਦੇ ਵੀਰ ਇਹਨੇ ਮੰਗੇ ਨਹੀਂ ਸੀ ਸਾਡੇ ਤੋਂ ਦੀਨ ਆਪ ਹੀ ਸੋ ਅਸੀਂ ਤਾਂ ਆਪ ਹੀ ਦਿੱਤੇ ਨੇ ਖੁਸ਼ੀ ਦੇ ਨਾਲ ਭਗਤਨ ਹਰ ਕੀ ਬਹੁ ਪਿਆਰੀ ਸੋ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੂੰ ਭਗਤਨ ਕਹਿੰਦੇ ਬੇਬੇ ਨਾਨਕੀ ਜੀ ਭੈਣ ਤੂੰ ਤਾਂ ਭਗਤ ਭਗਤਨ ਹੈ ਕਹਿੰਦੇ ਹਰ ਹਰ ਕੀ ਪਰਮੇਸ਼ਰ ਦੀ ਤੂੰ ਵੱਡੀ ਭਗਤ ਹੈ ਬਹੁਤ ਪਿਆਰੀ ਤੂੰ ਬਹੁਤ ਪਿਆਰੀ ਭਗਤਨ ਹੈ ਪਰਮੇਸ਼ਰ ਦੀ ਕਹੋ ਵੱਡੇ ਕੋ ਸੁਣ ਹੈ ਕਹਿਣ ਲੱਗੇ ਵੱਡਿਆਂ ਦਾ ਕਿਹਾ ਰੱਬ ਵੀ ਸੁਣਦਾ ਹੈ ਗੁਰੂ ਨਾਨਕ ਦੇਵ ਜੀ ਕਹਿੰਦੇ ਵੱਡਿਆਂ ਦਾ ਕਿਹਾ ਤਾਂ ਰੱਬ ਨਹੀਂ ਮੋੜਦਾ ਕਹਿ ਸੌਂਪੋ ਹਮ ਢਿੱਗ ਕਰਤਾਰਾ ਹਾਂ ਕਹਿੰਗੇ ਸਾਨੂੰ ਕਰਤਾਰ ਨੂੰ ਸੌਂਪ ਦੋ ਬੇਬੇ ਜੀ ਸਾਨੂੰ ਹੁਣ ਕਰਤਾਰ ਦੇ ਹਵਾਲੇ ਕਰ ਦੋ ਜੋ ਪਰਮੇਸ਼ਰ ਸਾਨੂੰ ਜਿਵੇਂ ਸਾਡੇ ਨਾਲ ਕਰੇਗਾ ਜਿੱਥੇ ਲੈ ਕੇ ਜਾਏਗਾ ਅਸੀਂ ਜਾਵਾਂਗੇ ਭਲੀ ਬਾਤ ਸਭ ਬਨ ਹੈ ਕਹਿਣਗੇ ਸਾਰੀ ਚੰਗਾ ਹੀ ਹੋਵੇਗਾ ਭੈਣ ਤੂੰ ਫਿਕਰ ਨਾ ਕਰੀ ਬਨਤ ਨਾਨਕੀ ਜਾਣਤ ਹੋ ਗਏ ਕਹਿਣ ਲੱਗੇ ਹੁਣ ਬੇਬੇ ਨਾਨਕੀ ਇਹ ਗੱਲ ਸੁਣ ਕੇ ਨਾ ਗੁਰੂ ਨਾਨਕ ਸਾਹਿਬ ਜੀ ਫੇਰ ਕਿਹਾ ਬੇਬੇ ਨਾਨਕ ਜੀ ਕੀ ਕਹਿੰਦੇ ਜਾਣਤ ਹੋ ਗਏ ਕਹਿੰਦਾ ਤੁਸੀਂ ਤਾਂ ਜਾਣਦੇ ਹੋਣਗੇ ਨਾ ਤੁਹਾਨੂੰ ਤਾਂ ਪਤਾ ਹੀ ਹੈ ਗੱਲ ਦਾ ਇਹ ਮੁਝ ਭਰਾਤਾ ਜਾਣੇ ਕਹਿਣ ਲੱਗੇ ਇਹ ਸਾਨੂੰ ਆਪਣਾ ਭਰਾ ਸਮਝਦੀ ਹੈ
ਹਾਂਜੀ ਕਹਿੰਦੇ ਇਹ ਵੀ ਸਾਨੂੰ ਆਪਣਾ ਭਰਾ ਸਮਝਦੀ ਹੈ ਭਾਈ ਮਰਦਾਨਾ ਕਹਿੰਦਾ ਪਰਮ ਰੂਪ ਪਰਮੇਸ਼ਰ ਬੱਪ ਤੁਮ ਕਹਿੰਦੇ ਤੁਸੀਂ ਤਾਂ ਪਰਮੇਸ਼ਰ ਦੇ ਰੂਪ ਹੋ ਤੁਸੀਂ ਤਾਂ ਸਾਕਸ਼ਾਤ ਪਰਮੇਸ਼ਰ ਦੇ ਆਪਣੇ ਰੂਪ ਹੋ ਪੂਰਨ ਪੁਰਖ ਪੁਰਾਣੇ ਕਹਿੰਦੇ ਤੁਸੀਂ ਤਾਂ ਪੂਰਨ ਪੁਰਖ ਤੇ ਪੁਰਾਣੇ ਪੁਰਾਣੇ ਮੀਨਸ ਆਦ ਜੋ ਦੁਨੀਆਂ ਦੇ ਬਣਨ ਤੋਂ ਪਹਿਲਾਂ ਤੁਸੀਂ ਹੋ ਬਾਰੰਬਾਰ ਕਹਾਓ ਨਾ ਮੋਤੇ ਇਹ ਗੱਲ ਭਾਈ ਮਰਦਾਨੇ ਦੀ ਸੁਣ ਕੇ ਨਾ ਹੁਣ ਮਰਦਾਨਾ ਤਾਂ ਇਹ ਕਹਿੰਦਾ ਵੀ ਮੈਂ ਤਾਂ ਦੰਨਾ ਲੈਂਦੀ ਨੀ ਹਾਂਜੀ ਸੋ ਹੁਣ ਜੇ ਤੁਸੀਂ ਕਹਿੰਦੇ ਲੈ ਲਓ ਇਹ ਜਿਵੇਂ ਤੁਹਾਡੀ ਭੈਣ ਆ ਉਵੇਂ ਮੇਰੀ ਵੀ ਭੈਣ ਆ ਹਾਂਜੀ ਮੇਰੀ ਵੀ ਵੱਡੀ ਭੈਣ ਆ ਹਾਂਜੀ ਮੈਨੂੰ ਦੇ ਤਾਂ ਕੀ ਹੋ ਗਿਆ ਮਰਦਾਨੇ ਨੇ ਇਹ ਕਿਹਾ ਗੁਰੂ ਨਾਨਕ ਸਾਹਿਬ ਜੀ ਨੇ ਹੁਣ ਵਾਪਸ ਉਹ ਤਾਂ ਕੀ ਕਿਹਾ ਕਹਿੰਦਾ ਬਾਰੰਬਾਰ ਕਹੋ ਨਾ ਮੋਤੇ ਕਹਿੰਦੇ ਮਰਦਾਨਿਆ ਮੈਨੂੰ ਮੁੜ ਮੁੜ ਕੇ ਨਾ ਕਹਿਣ ਦਿਓ ਹੈ ਮੈਂ ਮੁੜ ਮੁੜ ਕੇ ਉਹੀ ਗੱਲ ਕਰਾਂ ਤੇਰੇ ਨਾਲ ਫਿਰ ਸੁਸਾ ਕਾਰਿਕ ਲੀਜਾ ਕਹਿਣਗੇ ਭੈਣ ਆ ਪੈਸੇ ਲੈ ਲਾ ਵਾਪਸ ਹਾਂਜੀ ਕਹਿੰਦੇ ਵੀ ਨਾਨਕੀ ਨੂੰ ਪੈਸੇ ਲੈ ਲਓ ਜੀ ਵਾਪਸ ਮਰਦਾਨਾ ਨਿਜ ਬੰਸ਼ ਮਰਾਸੀ ਕਹਿਣ ਲੱਗੇ ਮਰਦਾਨਾ ਜਿਹੜਾ ਹੈ ਆਪਣੇ ਬੰਸ਼ ਮਤਲਬ ਇਹਨਾਂ ਦੀ ਬੰਸ਼ ਦਾ ਮਰਾਸੀ ਸੀ ਭਾਈ ਮਰਦਾਨਾ ਤੇ ਗਾਂ ਉਹਨਾਂ ਦਾ ਪਿਤਾ ਸੀਗਾ ਉਹ ਸਾਰੀ ਫੈਮਿਲੀ ਜਿਹਨੇ ਜਨਰੇਸ਼ਨ ਜਿਹੜੇ ਆਉਂਦੇ ਨਾ ਉਹਨਾਂ ਦੇ ਮਰਾਸੀ ਰਹੇ ਨੇ ਕਹਿੰਦੇ ਉਹ ਜਿਹੜਾ ਹੈ ਮਰਾਸੀ ਜਿਹੜਾ ਇਹ ਆਪਣੇ ਵੰਸ਼ ਦਾ ਮਰਾਸੀ ਹੈ ਹੁਣ ਆਵੇ ਤਬ ਦੀਜਾ ਕਹਿੰਦੇ ਜਦੋਂ ਆਇਆ ਕਰੇਗਾ ਤੁਸੀਂ ਦੇ ਦਿਆ ਕਰੋ ਇਹਨੂੰ ਕਿਉਂਕਿ ਮਰਾਸੀ ਨੂੰ ਦੇਈਦੇ ਹੁੰਦੇ ਨੇ ਪੈਸੇ ਤੁਸੀਂ ਦਿਆ ਕਰੋ ਛੂਚਾ ਕਵੇ ਨਾ ਭੇਜੋ ਯਾਰ ਹਾਂ ਕਹਿੰਦੇ ਇਹਨੂੰ ਖਾਲੀ ਨਹੀਂ ਕਿਤੇ ਵੀ ਭੇਜਣਾ ਮਰਦਾਨੇ ਨੂੰ ਕੁਝ ਨਾ ਕੁਝ ਦੇ ਕੇ ਦਿਆ ਭੇਜਣਾ ਹੈ ਤੂੰ ਬੇਦੀ ਕੁਲ ਤਨੀਆ ਕਹਿਣਗੇ ਤੂੰ ਬੇਦੀ ਕੁਲ ਦੀ ਜਿਹੜੀ ਧੀ ਹੈ ਇਸ ਕਰਕੇ ਤੈਨੂੰ ਵੀ ਇਹੀ ਚੀਜ਼ ਜਿਹੜੀ ਹੈ ਤੈਨੂੰ ਨਿਭਾਉਣੀ ਪਵੇਗੀ ਜਦੋਂ ਵੀ ਮਰਦਾਨਾ ਆਇਆ ਇਹਨੂੰ ਕੁਛ ਦੇਣਾ ਹੈ ਸ੍ਰੀ ਚੰਦ ਨਿਜ ਕੌਛੜ ਪਾਇਓ ਕਹਿੰਦੇ ਹੁਣ ਤਾਂ ਤੁਹਾਡੇ ਕੁੱਛੜ ਦੇ ਵਿੱਚ ਸ੍ਰੀ ਚੰਦ ਨੂੰ ਵੀ ਪਾਇਆ ਹੋਇਆ ਤੁਸੀਂ ਸ੍ਰੀ ਚੰਦ ਨੂੰ ਵੀ ਪਾਲ ਰਹੇ ਹੋ ਤਾਂ ਵੀ ਕਹਿੰਦੇ ਸਾਨੂੰ ਜਿਹੜਾ ਹੈ ਇਹ ਬਣਨਾ ਸਾਡਾ ਬਣਨਾ ਦੇਣਾ ਬਣਦਾ ਹੈ ਸਾਨੂੰ ਤੁਹਾਨੂੰ ਦੇਣੇ ਚਾਹੀਦੇ ਕਿਉਂਕਿ ਤੁਸੀਂ ਸ੍ਰੀ ਚੰਦ ਨੂੰ ਪਾਲ ਰਹੇ ਹੋ ਕਹਿਣਗੇ ਇਸ ਕਰਕੇ ਜਿਹੜਾ ਹੈ ਭੈਣ ਕੋਈ ਨੀ ਹੁਣ ਸਾਨੂੰ ਆਗਿਆ ਦਿਓ ਜਾਣ ਦੀ ਅਸੀਂ ਦੇਸ਼ ਵਿਦੇਸ਼ ਜਾਣਾ ਹੈ ਦੇਸ਼ਾਂ ਵਿੱਚ ਜਾ ਕੇ ਯਾਤਰਾ ਕਰਨੀ ਹੈ ਦੇਖਣਾ ਹੈ ਚਿੰਤਾ ਚਿੱਤ ਬੀਚ ਕੋਈ ਵੀ ਚਿੰਤਾ ਫਿਕਰ ਆਪਣੇ ਦਿਲ ਵਿੱਚ ਨਹੀਂ ਕਰਨਾ ਧੀਰ ਤਰ ਜੈਸਾ ਕਹਿਣਗੇ ਧਰਤੀ ਵਰਗੀ ਧੀਰਜ ਰੱਖ ਲਈ ਭੈਣ ਤੂੰ ਹੁਣ ਸਿਮਰੋ ਜਬ ਆਵੋ ਤਤਕਾਲ ਜਦੋਂ ਤੁਸੀਂ ਯਾਦ ਕਰੋਗੇ ਮੈਂ ਆ ਜਾਵਾਂਗਾ ਕੋਈ ਇਹਦੇ ਚ ਸ਼ੱਕ ਨਹੀਂ ਕਰਨਾ ਨਾ ਜਾਣੋ ਇਹ ਸਾਡੇ ਬਚਨ ਕਿਤੇ ਝੂਠੇ ਨਾ ਮੰਨੇ ਸੁਨਤ ਸੋਦਰੀ ਸਹਿਤ ਸਨੇਹਾ ਇਹ ਪ੍ਰੇਮ ਦੇ ਨਾਲ ਬੇਬੇ ਨਾਨਕੀ ਜੀ ਨੇ ਗੁਰੂ ਨਾਨਕ ਸਾਹਿਬ ਦੇ ਬਚਨ ਸੁਣੇ ਸਕਲ ਬਚਨ ਗੁਣ ਐਨਾ ਸਾਰੇ ਗੁਰੂ ਦੇ ਕਹੇ ਹੋਏ ਬਚਨ ਬੇਬੇ ਨਾਨਕੀ ਨੇ ਬਹੁਤ ਵਰਡ ਬਾਈ ਵਰਡ ਧਿਆਨ ਨਾਲ ਸੁਣੇ ਰਹਿਤ ਇਹਾਂ ਜੇ ਸਦਨ ਨਾ ਆਵ ਹੋ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿਣ ਲੱਗੇ ਬੇਬੇ ਨਾਨਕੀ ਜੀ ਕਹਿੰਦੇ ਰਹਿਤ ਇਹਾਂ ਇੱਥੇ ਤੁਸੀਂ ਰਹੋ ਸਦਨ ਨਾ ਆਵੋ ਕਹਿਣ ਲੱਗੇ ਜਿਹੜਾ ਹੈ ਕਹਿੰਦੇ ਇੱਥੇ ਰਹੋ ਜੇ ਤੁਸੀਂ ਘਰੇ ਵੀ ਨਹੀਂ ਆਉਣਾ ਕੋਈ ਗੱਲ ਨਹੀਂ ਬਾਹਰ ਰਹੋ ਪਰ ਰਹੋ ਤਾਂ ਸਾਡੇ ਨੇੜੇ ਨਾ ਬਹੁਤੀ ਦੂਰ ਨਾ ਜਾਓ ਤਦਪ ਭੀ ਤੇਰ ਵਾਸੋ ਫਿਰ ਵੀ ਮੈਨੂੰ ਹੌਸਲਾ ਹੁੰਦਾ ਹੈ ਕਿ ਮੇਰਾ ਵੀਰ ਮੇਰੇ ਨੇੜੇ ਹੈ ਉਹ ਅਧੀਰ ਵਿਦੇਸ਼ ਗਏ ਤੇ ਮੈਨੂੰ ਤਾਂ ਬੜੀ ਘਬਰਾਹਟ ਹੋ ਗਈ ਜੇ ਤੁਸੀਂ ਵਿਦੇਸ਼ ਚਲੇ ਗਏ ਪਤਾ ਨਹੀਂ ਕਿੱਥੇ ਜਾਓਗੇ ਕਿਦੋਂ ਆਉਂਗੇ ਸੋਨਾ ਪਿਕ ਹੋ ਪਾਸੋ ਕਹਿਣਗੇ ਮੈਨੂੰ ਤੁਹਾਡੀ ਖਬਰ ਤਾਂ ਨਹੀਂ ਪਤਾ ਲੱਗਣਾ ਤੁਸੀਂ ਕਿਵੇਂ ਹੋ ਤੇ ਮੈਂ ਆਪਣੇ ਅੱਖਾਂ ਨਾਲ ਤੁਹਾਨੂੰ ਦੇਖ ਨਹੀਂ ਸਕਦੀ ਤਜਕਰ ਮੋਹ ਜਾਤ ਹੋ ਹਮਰਾ ਕਹਿਣਗੇ ਤਜਕਰ ਮੋਹ ਕਹਿਣਗੇ ਇਸ ਕਰਕੇ ਤਜਕਰ ਮੋਹ ਜਾਤ ਹੋ ਹਮਰਾ ਮੇਰਾ ਮੋਹ ਜਾਣ ਕੇ ਮੇਰਾ ਅਟੈਚਮੈਂਟ ਤੁਹਾਡੇ ਨਾਲ ਜਾਣ ਕੇ ਜੋ ਭਾਵ ਹੈ ਔਰ ਤੇਰੇ ਕਿਉਂ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਜੇ ਤੁਸੀਂ ਮੇਰੇ ਕਰਕੇ ਹੀ ਰਹੋ ਨੇੜੇ ਬੇਬੇ ਨਾਨਕੀ ਜੀ ਗੁਰੂ ਨਾਨਕ ਨੂੰ ਕਹਿੰਦੇ ਕਿਉਂ ਤੁਸੀਂ ਦੂਰ ਜਾਣਾ ਚਾਹੁੰਦੇ ਹੋ ਮਨ ਕੇ ਤੁਮ ਜਾਣ ਬੂਝ ਕੇ ਕਹਿਣ ਲੱਗੇ ਤੁਸੀਂ ਤਾਂ ਮੇਰੀ ਮਨ ਦੀਆਂ ਅੰਦਰਲੀਆਂ ਗੱਲਾਂ ਨੂੰ ਜਾਣਨ ਵਾਲੇ ਹੋ ਨਾ ਰਹੋ ਟਿਕ ਮੇਰੇ ਇਸ ਕਰਕੇ ਮੇਰੇ ਨੇੜੇ ਰਹੋ ਨਾ ਮੇਰੇ ਵੀਰ ਤੁਸੀਂ ਦੂਰ ਨਾ ਜਾਓ ਮੈਥੋਂ ਚਾਹੀਏ ਮੋਹ ਤਜਨ ਸੁਨ ਭਗਨੀ ਗੁਰੂ ਨਾਨਕ ਸਾਹਿਬ ਜੀ ਬੋਲੇ ਕਹਿੰਦੇ ਚਾਹੀਏ ਮੋਹੇ ਤਜਨ ਸੁਨ ਭਗਨੀ ਹੇ ਭੈਣ ਮੈਨੂੰ ਜਾਣਾ ਪੈਣਾ ਜਾਣਾ ਜਿਹੜਾ ਹੈ ਮੇਰਾ ਜ਼ਰੂਰੀ ਹੈ ਰਾਜ ਸਨੇ ਜੇ ਬੰਦੇ ਕਹਿਣਗੇ ਮੋਹ ਰੂਪੀ ਰੱਸੀ ਨਾਲ ਮੈਨੂੰ ਬੰਨੋ ਨਾ ਮੋਹ ਰੂਪੀ ਰੱਸੀ ਨਾਲ ਮੈਨੂੰ ਬੰਨ ਕੇ ਨਾ ਰੱਖੋ ਇੱਕ ਥਾਂ ਫਿਰ ਮੈਂ ਘਰੋਂ ਨਿਕਲ ਨਹੀਂ ਸਕੇਗਾ ਜੇ ਤੁਸੀਂ ਮੋਹ ਰੂਪੀ ਰੱਸੀ ਨਾਲ ਮੈਨੂੰ ਬੰਨ ਲਿਆ ਤਾਂ ਮੈਂ ਕਿਤੇ ਨਹੀਂ ਜਾ ਸਕਾਂਗਾ ਅਸ਼ਟ ਧਾਮ ਫਸ ਧੰਦੇ ਕਹਿਣਗੇ ਅਸ਼ਟ ਜਾਮ ਹਰ ਸਾਰਾ ਦਿਨ ਮੈਂ ਘਰ ਦੇ ਧੰਦਿਆਂ ਵਿੱਚ ਫਸ ਜਾਵਾਂਗਾ ਤਰ ਔਰ ਧੀਰ ਵਿਚਾਰ ਬਵੇਕੂ ਕਹਿਣਗੇ ਉਹ ਧੀਰਜ ਰੱਖ ਭੈਣ ਆਪਣੇ ਮਨ ਦੇ ਵਿੱਚ ਤੇ ਇਹ ਗਿਆਨ ਦੀ ਗੱਲ ਦੀ ਵਿਚਾਰ ਕਰ ਸਿਮਰਨ ਤੇ ਮੈਂ ਆਵਾਂ ਕੋਈ ਨੀ ਭੈਣ ਜਦੋਂ ਤੂੰ ਯਾਦ ਕਰੀਂਗੇ ਮੈਂ ਆਵਾਂਗਾ ਵਾਪਸ ਦੇਸ਼ ਵਿਦੇਸ਼ ਦੇਖਣੇ ਇੱਛਾ ਸਾਡੀ ਇੱਛਾ ਹੈ ਦੇਸ਼ਾਂ ਵਿਦੇਸ਼ਾਂ ਤੇ ਜਾ ਕੇ ਲੋਕਾਂ ਨੂੰ ਮੁਕਤੀ ਦੇਣ ਦੀ ਲੋਕਾਂ ਨੂੰ ਛਡਾਉਣ ਦੀ ਭਰਮਾਂ ਤੋਂ ਦੂਰ ਕਰਨ ਦੀ ਨਿਰਦੇਸ਼ ਤੁਮ ਜਾਵਾਂ ਕਹਿੰਦੇ ਹੁਣ ਆਗਿਆ ਦੇ ਦਿਓ ਭੈਣ ਸਾਨੂੰ ਜਾਣ ਦੀ ਬਹੁਤ ਬਦਤ ਬਚਨ ਦੇ ਧੀਰਾ ਬਹੁਤ ਤਰ੍ਹਾਂ ਦੇ ਨਾਲ ਇਸ ਤਰ੍ਹਾਂ ਦੇ ਬਚਨ ਕਰਕੇ ਧੀਰਜ ਦਿੱਤੀ
ਜਿਹੜਾ ਹੈ ਬੇਬੇ ਨਾਨਕੀ ਜੀ ਨੂੰ ਤੇ ਕਾਰਿਕ ਸੋ 20 ਰੁਪਏ ਵਾਪਸ ਦੇਤੇ ਜੀ ਹੁਣ ਬੇਬੇ ਨਾਨਕੀ ਜੀ ਨੂੰ ਉਹ 20 ਰੁਪਏ ਮੋੜ ਕੇ ਹੀ ਛੱਡੇ ਲੈ ਕਰ ਬਿਦਾ ਚਲੇ ਦੁਖ ਭੰਜਨ ਲੈ ਕਰ ਕਹਿ ਲਗੇ ਲੈ ਕਰ ਕਿ ਮਰਦਾਨੇ ਨੂੰ ਨਾਲ ਲੈ ਕਰਕੇ ਰਬਾਬ ਲਈ ਤੇ ਗੁਰੂ ਨਾਨਕ ਸਾਹਿਬ ਦੇ ਹੁਣ ਵਿਦੇਸ਼ਾਂ ਨੂੰ ਚੱਲੇ ਨੇ ਪਹਿਲੀ ਉਦਾਸੀ ਵਾਸਤੇ ਗੁਰੂ ਨਾਨਕ ਸਾਹਿਬ ਜੀ ਨਿਕਲਣ ਲੱਗੇ ਹਨ ਮਰਦਾਨਾ ਸੰਗ ਦੋਵੋ ਕਹਿਣ ਲੱਗੇ ਮਰਦਾਨਾ ਤੇ ਗੁਰੂ ਨਾਨਕ ਦੋਵੇਂ ਹਾਂਜੀ ਮੇਰਾ ਪੀਰ ਤੇ ਰੋਦਤ ਭਗਰੇ ਕਹਿਣ ਲੱਗੇ ਵਿਛੋੜੇ ਦੀ ਪੀੜ ਵਿੱਚ ਬੇਬੇ ਨਾਨਕੀ ਜੀ ਰੋ ਰਹੇ ਹਨ ਰੱਖਣ ਬਸ ਨਹਿ ਚੱਲੇ ਰੱਖਣ ਵਾਸਤੇ ਹੁਣ ਬੇਬੇ ਨਾਨਕੀ ਜੀ ਦਾ ਬਸ ਨਹੀਂ ਚੱਲਦਾ ਬਥੇਰਾ ਕਹਿ ਲਿਆ ਹੁਣ ਗੁਰੂ ਨਾਨਕ ਸਾਹਿਬ ਜੀ ਨਹੀਂ ਮੰਨਦੇ ਕਹਿਤ ਸੰਤੋਖ ਸਿੰਘ ਭਾ ਪੂਰਨ ਧਿਆਏ ਕਵੀ ਸੰਤੋਖ ਸਿੰਘ ਜੀ ਜੋ ਇਹ ਕਥਾ ਲਿਖ ਰਹੇ ਨੇ ਕਹਿੰਦੇ ਇਹ ਹੁਣ ਅਧਿਆਇ ਪੂਰਾ ਹੋ ਗਿਆ ਕੰਪਲੀਟ ਹੋ ਗਿਆ ਦੁੱਖ ਦਲ ਮੱਲੀ ਕਹਿਣਗੇ ਦੁੱਖ ਦਲ ਮੱਲੀ ਕਹਿੰਦੇ ਸਾਰੇ ਦੁੱਖ ਨਾਸ ਕਰਨ ਵਾਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੁਹਾਡੇ ਸਰੋਤਿਆਂ ਤੇ ਵੀ ਇਹ ਕਿਰਪਾ ਕਰਨਗੇ ਬਿਰਹਿ ਪੀਰ ਤੇ ਰੋਦਤ ਭਗਨੀ ਰਾਖਣ ਬਸ ਨੈ ਚਲੇ ਕਹਿਤ ਸੰਤੋਖ ਸਿੰਘ ਪਾ ਪੂਰਨ ਧਿਆਏ ਦੁੱਖ ਦਲ ਮਲਈ ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰਧ ਦੇ ਵਿਦਾ ਹੋਵਨ ਪ੍ਰਸੰਗ ਵਰਣਨ ਨਾਮ 36ਵੇਂ ਧਿਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ